ਪੰਜਾਬੀ ਰੇਡੀਓ ਯੂ ਐੱਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕੋਗੇ, ਕਾਲ ਕਰ ਸਕੋਗੇ 4082725200 408-272-5200। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜ਼ੇ 4082722500-408-272-2500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫ੍ਰੀਮਾਉਂਟ, ਚਰਨਜੀਤ ਬਡਵਾਲ ਜੁੱਬਾ ਸਿਟੀ, ਮਨਜੀਤ ਸਿੰਘ ਦੀਵਾਨਾ ਰਜਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ ਸ਼ੇਅਰ ਬਾਜ਼ਾਰ ਦੀ। ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਕਾਫੀ ਗੜਬੜ ਹੋਈ ਆ, ਪਰ ਭਾਰਤ ਦੇ ਵਿੱਚ ਤਾਂ ਮੂੰਹ ਦੇ ਮੂੰਹ ਡਿੱਗਿਆ। ਬਿਲਕੁਲ ਜੀ, ਇਹਦਾ ਅਸਰ ਜਿਹੜਾ ਜੀ ਬਹੁਤ ਵੱਡਾ ਦਿਸ ਰਿਹਾ। ਇੱਕ ਤਾਂ ਕੋਰੋਨਾ ਵਾਇਰਸ ਦਾ ਅਸਰ ਜਿਹੜਾ ਵਿਸ਼ਵ ਭਰ ਦੇ ਵਿੱਚ ਦਿਸ ਰਿਹਾ, ਇੱਥੇ ਜਿਹੜਾ ਦੂਸਰਾ ਉਹ ਯੈਸ ਬੈਂਕ ਦੇ ਜੋ ਹਾਲਾਤ ਬਣੇ ਆ ਉਹਦੀ ਵਜ੍ਹਾ ਕਰਕੇ ਵੀ ਜਿਹੜਾ ਜੀ ਉਹ ਸ਼ੇਅਰ ਬਾਜ਼ਾਰ ਡਿੱਗਿਆ ਜੀ। ਔਰ ਤਕਰੀਬਨ 7 ਲੱਖ ਕਰੋੜ ਰੁਪਈਏ ਜਿਹੜੇ ਜੀ ਉਹ ਇੱਕ ਦਿਨ ਦੇ ਵਿੱਚ ਮਿੱਟੀ ਹੋ ਗਏ ਪੰਜਾਬ ਦੇ ਵਿੱਚ ਜਿਹੜਾ ਜੀ। ਯੈਸ ਬੈਂਕ ਦੇ ਵਾਸਤੇ ਜਿਹੜਾ ਜੀ ਉਹ ਸੰਕਟ ਮੋਚਕ ਬਣਨ ਵਾਲੇ ਜਿਹੜਾ ਐਸ ਬੀ ਆਈ ਹੈ, ਸਟੇਟ ਬੈਂਕ ਆਫ ਇੰਡੀਆ, ਉਹਦੇ ਸ਼ੇਅਰ ਵੀ ਜਿਹੜੇ ਜੀ ਉਹ 6% ਜਿਹੜਾ ਉਹ ਡਿੱਗ ਪਏ। ਇੱਥੇ ਜਿਹੜੀਆਂ ਕਰੂਡ ਆਇਲ ਨੇ ਉਹਦੇ ਵਿੱਚ ਜਿਹੜੀਆਂ ਕੀਮਤਾਂ ਉਹਦੀਆਂ ਡਿੱਗੀਆਂ ਨੇ, ਉਹਦੇ ਉਹ ਵੀ ਇੱਕ ਵਜ੍ਹਾ ਜਿਹੜੀ ਜੀ ਉਹ ਰਹੀ। ਵੈਸੇ ਹੈਰਾਨੀ ਵਾਲੀ ਗੱਲ ਇਹ ਵੀ ਆ ਕਿ ਵਿਸ਼ਵ ਭਰ ਦੇ ਵਿੱਚ ਤੇਲ ਜਿਹੜਾ ਜੀ ਉਹ ਸਸਤਾ ਹੋ ਗਿਆ, ਪਰ ਭਾਰਤ ਦੇ ਵਿੱਚ ਤੇਲ ਦੀ ਕੀਮਤ 1 ਪੈਸਾ ਵੀ ਜਿਹੜਾ ਉਹ ਨਹੀਂ ਘਟਾਈ ਗਈ, ਜਦੋਂ ਕਿ 3 ਟਾਈਮ ਜਿਹੜਾ ਜੀ ਕਰੂਡ ਆਇਲ ਦੀਆਂ ਕੀਮਤਾਂ ਡਿੱਗ ਪਈਆਂ ਨੇ। ਬੰਬੇ ਸਟਾਕ ਐਕਸਚੇਂਜ ਜਿਹੜਾ ਉਹ 1941 ਤੋਂ ਵੱਧ ਨੁਕਤਿਆਂ ਦੇ ਗੋਤੇ ਦੇ ਨਾਲ ਜਿਹੜਾ ਜੀ ਉਹ ਮੂਹਦੇ ਮੂੰਹ ਡਿੱਗਿਆ। ਨੈਸ਼ਨਲ ਸਟਾਕ ਐਕਸਚੇਂਜ 538 ਉਹਦੇ ਵਿੱਚ ਗਿਰਾਵਟ ਜਿਹੜੀ ਜੀ ਉਹ ਦਰਜ ਕੀਤੀ ਗਈ ਆ। ਭਾਰਤੀ ਸ਼ੇਅਰ ਬਾਜ਼ਾਰ ਨੇ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਡਿੱਗਣ ਦਾ ਰਿਕਾਰਡ ਵੀ ਜਿਹੜਾ ਜੀ ਉਹ ਸਥਾਪਿਤ ਕਰ ਲਿਆ। ਸੈਂਸੈਕਸ ਤੇ ਨਿਫਟੀ ਜਿਹੜੇ ਆ ਜੀ ਉਹ 2487 ਤੇ 695 ਹੇਠਾਂ ਨੂੰ ਆ ਗਏ, ਔਰ ਸੈਂਸੈਕਸ ਜਿਹੜਾ ਸੀਗਾ ਉਹ 1941.67 ਭਾਵ ਕੇ 5.17% ਦੇ ਨੁਕਸਾਨ ਦੇ ਨਾਲ ਜਿਹੜਾ ਸੀਗਾ ਜੀ 35634.95 ਅੰਕੜੇ ਦੇ ਉੱਤੇ ਜਿਹੜਾ ਜੀ ਉਹ ਬੰਦ ਹੋਇਆ। ਇਹ ਪਿਛਲੇ 13 ਮਹੀਨਿਆਂ ਦੇ ਵਿੱਚ ਸਭ ਤੋਂ ਹੇਠਲਾ ਪੱਧਰ ਜਿਹੜਾ ਜੀ ਉਹ ਹੈ। ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੇ ਕਾਰੋਬਾਰ ਦੇ ਦੌਰਾਨ ਓ ਐਨ ਜੀ ਸੀ ਘਾਟਾ ਝੱਲਣ ਵਾਲੀਆਂ ਕੰਪਨੀਆਂ ਦੇ ਵਿੱਚ ਉਹ ਸਿਖਰ ਦੇ ਉੱਤੇ ਰਹੀ। ਕੰਪਨੀ ਦੇ ਸ਼ੇਅਰ 16% ਤੱਕ ਡਿੱਗ ਪਏ। ਰਿਲਾਇੰਸ ਇੰਡਸਟਰੀ, ਇਨਸੈਂਡ ਬੈਂਕ, ਟਾਟਾ ਸਟੀਲ, ਟੀ ਸੀ ਐੱਸ, ਆਈ ਸੀ ਆਈ ਸੀ ਆਈ ਬੈਂਕ, ਬਜਾਜ ਆਟੋ ਜਿਹੜੇ ਪ੍ਰਮੁੱਖ ਨੇ ਜਿਹਨਾਂ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ। ਰਿਲਾਇੰਸ ਨੂੰ ਇਸ ਫੇਰ ਬਦਲ ਦੇ ਨਾਲ 12% ਤੋਂ ਵੱਧ ਦਾ ਨੁਕਸਾਨ ਹੋਇਆ। ਔਰ ਐਸ ਬੀ ਆਈ ਦੇ ਸ਼ੇਅਰ ਜਿਹੜੇ ਸੀ ਉਹ 6% ਡਿੱਗ ਪਏ। ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ 1/3 ਜਿਹੜੀਆਂ ਜੀ ਉਹ ਡਿੱਗ ਪਈਆਂ ਨੇ। ਜਿਹੜੀ ਓਪੈਕ ਹੈ ਉਹਦੇ ਵਿੱਚ ਸ਼ਾਮਿਲ ਮੁਲਕਾਂ ਦੇ ਵੱਲੋਂ ਤੇਲ ਮਾਰਕੀਟ ਨੂੰ ਹਮਾਇਤ ਦੇਣ ਲਈ ਪਿਛਲੇ 3 ਸਾਲਾਂ ਤੋਂ ਕੀਤੇ ਜਾ ਰਹੇ ਜਿਹੜਾ ਸਹਿਯੋਗ ਸੀਗਾ ਉਹਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਤੇਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ 22% ਤੱਕ ਡਿੱਗੀਆਂ। ਜਿਹੜੇ ਓਪੈਕ ਦੇ ਵਿੱਚ ਸਾਊਦੀ ਅਰਬ, ਰਸ਼ੀਆ ਤੇ ਕਈ ਹੋਰ ਤੇਲ ਉਤਪਾਦਕ ਜਿਹੜੇ ਮੁਲਕ ਸ਼ਾਮਿਲ ਸੀਗੇ। 1991 ਦੀ ਖਾੜੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਜਦੋਂ ਤੇਲ ਕੀਮਤਾਂ ਨੇ ਆਪਣੇ ਅਸਲ ਮੁੱਲ ਦਾ 3/3 ਜਿਹੜਾ ਜੀ ਉਹ ਗਵਾ ਲਿਆ। ਬੇਸ਼ੱਕ ਇਹਦਾ ਜਿਹੜਾ ਜੀ ਵਿਸ਼ਵ ਪੱਧਰ ਦੇ ਉੱਤੇ ਵੀ ਸਾਰੇ ਜਗ੍ਹਾ ਸ਼ੇਅਰ ਮਾਰਕੀਟ ਦੇ ਉੱਤੇ ਅਸਰ ਜਿਹੜਾ ਜੀ ਉਹ ਪਿਆ, ਪਰ ਜੋ ਕੁਛ ਯੈਸ ਬੈਂਕ ਦਾ ਹੋਇਆ ਸੀਗਾ ਤੋ ਕੇਂਦਰ ਦੀ ਸਰਕਾਰ ਨੂੰ ਇਹ ਮੌਕਾ ਮਿਲ ਗਿਆ ਜਿਹੜਾ ਜੀ ਉਹਨੂੰ ਲੁਕੋਣ ਕਰਕੇ ਦੇ ਵਿੱਚ ਉਹਦਾ ਯੈਸ ਬੈਂਕ ਦਾ ਹੋਇਆ ਅਸਰ ਜਿਹੜਾ ਜੀ ਉਹ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। 2600 ਕਰੋੜ ਰੁਪਇਆ ਹਰਿਆਣੇ ਦੀ ਸਰਕਾਰ ਨੇ ਇਸ ਪ੍ਰਾਈਵੇਟ ਬੈਂਕ ਦੇ ਵਿੱਚ ਜਿਹੜਾ ਜੀ ਉਹ ਸੁੱਟਿਆ ਹੋਇਆ ਸੀਗਾ। ਔਰ ਮੰਦਰਾਂ ਦਾ ਪੈਸਾ ਬਹੁਤ ਡੁੱਬ ਗਿਆ, ਭਾਵ ਕਿ ਲੋਕ ਛੱਡੋ ਭਗਵਾਨ ਦਾ ਪੈਸਾ ਵੀ ਜਿਹੜਾ ਜੀ ਉਹ ਵੀ ਡੁੱਬ ਗਿਆ ਯੈਸ ਬੈਂਕ ਦੇ ਵਿੱਚ। ਇਹਦੇ ਕੀ ਹਾਲਾਤ ਬਣਨੇ ਆ ਆਉਂਦੇ ਸਮੇਂ ਦੇ ਦੌਰਾਨ, ਕੁਛ ਨਹੀਂ ਅਜੇ ਜਿਹੜਾ ਜੀ ਉਹ ਕਿਹਾ ਜਾ ਸਕਦਾ। ਲੋਕ ਲਾਈਨਾਂ ਦੇ ਵਿੱਚ ਜਿਹੜੇ ਜੀ ਉਹ ਲੱਗੇ ਹੋਏ ਆ,
SBI ਨੇ ਜਾਰੀ ਜਿਹੜੀ ਐਡਵਾਈਜ਼ਰੀ ਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਯੈਸ ਬੈਂਕ ਨੂੰ ਜਿਹੜਾ ਵੀ ਆਪਣੇ ਕਲਾਵੇ ਦੇ ਵਿੱਚ ਲੈ ਲਿਆ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਜਿਹੜੇ ਚੈੱਕ ਵਗੈਰਾ ਨੇ ਯੈਸ ਬੈਂਕ ਦੇ ਉਹ ਹੁਣ ਨਹੀਂ ਚੱਲਣਗੇ। ਜੀ ਤੇਲ ਦਾ ਤਾਂ ਸਾਰੇ ਦੇਸ਼ਾਂ ਦੇ ਵਿੱਚ ਇਹੀ ਹਾਲ ਆ ਕਿ ਤੇਲ ਦੀਆਂ ਕੀਮਤਾਂ ਰਿਟੇਲ ਦੇ ਵਿੱਚ ਨਹੀਂ ਘਟੀਆਂ। ਅੱਗੇ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਦਾ, ਉਸ ਦਾ ਜਿਹੜਾ ਸੰਕਟ ਆ ਹੋਰ ਡੂੰਘਾ ਹੋਇਆ। ਬਿਲਕੁਲ ਜੀ, ਇਹ ਜਿਹੜਾ ਕਮਲਨਾਥ ਹੈ ਉਹਦੀ ਸਰਕਾਰ ਡਾਵਾਡੋਲ ਆ ਜੀ ਇਸ ਵੇਲੇ। ਜਿਹੜਾ ਇਹ ਸ਼ੁਰੂ ਹੋਇਆ ਵਿਵਾਦ ਸੀਗਾ ਉਹ ਜੋਤਿਰਆਦਿੱਤਿਆ ਸਿੰਧੀਆ ਜਿਹੜਾ ਜੀ ਉਹਦੇ ਤੇ ਕਮਲਨਾਥ ਦੇ ਵਿਚਾਲੇ ਤਕਰਾਰ ਤੋਂ ਸ਼ੁਰੂ ਹੋਇਆ ਜੀ, ਚੱਲਦਾ ਤਾਂ ਪਹਿਲਾਂ ਤੋਂ ਰਿਹਾ ਜੀ। ਜਿਹੜਾ ਸਿੰਧੀਆ ਹੈ ਉਹਦਾ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਸੱਤਾ ਤੱਕ ਲਿਜਾਣ ਦੇ ਵਿੱਚ ਉਹਦੇ ਵੱਲੋਂ ਕੀਤੀ ਗਈ ਮਿਹਨਤ ਜਿਹੜੀ ਸੀ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ। ਜਦੋਂ ਵਿਵਾਦਿਤ ਨੇਤਾ ਕਮਲਨਾਥ ਜਿਹੜਾ ਸੀਗਾ ਜੀ ਉਹਨੂੰ ਉੱਥੋਂ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਕਾਂਗਰਸ ਨੇ ਇਹੀ ਹਾਲਾਤ ਜਿਹੜੇ ਜੀ ਰਾਜਸਥਾਨ ਦੇ ਵਿੱਚ ਵੀ ਬਣਾਏ ਸੀ, ਜਿੱਥੇ ਜਿਹੜਾ ਸੀ ਉਹ ਪਾਇਲਟ ਨੂੰ ਛੱਡ ਕੇ, ਨੌਜਵਾਨ ਨੇਤਾ ਉਹਨੂੰ ਛੱਡ ਕੇ ਗਹਿਲੋਤ ਨੂੰ ਜਿਹੜਾ ਸੀ ਉਹ ਮੁੱਖ ਮੰਤਰੀ ਬਣਾਇਆ ਗਿਆ। ਹੁਣ ਇਹ ਗੱਲ ਹੈ ਕਿ ਮੱਧ ਪ੍ਰਦੇਸ਼ ਦਾ ਅਸਰ ਕਾਂਗਰਸ ਦੀਆਂ ਬਾਕੀ ਸਰਕਾਰਾਂ ਦੇ ਉੱਤੇ ਵੀ ਜਿਹੜਾ ਸੀ ਉਹ ਪਊਗਾ। ਕਾਂਗਰਸ ਜਿਹੜੀ ਹੈ ਮੱਧ ਪ੍ਰਦੇਸ਼ ਦੇ ਵਿੱਚ ਸਿੰਧੀਆ ਦੇ ਜਿਹੜੇ ਸਮਰਥਕ ਆ 17 ਵਿਧਾਇਕ ਉਹਨਾਂ ਦੇ ਫੋਨ ਜਿਹੜੇ ਜੀ ਉਹ ਸਵਿੱਚ ਆਫ ਹੋ ਗਏ। ਬੈਂਗਲੁਰੂ ਜਾਣ ਦੀ ਜਿਹੜੀ ਜੀ ਉਹ ਚਰਚਾ ਜਿਹੜੀ ਮੰਨੀ ਜਾ ਰਹੀ ਆ, ਸਿੰਧੀਆ ਨੂੰ ਮਨਾਉਣ ਦੇ ਯਤਨ ਵੀ ਜਿਹੜੇ ਜੀ ਉਹ ਜਾਰੀ ਨੇ, ਔਰ ਇਹ ਵੀ ਚਰਚਾ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਕਿ ਸਿੰਧੀਆ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਜਾ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਕਨਸੂਆਂ ਜਿਹੜੀਆਂ ਦੀ ਚੱਲ ਰਹੀਆਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਜਿਹੜੀ ਆ ਜੀ ਉਹ ਸਿੰਧੀਆ ਦੀ ਹੋਈ ਆ, ਔਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਜਿਹੜੇ ਸਾਬਕਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹ ਦਿੱਲੀ ਬੈਠੇ ਆ, ਸਾਰੇ ਇਸ ਹਾਲਾਤ ਦੇ ਉੱਤੇ ਨੇੜੇ ਤੋਂ ਨਿਗਾਹ ਰੱਖ ਰਹੇ ਆ। ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਵਿਧਾਇਕਾਂ ਦੀ ਜਿਹੜੀ ਮੀਟਿੰਗ ਆ ਉਹ ਸੱਦੀ ਹੋਈ ਆ। ਸੋ ਅੱਜ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਉਠਕ ਪੈਠਕ ਜਿਹੜੀ ਹੋਈ ਆ ਸ਼ੁਰੂ ਹੋਈ ਆ ਉਹਦੇ ਵਿੱਚ ਕਮਲਨਾਥ ਦੀ ਕੁਰਸੀ ਬਚਦੀ ਆ ਜਾਂ ਨਹੀਂ। ਜਿਹੜੇ ਸਿੰਧੀਆ ਹੈ ਐਕਚੁਲੀ ਉਹਨੇ ਜਿੱਥੋਂ ਹੁਣ ਵਿਵਾਦ ਤਾਜ਼ਾ ਸ਼ੁਰੂ ਹੋਇਆ, ਪਿਛਲੇ ਦਿਨੇ ਉਹਨੇ ਇਹ ਗੱਲ ਕੀਤੀ ਕਿ ਅਸੀਂ ਜਿਹੜੇ ਵਾਅਦੇ ਕਰਕੇ ਆਏ ਸੀਗੇ ਉਹ ਵਾਅਦੇ ਪੂਰੇ ਨਹੀਂ ਹੋਏ, ਤੇ ਜੇ ਵਾਅਦੇ ਪੂਰੇ ਨਾ ਹੋਏ ਤਾਂ ਮੈਂ ਸੜਕਾਂ ਦੇ ਉੱਤੇ ਜਿਹੜਾ ਜੀ ਉਤਰੂੰਗਾ। ਤੇ ਕਮਲਨਾਥ ਨੇ ਅੱਗੋਂ ਕਹਿ ਤਾ ਵੀ ਉਤਰੇ, ਉਤਰ ਜਾਓ ਸੜਕਾਂ ਦੇ ਉੱਤੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉੱਥੋਂ ਇਹ ਸਾਰਾ ਜਿਹੜਾ ਵਿਵਾਦ ਸੀਗਾ ਜੀ ਉਹ ਸਟਾਰਟ ਹੋਇਆ, ਔਰ ਇੱਥੋਂ ਤੱਕ ਪਹੁੰਚ ਗਿਆ ਕਿ ਇਸ ਵੇਲੇ ਕਮਲਨਾਥ ਦੀ ਕੁਰਸੀ ਜਿਹੜੀ ਜੀ ਉਹ ਡੋਲ ਗਈ। ਵੇਖਣਾ ਇਹ ਹੋਊਗਾ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੀ ਆ, ਕਿਉਂਕਿ ਜੇ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਤੁਰ ਜਾਂਦੀ ਆ, ਭਾਰਤੀ ਜਨਤਾ ਪਾਰਟੀ ਉੱਥੇ ਆ ਜਾਂਦੀ ਆ, ਜਾਂ ਕਮਲਨਾਥ ਜਿਹੜਾ ਜੀ ਉਹ ਲਾਂਭੇ ਕੀਤਾ ਜਾਂਦਾ, ਸਿੰਧੀਆ ਜਿਹੜਾ ਜੀ ਉਹਨੂੰ ਉੱਥੋਂ ਦਾ ਜੇ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਂਦਾ ਜਾਂ ਉਹਨੂੰ ਰਾਜ ਸਭਾ ਦੇ ਵਿੱਚ ਲਿਆਇਆ ਜਾਂਦਾ, ਇਹਦੇ ਉੱਤੇ ਜਿਹੜਾ ਜੀ ਉਹ ਕੋਈ ਨਾ ਕੋਈ ਸਮਝੌਤਾ ਹੋ ਸਕਦਾ। ਜੇ ਸਮਝੌਤਾ ਹੁੰਦਾ ਸਿੰਧੀਆ ਦੇ ਇਸ ਜਿਹੜੇ ਜੀ ਉਹ ਬਣਾਏ ਗਏ ਦਬਾਓ ਦਾ, ਇਹਦਾ ਅਸਰ ਬਿਨਾਂ ਕਿਸੇ ਸ਼ੱਕ ਦੇ ਰਾਜਸਥਾਨ ਦੇ ਵਿੱਚ ਵੀ ਹੋਊਗਾ, ਜਿੱਥੇ ਪਾਇਲਟ ਜਿਹੜਾ ਜੀ ਉਹ ਵੀ ਔਖਾ ਗਹਿਲੋਤ ਤੋਂ, ਤੇ ਉਹਦੀ ਪੁੱਛਗਿੱਛ ਬਹੁਤੀ ਨਹੀਂ ਹੈਗੀ, ਤੇ ਇੱਥੇ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਜਿਹੜਾ ਜੀ ਹੋਊਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਵਿਰੋਧਤਾ ਜਿਹੜੇ ਦੀ ਕਾਂਗਰਸ ਦੇ ਅੰਦਰ ਖਾਤੇ ਹੋ ਰਹੀ ਆ। ਹਾਈਕਮਾਂਡ ਕਿਸੇ ਮਾਮਲੇ ਦੇ ਉੱਤੇ ਸੁਣਨ ਦੇ ਵਾਸਤੇ ਤਿਆਰ ਨਹੀਂ ਗੀ। ਜੇ ਹੁਣ ਇਹ ਮੱਧ ਪ੍ਰਦੇਸ਼ ਦੇ ਵਿੱਚ ਡੋਲਦਾ ਤੇ ਫਿਰ ਇਹ ਉਹ ਗੱਲ ਹੋ ਜਾਣੀ ਕਿ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ, ਇਹ ਅੱਗੇ ਤੋਂ ਅੱਗੇ ਜਿਹੜੀ ਕਾਂਗਰਸ ਦੇ ਰਾਜਾਂ ਦੇ ਵਿੱਚ ਵਾਇਰਸ ਵਾਂਗੂ ਜਿਹੜਾ ਜੀ ਉਹ ਫੈਲੂਗਾ। ਬਿਲਕੁਲ ਜੀ ਬਿਲਕੁਲ, ਤੇ ਅੱਗੇ ਗੱਲ ਕਰਦੇ ਹਾਂ ਅਕਾਲ ਤਖ਼ਤ ਦੇ ਜਥੇਦਾਰ ਤੇ ਢੱਡਰੀ ਵਾਲੇ ਦਾ ਜਿਹੜਾ ਵਿਵਾਦ ਚੱਲਦਾ ਆ ਉਹ ਉਸੇ ਤਰ੍ਹਾਂ। ਬਿਲਕੁਲ ਜੀ, ਦੋਵੇਂ ਧਿਰਾਂ ਜਿਹੜੀਆਂ ਜੀ ਉਹ ਅੜੀਆਂ ਹੋਈਆਂ ਨੇ ਆਪੋ ਆਪਣੀ ਗੱਲ ਦੇ ਉੱਤੇ ਜੀ। ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਹੈ ਉਹਨੇ ਇੱਥੇ ਜਿਹੜਾ ਸੰਗਰੂਰ ਰੋਡ ਦੇ ਉੱਤੇ ਪਟਿਆਲੇ ਦੇ ਨਜ਼ਦੀਕ 12 ਕਿਲੋਮੀਟਰ ਹਟਵਾਂ ਜਿਹੜਾ ਪਰਮੇਸ਼ਰ ਦੁਆਰ ਹੈ ਉੱਥੇ ਇੱਕ ਵੱਡਾ ਇਕੱਠ ਕਰਕੇ ਜਿਹੜਾ ਜੀ ਉਹ ਜਥੇਦਾਰ ਨੂੰ ਵੰਗਾਰਿਆ, ਅਕਾਲ ਤਖ਼ਤ ਦੇ ਚੱਲ ਰਹੇ ਸਿਸਟਮ ਨੂੰ ਜਿਹੜਾ ਜੀ ਉਹ ਵੰਗਾਰਿਆ, ਇਹ ਵੀ ਗੱਲ ਜਿਹੜੀ ਜੀ ਉਹ ਕੀਤੀ ਗਈ। ਇਹ ਦੱਸਿਆ ਜਾਵੇ ਕਿ ਜਦੋਂ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਗਈ ਆ ਉਦੋਂ ਕਿੰਨੇ ਮੈਂਬਰੀ ਕਮੇਟੀ ਬਣਾਈ ਗਈ ਸੀ, ਤੇ ਸਰਸੇ ਵਾਲਾ ਕਿਹਦੇ ਮੂਹਰੇ ਜਿਹੜਾ ਜੀ ਉਹ ਪੇਸ਼ ਹੋਇਆ ਸੀਗਾ। ਹਰਪ੍ਰੀਤ ਸਿੰਘ ਹੋਰੀ ਆਪਣਾ ਖਹਿੜਾ ਜਿਹੜਾ ਜੀ ਇਹ ਕਹਿ ਕੇ ਛਡਵਾਉਂਦੇ ਆ ਕਿ ਪਿਛਲੀਆਂ ਗੱਲਾਂ ਨਾ ਕਰੋ, ਉਦੋਂ ਉਹ ਜਥੇਦਾਰ ਨਹੀਂ ਸਨ। ਇੱਕ ਸਿਸਟਮ ਤਾਂ ਜਿਹੜਾ ਜੀ ਉਹ ਹੁੰਦਾ, ਇਹ ਚਾਹੇ ਇਸ ਸਿਸਟਮ ਨੂੰ ਵਿਗੜਦਿਆਂ ਜਾਂ ਮੌਜੂਦਾ ਦੌਰ ਤੱਕ ਪਹੁੰਚਦਿਆਂ ਸਮਾਂ ਲੱਗਿਆ,
ਪਿਛਲੇ ਕੋਈ ਦਹਾਕੇ ਡੇਢ ਦਹਾਕੇ ਦੇ ਵਿੱਚ ਜੋ ਇਹਨਾਂ ਸੰਸਥਾਵਾਂ ਦਾ ਮਤਲਬ ਕਿ ਉਹ ਲਫ਼ਜ਼ ਵਰਤਣਾ ਚਾਹੀਦਾ ਜਾਂ ਨਹੀਂ, ਜੋ ਜਲੂਸ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਬਾਦਲ ਨੇ ਕੱਢਿਆ, ਉਹਦੇ ਹੁਣ ਜਿਹੜੇ ਇੰਪੈਕਟ ਆ ਨਾ ਜੀ ਉਹ ਆਉਣੇ ਸ਼ੁਰੂ ਹੋ ਗਏ ਸਾਹਮਣੇ। ਜੋ ਜਥੇਦਾਰਾਂ ਦੀ ਵਕਤ ਹੁੰਦੀ ਸੀ ਕਿਸੇ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਵਕਤ ਹੁੰਦੀ ਸੀਗੀ, ਅਕਾਲ ਤਖ਼ਤ ਤੋਂ ਜਾਰੀ ਹੋਇਆ ਫਰਮਾਨ ਹੁਕਮਨਾਮਾ ਜਿਹੜਾ ਸੀਗਾ ਜੀ ਜਿਵੇਂ ਮੰਨਿਆ ਜਾਂਦਾ ਸੀਗਾ, ਹੁਣ ਉਹ ਗੱਲ ਜਿਹੜੀ ਆ ਜੀ ਉਹ ਤਕਰੀਬਨ ਮੁੱਕਣ ਕੱਢੇ ਆ ਜੀ। ਉਹ ਕਿਉਂ ਇੱਥੋਂ ਤੱਕ ਜਿਹੜਾ ਜੀ ਉਹ ਪਹੁੰਚਿਆ, ਇਹਦੇ ਉੱਤੇ ਕਦੀ ਬੁੱਧੀਜੀਵੀ ਵਰਗ ਨੇ ਬਹਿ ਕੇ ਜਿਹੜਾ ਜੀ ਉਹ ਵਿਚਾਰ ਨਹੀਂ ਕੀਤਾ, ਔਰ ਗੁਰਬਚਨ ਸਿੰਘ ਹੋਰਾਂ ਨੇ ਜੋ ਨੁਕਸਾਨ ਜਿਹੜਾ ਸੀਗਾ ਜੀ ਉਹ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਕੀਤਾ, ਇਹ ਲੰਮੇ ਸਮੇਂ ਤੱਕ ਭੁਗਤਣਾ ਜਿਹੜਾ ਜੀ ਉਹ ਪਊਗਾ। ਇਸੇ ਕਰਕੇ ਚੈਲੰਜ ਜਿਹੜਾ ਜੀ ਉਹ ਚਫੇਰੇ ਤੋਂ ਹੋਣਾ ਸ਼ੁਰੂ ਹੋ ਗਿਆ। ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਕਿ ਅਨੰਦਪੁਰ ਸਾਹਿਬ ਪਹੁੰਚੇ ਹੋਏ ਸੀਗੇ, ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹਿ ਦਿੱਤੀ ਕਿ ਇਸ ਵਿਰੋਧ ਦੇ ਪਿੱਛੇ ਦਿੱਲੀ ਤੋਂ ਸਿੱਖ ਵਿਰੋਧੀ ਸਾਜ਼ਿਸ਼ਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਹੁਣ ਦਿੱਲੀ ਦੇ ਵਿੱਚ ਕਾਬਜ਼ ਆ ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆਲੀ ਆ ਅਕਾਲੀ ਦਲ ਬਾਦਲ ਦੀ। ਹੁਣ ਸਵਾਲ ਇਹ ਆ ਕਿ ਇਹਦੇ ਵਿੱਚੋਂ ਫਿਰ ਇਹ ਭਾਰਤੀ ਜਨਤਾ ਪਾਰਟੀ ਜੇ ਨੁਕਸਾਨ ਕਰ ਰਹੀ ਹੈ ਤੇ ਅਕਾਲੀ ਦਲ ਬਾਦਲ ਨੇ ਤਾਂ ਜਿਹੜਾ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ, ਉਹਨਾਂ ਨੇ ਜਥੇਦਾਰ ਜਿਹੜਾ ਜੀ ਉਹ ਲਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ। ਜੇ ਦਿੱਲੀ ਤੋਂ ਸਿੱਖ ਵਿਰੋਧੀ ਸਾਜ਼ਿਸ਼ਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ, ਹੁਣ ਦਿੱਲੀ ਤੋਂ ਸਿੱਖ ਵਿਰੋਧੀ ਸਾਜ਼ਿਸ਼ਾਂ ਕੌਣ ਕਰ ਰਿਹਾ ਹੈ? ਜਥੇਦਾਰ ਇਸ ਮਾਮਲੇ ਦੇ ਉੱਤੇ ਬਹੁਤਾ ਕੋਈ ਜਿਹੜਾ ਜੀ ਉਹ ਵਿਸਥਾਰ ਦੇ ਵਿੱਚ ਨਹੀਂ ਦੱਸ ਸਕੇ। ਇੱਥੋਂ ਤੱਕ ਹੀ ਕਿਹਾ ਕਿ ਅਕਾਲ ਤਖ਼ਤ ਸਿੱਖ ਕੌਮ ਦੀ ਸਰਵਉੱਚ ਸੰਸਥਾ, ਇਹਦਾ ਮੰਤਵ ਜਿਹੜਾ ਜੀ ਜੇ ਕੋਈ ਕੌਮੀ ਮਸਲਾ ਤਾਂ ਉਹਦਾ ਹੱਲ ਮਿਲ ਬੈਠ ਕੇ ਸੰਵਾਦ ਰਾਹੀਂ ਅਕਾਲ ਦੀ ਸਰਪ੍ਰਸਤੀ ਹੇਠ ਕੱਢਿਆ ਜਾਵੇ। ਗੱਲ ਤਾਂ ਇਹੀ ਹੈ। ਹੁਣ ਕਮੇਟੀਆਂ ਜਿਹੜੀਆਂ ਜੀ ਜੇ ਇੱਕ ਧਿਰ ਕਮੇਟੀਆਂ ਦੇ ਉੱਤੇ ਅੜ ਰਹੀ ਆ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਕਮੇਟੀਆਂ ਵਾਲੀ ਅੜੀ ਜਿਹੜਾ ਜੀ ਉਹ ਛੱਡ ਕੇ ਡਾਇਰੈਕਟ ਇਹਦੇ ਵਿੱਚ ਸੰਵਾਦ ਜਿਹੜਾ ਉਹ ਰਚਾਉਣਾ ਚਾਹੀਦਾ। ਜੇ ਸੰਵਾਦ ਦੇ ਨਾਲ ਢੱਡਰੀਆਂ ਵਾਲਾ ਵੀ ਕਹਿੰਦਾ ਕਿ ਸੰਵਾਦ ਜਿਹੜਾ ਜੀ ਉਹ ਰਚਾਓ ਔਰ ਇਹਨੂੰ ਪੂਰੀ ਜਿਹੜਾ ਜੀ ਉਹ ਭਾਈਚਾਰਾ ਸਿੱਖ ਭਾਈਚਾਰਾ ਵੇਖੇ ਚੈਨਲਾਂ ਦੇ ਉੱਤੇ ਡਿਬੇਟ ਜਿਹੜਾ ਜੀ ਉਹ ਕਰਵਾ ਕੇ ਇੱਥੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਗੱਲ ਜਿਹੜੀ ਜੀ ਕਹੀ ਸੀ ਕਿ ਜੇ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਮੰਨਦੇ ਤੇ ਉਹ ਸਾਰੇ ਮੀਡੀਆ ਦੀਆਂ ਜਿਹੜੀਆਂ ਵੈਨਸ ਨੇ ਉਹ ਲੈ ਕੇ ਉਹਨਾਂ ਦੇ ਘਰ ਤੱਕ ਪਹੁੰਚ ਜਾਣਗੇ ਤੇ ਉੱਥੇ ਜਾ ਕੇ ਜਿਹੜਾ ਜੀ ਉਹ ਸੰਵਾਦ ਰਚਾਉਣਗੇ। ਇਹ ਜਿਹੜਾ ਸਾਰਾ ਮਾਮਲਾ ਜਿਹੜਾ ਜੀ ਉਹ ਬਣ ਗਿਆ ਹੋਇਆ ਬਿਨਾਂ ਕਿਸੇ ਸ਼ੱਕ ਦੇ, ਇਹ ਕਿਤੇ ਨਾ ਕਿਤੇ ਜਿਹੜਾ ਜੀ ਇਹੋ ਜਿਹੜੇ ਵਿਵਾਦ ਹੁੰਦੇ ਆ ਉਹਦੇ ਵਿੱਚੋਂ ਗੇਨ ਨਹੀਂ ਕੁਛ ਵੀ ਜਿਹੜਾ ਜੀ ਉਹ ਹੁੰਦਾ ਹੁੰਦਾ, ਇਹਦੇ ਵਿੱਚੋਂ ਜ਼ਿਆਦਾ ਲੂਜ਼ ਕਰਨ ਵਾਲੀ ਹੀ ਜਿਹੜੀ ਉਹ ਸਥਿਤੀ ਹੁੰਦੀ ਆ। ਜਿਹੜੀਆਂ ਇਹ ਸੰਸਥਾਵਾਂ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ, ਜਿਵੇਂ ਇਹਨਾਂ ਦੇ ਨਾਲ ਜਿਹੜਾ ਜੀ ਸਿਆਸਤ ਕੀਤੀ ਗਈ, ਜਿਵੇਂ ਖੁੱਲ੍ਹ ਕੇ ਇਹਨਾਂ ਦੇ ਨਾਲ ਖੇਡਿਆ ਗਿਆ ਪਿਛਲੇ ਸਮੇਂ ਦੇ ਦੌਰਾਨ, ਇਹ ਉਹਦੇ ਇੰਪੈਕਟ ਨੇ ਜੀ ਜਿਹੜੇ ਹੁਣ ਸਾਹਮਣੇ ਆ ਰਹੇ ਆ ਕਿ ਕਿੰਨਾ ਨੁਕਸਾਨ ਇਸ ਸਾਰੇ ਢਾਂਚੇ ਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ ਜੀ। ਅਜੇ ਤਾਂ ਅੱਗੇ ਗੱਲ ਕਰਦੇ ਹਾਂ, ਪਹਿਲਾਂ ਤਾਂ ਪੁਲਿਸ ਨੇ ਅਧਿਆਪਕਾਂ ਨੂੰ ਕੁੱਟ ਲਿਆ ਤੇ ਹੁਣ ਉਹਨਾਂ ਦੇ ਉੱਤੇ ਪਰਚਾ ਦਰਜ ਕਰਤਾ। ਤੋ ਐਤਵਾਰ ਨੂੰ ਜਿਹੜਾ ਸੀਗਾ ਜੀ ਇੱਥੇ ਜਿਹੜੇ ਬੇਰੁਜ਼ਗਾਰ PTT ਟੈਟ ਪਾਸ ਜਿਹੜੇ ਅਧਿਆਪਕ ਨੇ, ਕਿਉਂਕਿ ਜਦੋਂ ਇਹ BEd ਵਗੈਰਾ ਕਰ ਲੈਂਦੇ ਫਿਰ ਕਹਿੰਦੇ ਜੀ ET ਕਰੋ ਫਿਰ ਤੁਹਾਨੂੰ ਹਾਇਰ ਕਰਾਂਗੇ, ETT ਕਰ ਲਈ ਫਿਰ ਕਹਿੰਦੇ ਜੀ ਟੈਟ ਪਾਸ ਕਰੋ। ਇਹ ਬੜੇ ਔਖੇ ਟੈਸਟ ਨੇ ਜੀ, IAS ਵਰਗੇ ਜਿਹੜੇ ਟੈਸਟ ਪਾਸ ਕਰਨ ਵਰਗੇ ਟੈਸਟ ਨੇ, ਔਖੇ ਟੈਸਟ ਪਾਸ ਜਦੋਂ ਕਰ ਲੈਂਦੇ ਆ ਇਹ ਲੋਕ, ਫਿਰ ਇਹਨਾਂ ਨੂੰ ਨੌਕਰੀਆਂ ਜਿਹੜੀਆਂ ਦੀ ਉਹ ਨਹੀਂ ਦਿੱਤੀਆਂ ਜਾਂਦੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਬਹਿਸਬਾਜ਼ੀ ਜਿਹੜੀ ਅਕਾਲੀ ਦਲ ਨਾਲ ਕਰੀ ਜਾਂਦੇ ਆ, ਕਿਉਂਕਿ ਉਹ ਹਮੇਸ਼ਾ ਇੱਕੋ ਗੱਲ ਹੀ ਕਰਦੇ ਆ ਮੁੱਖ ਮੰਤਰੀ ਕਿ ਇੱਥੇ ਵਿਰੋਧੀ ਧਿਰ ਜਿਹੜੀ ਆ ਜੀ ਉਹ ਅਕਾਲੀ ਦਲ ਹੈ, ਇਸ ਕਰਕੇ ਉਹ ਅਕਾਲੀ ਦਲ ਦਾ ਨਾਮ ਹੀ ਜ਼ਿਆਦਾ ਜਿਹੜਾ ਜੀ ਉਹ ਜਪਦੇ ਆ, ਇੰਨਾ ਕਿ ਜਿੰਨਾ ਸ਼ਾਇਦ ਅਕਾਲੀ ਦਲ ਵੀ ਨਹੀਂ ਜਪਦਾ ਜੀ। ਉਹ ਅਕਾਲੀ ਦਲ ਦੇ ਉੱਤੇ ਜਿਹੜੇ ਜੀ ਉਹ ਹਮਲੇ ਕਰੀ ਜਾਂਦੇ ਆ ਤਾਂ ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਸ਼ਾਇਦ ਜਿਉਂਦਾ ਰੱਖਣਾ ਉਹਨਾਂ ਦਾ ਮਕਸਦ ਆ ਜੀ, ਔਰ ਉਹ ਅੰਕੜਿਆਂ ਦੀ ਗੱਲ ਜਿਹੜੀ ਕਰੀ ਜਾਂਦੇ ਆ ਕਿ ਮੈਂ ਅੰਕੜਿਆਂ ਦੇ ਆਧਾਰ ਦੇ ਉੱਤੇ ਦੱਸਿਆ ਕਿ ਕਿੰਨੀਆਂ ਪੰਜਾਬ ਦੇ ਵਿੱਚ ਜਿਹੜੀਆਂ ਜੀ ਉਹ ਨੌਕਰੀਆਂ ਨੇ, ਹੁਣ ਕਿੰਨੀਆਂ ਨੌਕਰੀਆਂ ਮਿਲੀਆਂ, ਰਿਐਲਿਟੀ ਤਾਂ ਸਭ ਨੂੰ ਜਿਹੜਾ ਜੀ ਉਹ ਪਤਾ, 12,000 ਜਿਹੜੀਆਂ ਪੋਸਟਾਂ ਨੇ ਉਹ ਖਾਲੀ ਪਈਆਂ ਨੇ ਟੀਚਰਾਂ ਦੀਆਂ, ਇਸ ਪਾਸੇ ਵੱਲ ਨਹੀਂ ਆਉਂਦੇ ਮੁੱਖ ਮੰਤਰੀ, ਇਹਦੀ ਕੋਈ ਗੱਲ ਜਿਹੜੀ ਦੀ ਉਹ ਨਹੀਂ ਕਰਦੇ, ਇਹਨਾਂ ਨੂੰ ਮਿਲਣ ਦੇ ਵਾਸਤੇ ਵੀ ਤਿਆਰ ਨਹੀਂ। ਜਦੋਂ ਇਹ ਐਜੂਕੇਸ਼ਨ ਕਰਕੇ ਜਿਹੜਾ ਜੀ ਉਹ ਪਹੁੰਚਦੇ ਆ ਫਿਰ ਅੱਗੋਂ ਡਾਂਗਾਂ ਪੈਂਦੀਆਂ। ਜਿਹੜੀ ਐਤਵਾਰ ਡਾਂਗ ਚੱਲੀ ਹੈ ਇਹਨਾਂ ਦੇ ਉੱਤੇ, ਮੈਂ ਉੱਧਰ ਦੀ ਜਿਹੜਾ ਜੀ ਉਹ ਲੰਘ ਰਿਹਾ ਸੀ, ਜਿਸ ਏਰੀਏ 'ਚ ਮੈਂ ਰਹਿੰਦਾ ਉਹੀ ਏਰੀਆ ਜਿਹੜਾ ਜੀ ਹੈ, ਕੋਈ ਉਹਨਾਂ ਨੇ ਰੋਕ ਨਹੀਂ ਤੋੜੀ ਟੀਚਰਾਂ ਨੇ, ਕੋਈ ਉਹਨਾਂ ਨੇ ਵਾਦ ਵਿਵਾਦ ਨਹੀਂ ਕੀਤਾ, ਉਹ ਮਹਿਜ਼ ਧਰਨਾ ਦੇ ਰਹੇ ਸੀ ਬਿਨਾਂ ਵਾਰਨਿੰਗ ਦਿੱਤਿਆਂ, ਬਿਨਾਂ ਕਿਸੇ ਕਾਰਨ ਤੋਂ ਉਹਨਾਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ
ਡਾਂਗ ਜਿਹੜੀ ਦੀ ਉਭਰਾਈ ਗਈ। ਇਹ ਪੁਲਿਸ ਵਾਲਿਆਂ ਨੇ ਆਪਣੀ ਪਿੱਠ ਥਪਥਪਾਉਣ ਦੀ ਖਾਤਰ ਤਾਂ ਕਿ ਮਹਿਲ ਦੇ ਅੰਦਰ ਉਹਨਾਂ ਦੀ ਬੱਲੇ ਬੱਲੇ ਜਿਹੜੀ ਹੋਵੇ, ਸਾਰਿਆਂ ਨੇ ਵੀਡੀਓਜ਼ ਦੇਖੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਫੋਟੋਆਂ ਜਿਹੜੀਆਂ ਜੀ ਹੈਗੀਆਂ ਨੇ, ਜਿੰਨੀ ਕੁੱਟ ਜਿਹੜੀ ਜੀ ਇੱਥੇ ਇਹਨਾਂ ਟੀਚਰਸ ਨੂੰ ਪਈ ਆ, ਇਹਨਾਂ ਦੇ ਉੱਤੇ ਹੀ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ। ਕਈ ਥਾਣਿਆਂ ਦੇ ਵਿੱਚ ਮਾਮਲੇ ਜਿਹੜੇ ਉਹ ਦਰਜ ਕਰ ਲਏ ਗਏ ਪਟਿਆਲੇ ਦੇ। ਇਹਦੇ 'ਚ ਪੁਲਿਸ ਦੇ ਨਾਲ ਹੱਥੋਂ ਪਾਈ ਕਰਨੀ, ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ, ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਜਿਹੜਾ ਜੀ ਉਹ ਕਰਨ ਦੇ ਦੋਸ਼ ਜਿਹੜੇ ਇਹਨਾਂ ਦੇ ਉੱਤੇ ਲਾਏ ਗਏ ਆ, ਉਹ ਵੀ ਉਦੋਂ ਜਦੋਂ ਰਾਤ ਦੇ ਸਮੇਂ ਜਿਹੜਾ ਜੀ ਕੱਲ੍ਹ ਰਾਤ ਦੇ ਸਮੇਂ ਇੰਨਾ ਕੁ ਸਮਝੌਤਾ ਹੋਇਆ ਵੀ ਤੁਹਾਡੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਵਾਵਾਂਗੇ। ਪਟਿਆਲੇ ਦੇ SDM ਨੇ ਜਿਹੜਾ ਜੀ ਉਹ ਲਿਖਤ ਰੂਪ ਦੇ ਵਿੱਚ ਭਰੋਸਾ ਜਿਹੜਾ ਉਹ ਦਿੱਤਾ ਤੇ ਤੁਹਾਡੀ ਮੁਲਾਕਾਤ 12 ਤਰੀਕ ਨੂੰ ਜਿਹੜੀ ਜੀ ਉਹ ਕਰਵਾਵਾਂਗੇ। ਜਦੋਂ ਲਿਖਤ ਸਮਝੌਤਾ ਹੋਇਆ ਸੀਗਾ ਕਿ ਮੁਲਾਕਾਤ ਹੋਣੀ ਆ, ਉਦੋਂ ਬਾਅਦ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਇਹ ਜਿਹੜੇ ਕੇਸ ਆ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੇ ਆ ਕਿ ਸਰਕਾਰ ਨੇ ਇਹਨਾਂ ਦੇ ਨਾਲ ਮੁਲਾਕਾਤ ਜਿਹੜੀ ਦੀ ਉਹ ਨਹੀਂ ਕਰਨੀ, ਬਲਕਿ ਜਦੋਂ ਇਹ ਅਗਲੀ ਵਾਰੀ ਆਉਣਗੇ ਤੇ ਇਸੇ ਤਰੀਕੇ ਦੇ ਨਾਲ ਹੋਰ ਡਾਂਗ ਉਹਨਾਂ ਦੇ ਉੱਤੇ ਜਿਹੜੀ ਉਹ ਚੱਲੂਗੀ। ਜੀ 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 ਡਾਂਗਾ ਹੀ ਖਾਂਦੇ ਬਹੁਤ ਦੇਰ ਤੋਂ। ਅੱਗੇ ਸਰਹੰਦ ਦੇ ਫਲੋਟਿੰਗ ਰੈਸਟੋਰੈਂਟ ਦੀ ਗੱਲ ਕਰੀਏ, ਉਸ ਨੂੰ ਤਾਲਾ ਲੱਗਾ। ਦੇਖੋ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ, ਨਾ ਸਰਕਾਰ ਉਹਨੂੰ ਚਲਾ ਸਕਦੀ ਹੈ ਤੇ ਨਾ ਜਿਹੜਾ ਜੀ ਉਹ ਚਲਾਉਣ ਨੂੰ ਕਿਸੇ ਹੋਰ ਨੂੰ ਹੀ ਪਰਮਿਸ਼ਨ ਜਿਹੜਾ ਉਹ ਦੇਣਾ ਚਾਹੁੰਦੀ ਆ। ਇਹ ਤਕਰੀਬਨ 4 ਦਹਾਕੇ ਪਹਿਲਾਂ 1973 ਦੇ ਵਿੱਚ ਫਲੋਟਿੰਗ ਰੈਸਟੋਰੈਂਟ ਪਾਣੀ ਦੇ ਉੱਤੇ ਤੈਰਦਾ ਰੈਸਟੋਰੈਂਟ ਜਿਹੜਾ ਸੀਗਾ ਜੀ, ਇਹ ਗਿਆਨੀ ਜੈਲ ਸਿੰਘ ਹੋਰਾਂ ਨੇ ਜਿਹੜਾ ਉਹ ਬਣਾਇਆ ਸੀਗਾ। ਪੰਜਾਬ ਦੇ ਵਿੱਚ ਸਰਕਾਰੀ ਜਿਹੜੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੀ ਲੋਕੇਸ਼ਨ ਬੜੀ ਸ਼ਾਨਦਾਰ ਹੈ, ਉਹ ਸਰਕਾਰ ਦੇ ਕਮਾਈ ਦਾ ਸਾਧਨ ਜਿਹੜਾ ਜੀ ਉਹ ਬਣ ਸਕਦੀਆਂ ਨੇ, ਪਰ ਸਰਕਾਰਾਂ ਕਦੀ ਇਸ ਪਾਸੇ ਵੱਲ ਰੈਵਨਿਊ ਜਨਰੇਟ ਕਰਨ ਵੱਲ ਜਿਹੜਾ ਜੀ ਉਹ ਤੁਰਦੀਆਂ ਹੀ ਨਹੀਂ। ਜਿਹੜਾ ਸਰਹੰਦ ਦਾ ਫਲੋਟਿੰਗ ਰੈਸਟੋਰੈਂਟ ਆ, ਬਹੁਤ ਸਾਰੇ ਲੋਕਾਂ ਨੇ ਇਹਨੂੰ ਜਿਹੜਾ ਜੀ ਉਹ ਵੇਖਿਆ ਹੋਊਗਾ, ਬਹੁਤ ਵੱਡੀ ਇਹ ਅਟਰੈਕਸ਼ਨ ਕਿਸੇ ਸਮੇਂ ਰਿਹਾ, ਅੱਜ ਜ਼ਰੂਰ ਘੱਟ ਗਿਆ। ਅੱਜ ਘਟਣ ਦਾ ਰੀਜ਼ਨ ਜਿਹੜਾ ਜੀ ਇਹ ਹੋ ਗਿਆ ਕਿ ਇੱਥੋਂ ਫਲਾਈਓਵਰ ਬਣ ਗਿਆ, ਉੱਤੋਂ ਦੀ ਲੰਘਦੇ, ਪਰ ਇਹਨੂੰ ਰਸਤੇ ਜਿਹੜੇ ਜੀ ਉਹ ਦਿੱਤੇ ਗਏ ਆ, ਲੋਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਸਤੇ ਲੱਭ ਕੇ ਇਹਦੇ ਉੱਤੇ ਜਿਹੜਾ ਜੀ ਉਹ ਪਹੁੰਚਦੇ ਸੀਗੇ। ਪਿਛਲੇ ਦਿਨੀ ਕੁਛ ਸਮਾਂ ਪਹਿਲਾਂ ਜਿਹੜਾ ਜੀ ਇੱਥੇ ਕੁਛ ਕਮਰੇ ਜਿਹੜੇ ਜੀ ਉਹ ਬਣਾਏ ਗਏ, 4 AC ਤੇ 4 non-AC ਜਿਹੜੇ ਸ਼ਾਨਦਾਰ ਕਮਰੇ ਮੌਜੂਦ ਸੀਗੇ। ਇਹਦੇ ਬਾਵਜੂਦ ਜਿਹੜੇ ਸਰਕਾਰ ਹੈ ਮੌਜੂਦਾ, ਉਹਨੇ ਰੈਸਟੋਰੈਂਟ ਨੂੰ ਤਾਲਾ ਲਾਉਣ ਕਰਕੇ ਇੱਥੇ ਕੰਮ ਕਰਦੇ ਜਿਹੜੇ ਸੀਗੇ ਜੀ ਉਹਨਾਂ ਤੋਂ ਸਾਰਿਆਂ ਤੋਂ ਹਿਸਾਬ ਕਿਤਾਬ ਲੈ ਕੇ ਇਹਨੂੰ ਤਾਲਾ ਜੜ ਦਿੱਤਾ ਜੀ। ਜਿਹੜੇ ਨੇੜੇ ਤੇੜੇ ਦੇ ਰਹਿੰਦੇ ਲੋਕ ਆ ਜੀ, ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਰੈਸਟੋਰੈਂਟ ਹੈ ਇਹ ਉਹਨਾਂ ਦੇ ਏਰੀਏ ਦੀ ਇੱਕ ਪਹਿਚਾਣ ਸੀਗਾ, ਇਹਨੂੰ ਤਾਲਾ ਕਿਉਂ ਲਾਇਆ ਗਿਆ। ਸਰਕਾਰ ਬਹਾਨਾ ਮਾਰ ਰਹੀ ਹੈ ਜੀ ਕਿ ਕੁਛ ਮਹੀਨੇ ਦੇ ਵਾਸਤੇ ਇਹਨੂੰ ਬੰਦ ਕੀਤਾ ਜਾ ਰਿਹਾ, ਇੱਥੇ ਰੈਨੋਵੇਸ਼ਨ ਜਿਹੜੀ ਹੈ ਜੀ ਉਹ ਕੀਤੀ ਜਾਣੀ ਹੈ। ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਜੇ ਰੈਨੋਵੇਸ਼ਨ ਕੀਤੀ ਜਾਣੀ ਹੈ ਤਾਂ ਪੈਸਾ ਕਿੱਥੋਂ ਉਹਦਾ ਆਉਣਾ? ਸਰਕਾਰ ਦੇ ਅੱਲੇ ਪੱਲੇ ਕੁਛ ਨਹੀਂ ਜਿਹੜਾ ਜੀ ਹੈਗਾ, ਨਾ ਬਜਟ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਜੀ ਉਹ ਪੈਸਾ ਰੱਖਿਆ ਗਿਆ। ਇਹ ਮਹਿਜ਼ ਇਹਨੂੰ ਬੰਦ ਕਰਨ ਦੀ ਇੱਕ ਸਾਜਿਸ਼ ਹੈ। ਕੁਛ ਜਿਹੜੀਆਂ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ ਬੰਦ ਕਰਨ ਦੇ ਨਾਲੋਂ ਜੇ ਇਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਸੌਂਪ ਦਿੱਤਾ ਜਾਵੇ ਤਾਂ ਸਰਕਾਰ ਨੂੰ ਕੁਛ ਰੈਵਨਿਊ ਜਿਹੜਾ ਜੀ ਉਹ ਆ ਸਕਦਾ। ਜੰਦਰਾ ਲਾਉਣਾ ਜਿਹੜਾ ਜੀ ਉਹ ਸਮਝ ਨਹੀਂ ਆਈ ਲੋਕਾਂ ਨੂੰ। ਔਰ ਇਸ ਤਰ੍ਹਾਂ ਦੀਆਂ ਕਿੰਨੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਿ ਇੱਥੇ ਆਉਣ ਵਾਲੇ ਜਿਹੜੇ ਵਿਜ਼ਿਟਰ ਨੇ ਉਹਨਾਂ ਦੇ ਵਾਸਤੇ ਅਟਰੈਕਸ਼ਨ ਦਾ ਇੱਕ ਪਾਰਟ ਜਿਹੜਾ ਜੀ ਹੋ ਸਕਦੀਆਂ ਨੇ। ਪਰ ਗੱਲ ਇਹ ਆ ਕਿ ਜੇ ਸਰਕਾਰਾਂ ਦੇ ਕੋਲੇ ਕੋਈ ਨੀਤ ਹੋਵੇ, ਨੀਤੀ ਹੋਵੇ, ਤੇ ਫਿਰ ਹੀ ਜਿਹੜਾ ਜੀ ਸਾਰਾ ਕੁਛ ਕੀਤਾ ਜਾ ਸਕਦਾ। ਰਾਜਸਥਾਨ ਵਰਗਾ ਜਿਹੜਾ ਜੀ ਉਹ ਸੂਬਾ ਉਹ ਇੱਕੋ ਚੀਜ਼ ਤੋਂ ਰੋਟੀ ਖਾਂਦਾ ਕਿ ਉਹਨੇ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਦੀ ਬਹੁਤ ਕੀਤੀ ਆ। ਵਿਸ਼ਵ ਭਰ ਦੇ ਵਿੱਚ ਉੱਥੇ ਸੈਲਾਨੀ ਜਿਹੜਾ ਜੀ ਆਉਂਦੇ ਆ। ਇੱਥੇ ਪੰਜਾਬ ਦੇ ਕੋਲੇ ਇੰਨਾ ਕੁਛ ਸੀਗਾ, ਚਾਹੇ ਪਹਿਲਾਂ ਉਹ ਕਾਰ ਸੇਵਾ ਵਾਲੇ ਬਾਬੇ ਉੱਥੇ ਜੀ, ਉਹਨਾਂ ਨੇ ਤਹਿਸ ਨਹਿਸ ਕਰਕੇ ਸਾਰਾ ਜਿਹੜਾ ਜੀ ਉਹ ਚਿੱਟਾ ਸੰਗਮਰਮਰ ਜਿਹੜਾ ਕਰਤਾ, ਜਿਹੜੀਆਂ ਧਾਰਮਿਕ ਜਿਹੜੀਆਂ ਇਮਾਰਤਾਂ ਸਨ ਉਹਨਾਂ ਦਾ, ਦੂਸਰੀਆਂ ਜਿਹੜੀਆਂ ਇਹੋ ਜਿਹੀਆਂ ਵਿਰਾਸਤੀ ਚੀਜ਼ਾਂ ਸਨ ਜੀ ਉਹ ਸਰਕਾਰ ਨੇ ਜਿਹੜਾ ਜੀ ਉਹ ਨਹੀਂ ਸੰਭਾਲੀਆਂ। ਇਹ ਕਿਤੇ ਨਾ ਕਿਤੇ ਜਿਹੜਾ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਾਸਤੇ ਇਹ ਬਦਕਿਸਮਤੀ ਹੀ ਹੈ ਕਿ ਸਰਕਾਰਾਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਆਉਣ ਵਾਲੀਆਂ ਸੀ ਉਹਨਾਂ ਨੇ ਇਹਨਾਂ ਚੀਜ਼ਾਂ ਵੱਲ ਕਦੀ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ, ਕੰਮ ਦੀਆਂ ਗੱਲਾਂ ਵੱਲ ਧਿਆਨ ਘੱਟ ਦਿੰਦੇ ਆ। ਤੇ ਅੱਗੇ ਗੱਲ ਕਰਦੇ ਆ ਦਿੱਲੀ ਦੇ ਵਿੱਚ, ਹੁਣ 2 ਹਫ਼ਤੇ ਹੋ ਗਏ ਆ ਉਸ ਦੇ ਬੀਤਣ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਸਹਿਮ ਬਣਿਆ ਹੋਇਆ। ਕਦੀ ਇਹ ਜਿਹੜਾ ਉੱਤਰ ਪੂਰਬੀ ਦਿੱਲੀ ਦੇ ਏਰੀਆ ਸੀਗਾ ਜੀ, 2 ਹਫ਼ਤੇ ਹੋ ਗਏ ਇੱਥੇ ਹਿੰਸਾ ਜਿਹੜੀ ਹੋਈ ਨੂੰ, ਅੱਜ ਵੀ ਸਹਿਮ ਦਾ ਮਾਹੌਲ ਜਿਹੜਾ ਜੀ ਉਹ ਕਾਇਮ ਹੈ। ਜਦੋਂ ਸ਼ਾਮ ਪੈਂਦੀ ਆ, ਹਨੇਰਾ ਹੁੰਦਾ ਤੇ ਜਿਹੜੀ ਸ਼ਿਵ ਵਿਹਾਰ ਕਲੋਨੀ ਦੇ ਵਿੱਚ ਤਣਾਓ ਦਾ ਮਾਹੌਲ ਬਣ ਜਾਂਦਾ।
ਇੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਆਪਣੇ ਪਰਿਵਾਰ ਨੂੰ ਕਹਿੰਦੇ ਆ ਕਿ ਪਰਿਵਾਰ ਇਕੱਠਾ ਕਰ ਲਓ, ਕਿਉਂਕਿ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਜਾਣ ਦਾ ਸਮਾਂ ਜਿਹੜਾ ਜੀ ਉਹ ਆ ਗਿਆ। 53 ਵਿਅਕਤੀ ਇਸ ਹਿੰਸਾ ਦੇ ਵਿੱਚ ਮਾਰੇ ਗਏ, 300 ਦੇ ਕਰੀਬ ਲੋਕ ਜਿਹੜੇ ਜੀ ਉਹ ਜ਼ਖਮੀ ਹੋਏ, ਲੋਕਾਂ ਦੇ ਘਰ ਕਾਰੋਬਾਰ ਜਿਹੜੇ ਜੀ ਉਹ ਨਸ਼ਟ ਹੋ ਗਏ। ਲੋਕਾਂ ਨੂੰ ਅਜੇ ਵੀ ਡਰ ਹੈ ਕਿ ਹਿੰਸਾ ਮੁੜ ਕੇ ਹੋ ਸਕਦੀ ਹੈ। ਅੱਜ ਹੋਲੀ ਦਾ ਤਿਉਹਾਰ ਹੈ, ਲੋਕਾਂ ਨੂੰ ਇਸ ਗੱਲ ਦਾ ਡਰ ਜਿਹੜਾ ਜੀ ਉਹ ਬਣਿਆ ਹੋਇਆ ਕਿ ਇੱਥੇ ਮੁੜ ਕੇ ਹਿੰਸਾ ਜਿਹੜੀ ਹੈ ਜੀ ਉਹ ਸਟਾਰਟ ਹੋ ਸਕਦੀ ਹੈ ਇਹਨਾਂ ਏਰੀਆਜ਼ ਦੇ ਵਿੱਚ। ਜਿਹੜੇ ਇੱਥੇ ਛੋਟਾ ਛੋਟਾ ਕੰਮ ਕਾਰ ਜਿਹੜਾ ਜੀ ਉਹ ਕਰਨ ਵਾਲੇ ਉਹ ਇਹ ਕਹਿੰਦੇ ਆ ਕਿ ਘਰ ਦੇ ਵਿੱਚ ਰਾਤ ਬਿਤਾਉਣ ਤੋਂ ਡਰ ਲੱਗਦਾ। 2 ਹਫ਼ਤੇ ਪਹਿਲਾਂ ਇਹ ਜਿਹੜਾ ਨਫੀਸ ਹੈ ਇੱਥੋਂ ਦਾ ਰਹਿਣ ਵਾਲਾ, ਉਹਦੇ ਪਰਿਵਾਰ ਦੇ 14 ਮੈਂਬਰਾਂ ਦੇ ਨਾਲ ਸ਼ਿਵ ਵਿਹਾਰ ਦੇ ਵਿੱਚ 3 ਮੰਜ਼ਿਲਾ ਘਰ ਦੇ ਵਿੱਚ ਰਹਿੰਦਾ ਸੀਗਾ। ਹਿੰਸਾ ਦੇ ਦੌਰਾਨ ਹੋਰ ਜਾਇਦਾਦਾਂ ਵਾਂਗ ਉਹਦਾ ਘਰ ਵੀ ਜਿਹੜਾ ਜੀ ਉਹ ਲੁੱਟ ਕੇ ਸਾੜ ਦਿੱਤਾ ਗਿਆ। ਜਿਹੜੇ ਪ੍ਰਭਾਵਿਤ ਵਿਅਕਤੀ ਨੇ ਉਹਨਾਂ ਨੇ ਸਰਕਾਰੀ ਰਾਹਤ ਕੈਂਪਾਂ ਦੇ ਵਿੱਚ ਜਿਹੜੀ ਜੀ ਉਹ ਪਨਾਹ ਲਈ ਹੋਈ ਹੈ, ਜਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਜਿਹੜੇ ਆ ਜੀ ਉਹ ਚਲੇ ਗਿਆ। ਉਹ ਸਵੇਰ ਵੇਲੇ ਨੁਕਸਾਨ ਦਾ ਜਾਇਜ਼ਾ ਲੈਣ ਆਉਂਦੇ ਆ, ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਜਿਹੜੇ ਜਿੱਥੇ ਵੀ ਉਹ ਰਹਿ ਰਹੇ ਨੇ, ਚਾਹੇ ਉਹ ਰਾਹਤ ਕੈਂਪ ਨੇ ਜਾਂ ਰਿਸ਼ਤੇਦਾਰਾਂ ਵੱਲ, ਜਿਹੜਾ ਉਹ ਚਲੇ ਜਾਂਦੇ ਆ। ਇੱਕ ਵਿਅਕਤੀ ਜਿਹੜਾ ਮੁਹੰਮਦ ਗਿਊਰ ਆ, ਉਹਦਾ 2 ਮੰਜ਼ਿਲਾ ਘਰ ਜਿਹੜਾ ਜੀ ਉਹ ਸਵਾਹ ਹੋ ਗਿਆ। ਜਿਹੜੇ ਉਹਦੇ 3 ਜਿਹੜੇ ਉਹ ਸਾੜ ਦਿੱਤੇ ਗਏ, 3 ਬੱਕਰੀਆਂ ਚੋਰੀ ਕਰ ਲਈਆਂ ਗਈਆਂ। ਆਮ ਲੋਕ ਨੇ ਜੀ ਇਹ, ਪਹਿਲੀ ਮੰਜ਼ਿਲ ਦੇ ਉੱਤੇ ਸਿਲੰਡਰ 'ਚ ਧਮਾਕਾ ਹੋਇਆ, 2 ਕਮਰਿਆਂ ਦੀ ਛੱਤ ਜਿਹੜੀ ਉਹ ਢਹਿ ਢੇਰੀ ਹੋ ਗਈ। ਜੀ ਲੋਕ ਇਹ ਜਿਹੜਾ ਜੀ ਸਮਝਦੇ ਆ ਕਿ ਜਿਹੜੀ ਪੁਲਿਸ ਹੈ ਉਹਦੇ ਉੱਤੇ ਉਹਨਾਂ ਦਾ ਕੋਈ ਯਕੀਨ ਜਿਹੜਾ ਜੀ ਉਹ ਨਹੀਂ ਗਾ। ਉਹ ਕਹਿੰਦੇ ਆ ਕਿ ਪੁਲਿਸ ਦੀ ਇੱਥੇ ਪੈਟਰੋਲਿੰਗ ਜਿਹੜੀ ਉਹ ਜਾਰੀ ਆ, ਪੁਲਿਸ ਆਉਂਦੀ ਆ ਵੇਖਦੀ ਆ, ਪਰ ਉਹਨਾਂ ਦਾ ਵਿਸ਼ਵਾਸ ਇਸ ਕਦਰ ਉੱਠ ਚੁੱਕਿਆ ਹੋਇਆ, ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਭੀੜਾਂ ਮੁੜ ਕੇ ਉਹਨਾਂ ਦੇ ਘਰਾਂ ਦੇ ਉੱਤੇ ਆਉਣ ਪਈਆਂ ਤੇ ਪੁਲਿਸ ਨੇ ਜਿਹੜਾ ਜੀ ਉਹ ਬਚਾਉਣਾ ਨੀ ਗਾ। ਆਹ ਜਿਹੜੇ ਦਿਨ ਤਿਉਹਾਰ ਚੱਲ ਰਹੇ ਨੇ ਇਹਦੇ ਵਿੱਚ ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਵੱਡਾ ਡਰ ਜਿਹੜਾ ਜੀ ਉਹ ਬੈਠਾ ਹੋਇਆ। ਇਹ ਹੁਣ ਡਰ ਜਿਹੜਾ ਜੀ ਉਹ ਕਿਵੇਂ ਨਿਕਲੇ, ਇਹ ਸਰਕਾਰਾਂ ਨੇ ਜਿਹੜਾ ਜੀ ਉਹ ਕੱਢਣਾ ਹੁੰਦਾ, ਪਰ ਉਹ ਸਰਕਾਰਾਂ ਚਾਹੇ ਉਹ ਸੂਬੇ ਦੀ ਸਰਕਾਰ ਹੈ ਦਿੱਲੀ ਦੀ, ਚਾਹੇ ਉਹ ਕੇਂਦਰ ਦੀ ਸਰਕਾਰ ਹੈ ਜੀ, ਜਾਂ ਬਾਕੀ ਸਿਆਸੀ ਪਾਰਟੀਆਂ ਵਾਲੇ ਆ, ਜਦੋਂ ਉਹ 3 ਦਿਨ ਤੱਕ ਇਹਨਾਂ ਲੋਕਾਂ ਦੀ ਮਦਦ ਦੇ ਵਾਸਤੇ ਨਹੀਂ ਬੋੜੇ, ਇਸ ਕਰਕੇ ਉਹਨਾਂ ਦਾ ਵਿਸ਼ਵਾਸ ਕਿਸੇ ਵੀ ਚੀਜ਼ ਦੇ ਉੱਤੇ ਨਹੀਂ ਜਿਹੜਾ ਜੀ ਉਹ ਵੱਧ ਰਿਹਾ। ਉਹਨਾਂ ਨੂੰ ਡਰ ਹੀ ਸਤਾਈ ਜਾਂਦਾ ਕਿ ਉਹਨਾਂ ਨੂੰ ਇਹ ਨੀ ਪਤਾ ਕਿ ਕਦੋਂ ਉਹਨਾਂ ਦੇ ਉੱਤੇ ਮੁੜ ਕੇ ਫੇਰ ਹਮਲਾ ਹੋ ਜਾਣਾ। ਜੀ ਤੇ ਅੱਗੇ ਗੱਲ ਕਰਦੇ ਹਾਂ, ਕਰੋਨਾ ਵਾਇਰਸ ਕਰਕੇ ਚਾਈਨਾ ਤੋਂ ਸਮਾਨ ਆ ਜਿਹੜਾ ਉਹ ਘਟ ਗਿਆ ਆਉਣਾ, ਅਤੇ ਉਸ ਨੂੰ ਲੈ ਕੇ ਇੱਥੇ ਬੜਾ ਹੜਦੁਰ ਮਚਿਆ ਹੋਇਆ ਆ, ਇਹਦੇ ਸਮਾਨ ਮਹਿੰਗਾ ਹੋ ਗਿਆ। ਦੇਖੋ ਇਹਦਾ ਅਸਰ ਤਾਂ ਵਿਸ਼ਵ ਦੇ ਉੱਤੇ ਪਊਗਾ ਜੀ, ਹੌਲੀ ਹੌਲੀ ਪਊਗਾ, ਬਹੁਤ ਵੱਡਾ ਪਊਗਾ। ਜਦੋਂ ਸਾਰੇ ਆਂਡੇ ਇੱਕ ਬਕਟ ਦੇ ਵਿੱਚ ਜਿਹੜਾ ਜੀ ਉਹ ਰੱਖ ਲਏ ਵਿਸ਼ਵ ਨੇ, ਤੇ ਇਹਦਾ ਅਸਰ ਜਿਹੜਾ ਜੀ ਉਹ ਪੈ ਸੀਗਾ ਜੀ। ਇਹ ਵਾਇਰਸ ਆ ਗਿਆ, ਵਾਇਰਸ ਨਾ ਉਹਦਾ ਤਾਂ ਸ਼ਾਇਦ ਮੁਲਕਾਂ ਨੂੰ ਇਹ ਗੱਲ ਸਮਝ ਹੀ ਨਾ ਆਉਂਦੀ ਕਿ ਜਿੰਨੀ ਮੈਨੂਫੈਕਚਰਿੰਗ ਸੀਗੀ ਉਹ ਸਾਰੀ ਬੰਦ ਕਰਕੇ ਸਾਰੇ ਜਿਹੜਾ ਜੀ ਉਹ ਚਾਈਨਾ ਵੱਲ ਨੂੰ ਤੁਰ ਪਏ। ਅਮਰੀਕਾ ਕੈਨੇਡਾ ਦੇ ਵਿੱਚ ਕਿਸੇ ਸਮੇਂ ਇਹ ਮੈਨੂਫੈਕਚਰਿੰਗ ਦੀਆਂ ਜੋਬ ਜਿਹੜੀਆਂ ਜੀ ਉਹ ਕਿੰਨੇ ਲੋਕਾਂ ਦੇ ਕੋਲੇ ਹੁੰਦੀਆਂ ਸੀਗੀਆਂ, ਹੌਲੀ ਹੌਲੀ ਘਟਦੀਆਂ ਘਟਦੀਆਂ ਜਿਹੜੀਆਂ ਜੀ ਉਹ ਸੁੰਗੜ ਗਈਆਂ, ਕਿਉਂਕਿ ਸਸਤਾ ਸਮਾਨ ਜਿਹੜਾ ਸੀਗਾ ਜੀ ਉਹ ਮਿਲਣ ਲੱਗ ਗਿਆ ਚਾਈਨਾ ਤੋਂ, ਮਹਿਜ਼ ਸ਼ੋਰੂਮ ਹੀ ਜਿਹੜਾ ਜੀ ਉਹ ਰਹਿ ਗਏ। ਇਹ ਇੰਪੈਕਟ ਅਜੇ ਪੈਣਾ, ਪਰ ਜਿਹੜਾ ਤੁਰੰਤ ਇੰਪੈਕਟ ਹੈ ਜੀ ਉਹ ਇੱਥੇ ਭਾਰਤ ਦੇ ਵਿੱਚ ਦਵਾਈਆਂ ਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਪੈ ਰਿਹਾ। ਦਵਾਈਆਂ ਦੀ ਕੀਮਤ ਜਿਹੜੀ ਹੈ ਜੀ ਉਹ 40% ਤੋਂ ਲੈ ਕੇ 50% ਤੱਕ ਕੁਝ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਹੋ ਗਈ ਹੋਈ ਹੈ ਜੀ, ਕੱਚਾ ਮਾਲ ਜਿਹੜਾ ਇੱਥੇ ਆਉਂਦਾ ਸੀਗਾ। ਇਹਦੇ ਕਰਕੇ ਜਿਹੜਾ ਜੀ ਉਹ ਕਈ ਕਾਰੋਬਾਰ ਨੇ ਜਿਹਨਾਂ ਨੂੰ ਧਾਰ ਜਿਹੜੀ ਉਹ ਲੱਗ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਇਹਦਾ ਅਸਰ ਵੱਡਾ ਮਿਲ ਰਿਹਾ, ਕਿਉਂਕਿ ਇੱਥੇ ਜਿਹੜੀ ਕੱਪੜਾ ਸਨਅਤ ਹੈ ਉਹਦਾ ਕੱਚਾ ਮਾਲ ਜਿਹੜਾ ਉਹ ਚਾਈਨਾ ਤੋਂ ਮੰਗਵਾਇਆ ਜਾ ਰਿਹਾ ਸੀਗਾ, ਸਾਰੇ ਦਾ ਸਾਰਾ ਬੰਦ ਹੋ ਗਿਆ, ਜਿਹਦੇ ਨਾਲ ਇਹ ਇੰਡਸਟਰੀ ਵੀ ਵੱਡੀ ਜਿਹੜੀ ਜੀ ਉਹ ਪ੍ਰਭਾਵਿਤ ਹੋ ਰਹੀ ਆ। ਜਿਹੜੀਆਂ ਵੱਖ ਵੱਖ ਇੱਥੇ ਇਕਾਈਆਂ ਨੇ ਕੱਚਾ ਮਾਲ ਨਾ ਮਿਲਣ ਕਰਕੇ ਮਹਿੰਗਾ ਮਿਲਣ ਕਰਕੇ ਉਹ ਬੰਦ ਕਰਨੀਆਂ ਜਿਹੜੀਆਂ ਜੀ ਉਹ ਪੈ ਰਹੀਆਂ ਨੇ। ਕੱਪੜਾ ਸਨਅਤ ਦੇ ਵਿੱਚ ਰੰਗਾਈ ਲਈ ਵਰਤੇ ਜਾਂਦੇ ਜਿਹੜੇ ਕੈਮੀਕਲ ਰੰਗ ਨੇ ਉਹਨਾਂ ਦੀ ਕੀਮਤ ਜਿਹੜੀ ਆ ਜੀ ਉਹ 30% ਤੱਕ ਵੱਧ ਗਈ ਆ ਜੀ। ਪਹਿਲਾਂ ਇਹ ਰੰਗ ਚਾਈਨਾ ਤੋਂ ਮੰਗਵਾਏ ਜਾ ਰਹੇ ਸੀ, ਹੁਣ ਬੰਦ ਹੋ ਗਿਆ। ਡਾਈਨ ਤੇ ਪ੍ਰੋਸੈਸਿੰਗ ਇਕਾਈਆਂ ਦੇ ਸਨਅਤਕਾਰ ਜਿਹੜੇ ਨੇ ਜੀ ਉਹਨਾਂ ਨੂੰ ਕੈਮੀਕਲ ਰੰਗਾਂ ਦੀ ਖਰੀਦ ਲਈ ਜ਼ਿਆਦਾ ਰਕਮ ਜਿਹੜੀ ਉਹ ਖਰਚਣੀ ਪੈ ਰਹੀ ਆ। ਜਿਹੜੇ ਕੱਪੜੇ ਵਾਸਤੇ ਧਾਗੇ ਮੰਗਵਾਏ ਜਾਂਦੇ ਸੀ ਉਹਦੀ ਕੀਮਤ ਦੇ ਵਿੱਚ 40% ਤੱਕ ਜਿਹੜਾ ਜੀ ਉਹ ਵਾਧਾ ਹੋ ਗਿਆ ਹੈ।
ਕੱਚਾ ਮਾਲ ਜਿਹੜਾ ਉਹ ਹੋਰ ਜਗ੍ਹਾ ਤੋਂ ਮੰਗਵਾਉਣ ਦੇ ਯਤਨ ਕੀਤੇ ਜਾ ਰਹੇ ਆ। ਫਿਲਹਾਲ ਮਹਿੰਗਾ ਮਾਲ ਜਿਹੜਾ ਜੀ ਉਹ ਖਰੀਦਣਾ ਪੈ ਰਿਹਾ। ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਜਿਹੜਾ ਜੀ ਉਹ ਲੋਕ ਨੇ ਉਹ ਕਹਿੰਦੇ ਕਿ ਇਹ ਇੰਡਸਟਰੀ ਜਿਹੜੀ ਆ ਜੀ ਉਹ ਹਾਲ ਦੀ ਘੜੀ ਬੰਦ ਹੋਣ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਆ। ਇਹ ਛੋਟੀਆਂ ਇੰਡਸਟਰੀਜ਼ ਨੇ ਜੀ ਜਿਹੜੀਆਂ ਕੱਪੜਾ ਰੰਗਣ ਵਾਲੀਆਂ ਹੋ ਗਈਆਂ, ਕੱਪੜੇ ਦੀ ਜਿਹੜੀ ਇੰਡਸਟਰੀ ਹੋ ਗਈ, ਦਵਾਈਆਂ ਦੀ ਇੰਡਸਟਰੀ ਬਹੁਤ ਵੱਡੀ ਹੈ ਜੀ। ਉਹਦੇ ਉੱਤੇ ਕੱਚੇ ਮਾਲ ਦਾ ਅਸਰ ਜਿਹੜਾ ਜੀ ਬਹੁਤ ਵੱਡਾ ਪੈ ਰਿਹਾ ਤੇ ਦਵਾਈਆਂ ਦੀ ਕੀਮਤ ਜਿਹੜੀ ਜੀ ਉਹ ਵੱਧ ਰਹੀ ਹੈ। ਹਰ ਚੀਜ਼ ਦੀ ਜਿਹੜੀ ਆ ਜੀ ਉਹ ਕੀਮਤ ਵਧਣੀ ਆ। ਜਿੱਥੇ ਇੱਕ ਪਾਸੇ ਆਪਾਂ ਗੱਲ ਕੀਤੀ ਹੈ ਕਿ ਸ਼ੇਅਰ ਬਾਜ਼ਾਰ ਜਿਹੜਾ ਜੀ ਉਹ ਮੂਹਦੇ ਮੂੰਹ ਡਿੱਗ ਰਿਹਾ ਤੇ ਦੂਜੇ ਪਾਸੇ ਜਿਹੜਾ ਆਮ ਬੰਦਾ ਉਹਦੀ ਉਹਦੇ ਵਾਸਤੇ ਜਿਹੜੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੋ ਰਹੀਆਂ ਨੇ ਜੀ ਡੇ ਬਾਈ ਡੇ, ਕਿਉਂਕਿ ਸਾਰਾ ਕੁਛ ਡਿਪੈਂਡ ਹੀ ਜਿਹੜਾ ਜੀ ਉਹ ਚਾਈਨਾ ਦੇ ਉੱਤੇ ਹੋ ਗਿਆ ਸੀਗਾ ਪੂਰੇ ਵਿਸ਼ਵ ਦਾ ਜੀ। ਇਹ ਲੋਕਾਂ ਨੂੰ ਮਹਿੰਗਾਈ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹਿਣਾ ਚਾਹੀਦਾ ਅੱਗੋਂ। ਖਾਸ ਤੌਰ ਦੇ ਉੱਤੇ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੀ, ਇਹ ਭਾਰਤ ਦੀ ਇੰਡਸਟਰੀ ਦਾ ਸਵਾਲ ਨਹੀਂ ਗਾ ਜੀ, ਇਹ ਓਵਰਆਲ ਦੁਨੀਆਂ ਦੀ ਇੰਡਸਟਰੀ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਪਊਗਾ। ਕਿੰਨਾ ਪਊਗਾ, ਕਿਉਂਕਿ ਅਜੇ ਵੀ ਜੇ ਆਪਾਂ ਦੇਖੀਏ ਤਾਂ ਜਿਵੇਂ ਇਹ 100 ਮੁਲਕਾਂ ਤੋਂ ਉੱਪਰ 110 ਮੁਲਕਾਂ ਤੱਕ ਜਿਹੜਾ ਜੀ ਉਹ ਫੈਲ ਚੁੱਕਿਆ ਹੋਇਆ, ਅਜੇ ਇਹ ਕੰਟਰੋਲ ਕਿਵੇਂ ਹੋਣਾ ਇਹਦਾ ਕੋਈ ਹੱਲ ਜਿਹੜਾ ਜੀ ਉਹ ਨਹੀਂ ਲੱਭ ਰਿਹਾ। ਜੇ ਕੰਟਰੋਲ ਹੋਣ ਵੀ ਲੱਗਦਾ ਤੇ ਕਿੰਨਾ ਸਮਾਂ ਜਿਹੜਾ ਜੀ ਉਹ ਲੱਗੂਗਾ ਇਹਦੇ ਕੰਟਰੋਲ ਹੋਣ ਦੇ ਉੱਤੇ। ਔਰ ਲੋਕਾਂ ਦਾ ਵਿਸ਼ਵਾਸ ਜਿਹੜਾ ਮੁਲਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਚਾਈਨਾ ਦੀ ਇੰਡਸਟਰੀ ਦੇ ਉੱਤੇ ਕਿੰਨਾ ਰਹੂਗਾ, ਕਿਉਂਕਿ ਇਹ ਇੰਡਸਟਰੀਜ਼ ਉਹ ਨੇ ਜੀ ਜਿਹੜੀਆਂ ਓਵਰਨਾਈਟ ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ ਜੀ। ਹਾਂ ਇਹਨਾਂ ਕਿ ਸਾਲਾਂ ਦੇ ਵਿੱਚ ਇਹ ਆਪੋ ਆਪਣੇ ਮੁਲਕਾਂ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ, ਕਿਤੇ ਨਾ ਕਿਤੇ ਸਾਰੇ ਮੁਲਕਾਂ ਨੂੰ ਇਸ ਮਾਮਲੇ ਦੇ ਉੱਤੇ ਸੋਚਣਾ ਪਊਗਾ ਕਿ ਕੁਛ ਇੰਡਸਟਰੀਜ਼ ਜਿਹੜੀਆਂ ਜੀ ਉਹਨਾਂ ਨੂੰ ਚੱਲਦੀਆਂ ਰੱਖਣੀਆਂ ਪੈਣਗੀਆਂ ਜੇ ਇਹ ਸਾਰਾ ਜਿਹੜਾ ਉਹ ਚਲਾਉਣਾ। ਬਿਲਕੁਲ ਜੀ, ਸੁਰਤ ਤੇ ਆਉਣੀ ਚਾਹੀਦੀ ਹੈ ਨਾ। ਤੇ ਅਗਲੇ ਸਵਾਲ ਵੱਲ ਚਲਾਂਗੇ, ਉਸ ਤੋਂ ਪਹਿਲਾਂ ਦੱਸ ਦਈਏ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ 408-2725-200-400-8272-5250 ਦੇ ਉੱਤੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਦੇ ਵਿੱਚ ਹੋਲੀ ਤੇ ਹੋਲੇ ਤੇ ਕਰੋਨਾ ਵਾਇਰਸ ਦਾ ਅਸਰ ਕੀ ਰਿਹਾ? ਐਕਚੁਲੀ ਜਿਹੜਾ ਹੋਲਾ ਮਹੱਲਾ ਹੈ ਜੀ ਇਹਦਾ ਕੱਲ੍ਹ ਨੂੰ ਜਿਹੜਾ ਲਾਸਟ ਦਿਨ ਹੋਊਗਾ, ਅੱਜ ਹੋਲੀ ਆ ਇੱਥੇ ਜਿਹੜਾ ਜੀ, ਔਰ ਹੋਲੀ ਦੇ ਉੱਤੇ ਇਹਦਾ ਕਰੋਨਾ ਵਾਇਰਸ ਦਾ ਸਾਇਆ ਜਿਹੜਾ ਜੀ ਉਹ ਨਜ਼ਰ ਆ ਰਿਹਾ, ਓਪਨਲੀ ਜਿਹੜਾ ਜੀ ਉਹ ਨਜ਼ਰ ਆ ਰਿਹਾ। ਜਿਹੜੇ ਲੀਡਰ ਨੇ ਜੀ, ਕਿਉਂਕਿ ਉਹ ਬੜੇ ਵੱਡੇ ਵੱਡੇ ਇਕੱਠ ਜਿਹੜੇ ਜੀ ਉਹ ਕਰਦੇ ਆ, ਇਹ ਦਿਨ ਹੁੰਦਾ ਜਦੋਂ ਉਹ ਪਰਖਦੇ ਆ ਆਪਣੇ ਧੜਿਆਂ ਨੂੰ ਕਿੰਨੇ ਉਹਦੇ ਨਾਲ ਨੇ। ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਜੀ ਉਹ ਇਕੱਠ ਹੁੰਦੇ ਆ, ਇਸ ਵਾਰੀ ਕੋਈ ਨਹੀਂ ਜਿਹੜਾ ਜੀ ਉਹ ਹੋ ਰਿਹਾ ਡਰਦੇ ਹੋਏ, ਕਿਉਂਕਿ ਇਹ ਡਰ ਸਹਿਮ ਲੋਕਾਂ ਦੇ ਮਨਾਂ ਦੇ ਅੰਦਰ, ਇੱਕ ਤਾਂ ਭੀੜ ਭੜਕਾ ਕਿ ਇਕੱਠੇ ਨਾ ਹੋਣ, ਦੂਜਾ ਇਹ ਜਿਹੜੇ ਰੰਗ ਤੇ ਪਿਚਕਾਰੀਆਂ ਨੇ, ਗੱਲ ਆਪਾਂ ਹੁਣੇ ਕਰਕੇ ਹਟੇ, ਹਰ ਚੀਜ਼ ਚਾਈਨਾ ਤੋਂ ਜਿਹੜੀ ਦੀ ਆਉਂਦੀ ਹੈ, ਇਹਦਾ ਡਰ ਬਹੁਤ ਵੱਡਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਬਹੁਤ ਵੱਡੇ ਪੱਧਰ ਦੇ ਉੱਤੇ ਇਸ ਦਿਨ ਜਿਹੜਾ ਜੀ ਉਹ ਆਦਾਨ ਪ੍ਰਦਾਨ ਹੁੰਦਾ ਰੰਗਾਂ ਵਗੈਰਾ ਦਾ ਜੀ, ਉਹ ਇਸ ਵਾਰੀ ਬਹੁਤਾ ਜ਼ਿਆਦਾ ਨਜ਼ਰ ਜਿਹੜਾ ਜੀ ਉਹ ਨਹੀਂ ਆ ਰਿਹਾ। ਤੇ ਉੱਧਰ ਅਨੰਦਪੁਰ ਸਾਹਿਬ ਜਿਹੜਾ ਹੋਲਾ ਮਹੱਲਾ ਹੈ ਜੀ, ਉਹਦੇ ਵਿੱਚ ਵੀ ਸ਼ਰਧਾਲੂਆਂ ਦੀ ਜਿਹੜੀ ਆਮਦ ਹੈ ਉਹ 50% ਤੱਕ ਜਿਹੜੀ ਜੀ ਉਹ ਡਿੱਗੀ ਹੋਈ ਹੈ ਜੀ। ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਕੋਰੋਨਾ ਵਾਇਰਸ ਦੱਸਿਆ ਜਿਹੜਾ ਜੀ ਉਹ ਜਾ ਰਿਹਾ। ਪੰਜਾਬ ਸਰਕਾਰ ਨੇ ਸਮੁੱਚੇ ਮੇਲੇ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਰੱਖਣ ਲਈ ਯਤਨ ਕਰਨ ਦੀ ਗੱਲ ਜਿਹੜੇ ਜੀ ਉਹ ਦਾਅਵੇ ਕੀਤੇ ਆ। ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ ਉਹਦੇ ਵੱਲੋਂ ਜਿਹੜਾ ਜੀ ਇਹ ਪ੍ਰਦੂਸ਼ਣ ਮੁਕਤ ਰੱਖਣ ਦੇ ਵਾਸਤੇ, ਇੱਕ ਤਾਂ ਇੱਥੇ ਵਹੀਕਲ ਨੇੜੇ ਨਹੀਂ ਜਾਣ ਦਿੱਤੇ ਜਾ ਰਹੇ, ਮੁੰਡੇ ਜਿਹੜੇ ਜਾਂਦੇ ਆ ਜਿਹੜੇ ਪਟਾਕੇ ਚਲਾਉਂਦੇ ਆ ਆਪਣੇ ਮੋਟਰਸਾਈਕਲਾਂ ਦੇ, ਉਹ ਗਰੁੱਪਾਂ ਦੇ ਰੂਪ ਦੇ ਵਿੱਚ ਜਾਂਦੇ ਆ, ਹੁੱਲੜਬਾਜ਼ੀ ਬਹੁਤ ਕਰਦੇ ਆ ਜੀ, ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਜੀ ਉਹ ਕੱਸਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ, ਤਾਂ ਕਿ ਇਹ ਮੋਟਰਸਾਈਕਲ ਜਿਹੜੇ ਦੀ ਗਾਹ ਨਾ ਲਿਜਾ ਸਕਣ, ਕਿਉਂਕਿ ਇਹਦੇ ਨਾਲ ਸ਼ਰਧਾਲੂਆਂ ਨੂੰ ਦਿੱਕਤ ਜਿਹੜੀ ਉਹ ਆਉਂਦੀ ਆ। ਵੈਸੇ ਕਈ ਵੀਡੀਓਜ਼ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਜਿਹਦੇ ਵਿੱਚ ਵਕੀਲੇ ਦੇ ਗਾਣੇ ਵੀ ਜਿਹੜੇ ਦੀ ਉਹ ਲੱਗੇ ਹੋਏ ਆ, ਕਿਉਂਕਿ ਦੱਸਣ ਤੋਂ ਅਸੀਂ ਲੋਕ ਹੀ ਅਸਮਰੱਥ ਜਿਹੜੇ ਦੀ ਉਹ ਰਹੇ ਹਾਂ, ਕਿਸੇ ਦੇ ਉੱਤੇ ਇਹਦਾ ਕੋਈ ਦੋਸ਼ ਜਿਹੜਾ ਜੀ ਉਹ ਨਹੀਂ ਗਾ। ਪੰਜਾਬ ਪੁਲਿਸ ਦਾ ਖੁਫੀਆ ਵਿੰਗ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਦੱਸਿਆ ਗਿਆ ਜੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਸੰਗਤ ਦੀ ਆਮਦ ਦੇ ਵਿੱਚ ਬਹੁਤ ਵੱਡੀ ਕਮੀ ਜਿਹੜੀ ਜੀ ਉਹ ਦੱਸੀ ਜਾ ਰਹੀ ਆ। ਕੱਲ੍ਹ ਨੂੰ ਜਦੋਂ ਇਹ ਲਾਸਟ ਦਿਨ ਹੋਊਗਾ ਉਦੋਂ ਜਿਹੜਾ ਜੀ ਉਹ ਦੇਖਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਆ ਜੀ ਉਹ ਇੱਥੇ ਆਉਂਦੇ ਆ, ਜਿਹੜੇ ਇਮਤਿਹਾਨ ਨੇ ਬੱਚਿਆਂ ਦੇ ਹੋ ਰਹੇ ਉਹਦੇ ਕਰਕੇ ਵੀ ਮਾਪੇ ਜਿਹੜੇ ਆ ਜੀ
ਇਸ ਵੱਡੇ ਸਮਾਗਮ ਦੇ ਵਿੱਚ ਜਿਹੜੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਆ ਜੀ, ਜਿਹੜੇ ਪੰਜਾਬ ਦੇ ਲੱਗਦੇ ਹੋਲੇ ਮੁਹੱਲੇ ਦਾ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਇੱਥੇ ਆਉਂਦੇ ਆ, ਉਹਦਾ ਅਸਰ ਜਿਹੜਾ ਜੀ ਉਹਦੇ ਉੱਤੇ ਪੈ ਰਿਹਾ, ਨਜ਼ਰ ਜਿਹੜਾ ਉਹ ਆ ਰਿਹਾ। ਕੱਲ੍ਹ ਨੂੰ ਵੀ ਜਿਹੜਾ ਜੀ ਇਸੇ ਤਰੀਕੇ ਦਾ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਜਿਹੜੇ ਜੇ ਲੋਕ ਨਹੀਂ ਆ ਰਹੇ ਤੇ ਲਾਸਟ ਦਿਨ ਦੇ ਵਿੱਚ ਕਿੰਨੇ ਜਿਹੜਾ ਜੀ ਉਹ ਜਾਂਦੇ ਉਹ ਕੱਲ੍ਹ ਦੇਖਾਂਗੇ। ਪਰ ਇਹ ਆ ਕਿ ਹਰ ਜਗ੍ਹਾ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਤੁਸੀਂ ਮਾਲਸ ਦੇ ਵਿੱਚ ਚਲ ਜਾਓ, ਮਾਲਸ ਜਿਹੜੇ ਜੀ ਉਹ ਖਾਲੀ ਪਏ ਆ, ਥੀਏਟਰਾਂ ਦੇ ਵਿੱਚ ਚਲ ਜਾਓ, ਥੀਏਟਰ ਜਿਹੜੇ ਜੀ ਉਹ ਖਾਲੀ ਪਏ ਆ। ਇੱਥੇ ਜਿਹੜਾ ਉਹ ਡਰਾਉਣ ਦਾ ਤਰੀਕਾ ਹੋਰ ਵੀ ਆ ਜੀ, ਜਦੋਂ ਕਿਸੇ ਨੂੰ ਤੁਸੀਂ ਕਾਲ ਕਰਦੇ ਹੋ ਤੇ ਪਹਿਲਾਂ ਖੰਘ ਦਾ ਬੰਦਾ ਜਿਹੜਾ ਜੀ ਨਜ਼ਰ ਆਉਂਦਾ, ਤੇ ਕਾਲ ਕਰਨ ਵਾਲਾ ਇਹ ਸੋਚਦਾ ਪਤਾ ਨੀ ਜਿਹਨੂੰ ਮੈਂ ਕਾਲ ਕਰ ਰਿਹਾ ਉਹ ਖੰਘ ਰਿਹਾ, ਤੇ ਫੋਨ ਦੇ ਰਾਹੀਂ ਮੇਰੇ ਨਾਲ ਜਿਹੜਾ ਜੀ ਉਹ ਆਣ ਬੜੇ। ਇਹ ਵੀ ਇੱਕ ਉਹ ਡਰਾਇਆ ਜਿਹੜਾ ਜੀ ਉਹ ਜ਼ਿਆਦਾ ਜਾ ਰਿਹਾ ਇਸ ਵੇਲੇ। ਜੀ ਬਿਲਕੁਲ, ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਰ ਸਕੋਗੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਵਿੱਚ ਤੁਸੀਂ, ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਕਰ ਸਕੋਗੇ 408-272-5200-408-272-5200। ਤੁਸੀਂ ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲ ਕਰ ਸਕੋਗੇ, ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ। ਚਲ ਜੀ, ਧੰਨਵਾਦ ਜੀ, ਮਿਹਰਬਾਨੀ। ਕਰਦੇ ਹਾਂ ਗੱਲ ਆਪਣੇ ਸਰੋਤਿਆਂ ਦੇ ਨਾਲ, ਕਾਲਰਸ ਜੁੜੇ ਹੋਏ ਨੇ। ਰਾਜਾ ਮੈਡਸਟਰ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਘਨੱਈਆ ਕੁਮਾਰ ਸੀ, ਜਿਵੇਂ ਇਲੈਕਸ਼ਨ ਪਹਿਲਾਂ ਇਹਨਾਂ ਦੀ ਟੁੱਪੇ ਸੀਗੇ, ਤਾਂ ਬੀਜੇਪੀ ਕਹਿੰਦੀ ਹੁੰਦੀ ਸਾਡੀ ਦਿੱਲੀ 'ਚ ਸਰਕਾਰ ਆਈ ਫਿਰ ਅਸੀਂ ਮਨਜ਼ੂਰੀ ਦੇਵਾਂਗੇ ਉਹਦੇ 'ਤੇ, ਦੇਰ ਉਹਦਾ ਮੁਕੱਦਮਾ ਚਲਾਉਣ ਦਾ ਵੀ ਸ਼ਾਇਦ ਕੇਜਰੀਵਾਲ ਨਹੀਂ ਆਗਿਆ ਦੇ ਰਿਹਾ ਸੀ। ਮੈਂ ਪੁੱਛਣਾ ਚਾਹੁੰਦਾ ਵੀ ਕੇਜਰੀਵਾਲ ਨੇ ਇਲੈਕਸ਼ਨ ਤੋਂ ਬਾਅਦ ਕਿਤੇ ਕੇਜਰੀਵਾਲ ਦੇ ਜੇ ਹੱਥ ਦੇ ਵਿੱਚ ਆ ਤੇ ਅਮਰ ਮਿਸਰਾ ਦੇ ਉੱਤੇ ਵੀ ਇਹ ਦੇਸ਼ ਧਰੋਹ ਦਾ ਮੁਕੱਦਮੇ ਲਈ ਮਨਜ਼ੂਰੀ ਦੇ ਸਕਦੇ, ਇਹ ਬਾਰੇ ਦੱਸੋ। ਥੈਂਕ ਯੂ ਜੀ। ਦੇਖੋ ਇਹਦੇ ਉੱਤੇ ਜਿਹੜੀ ਸਟੇਟ ਦੀ ਸਰਕਾਰ ਹੁੰਦੀ ਆ ਜੀ, ਉਹਨੇ ਇਹਦੇ ਉੱਤੇ ਸਹੀ ਪਾਉਣੀ ਹੁੰਦੀ ਆ। ਉਨੀ ਦੇਰ ਤੱਕ ਜਿਹੜਾ ਜੀ ਇਹ ਅੱਗੇ ਨਹੀਂ ਵੱਧ ਸਕਦਾ ਜੀ, ਉਹ ਨਾ ਵੀ ਕਰ ਸਕਦੇ ਉਹਦੇ ਵਾਸਤੇ ਇਹ ਪੁਲਿਸ ਜਿਹੜੀ ਦੀ ਉਹ ਫਿਰ ਜਾ ਸਕਦੀ, ਕੋਰਟ ਦਾ ਸਹਾਰਾ ਉਹ ਲੈ ਸਕਦੀ ਸੀ ਜੇ ਦਿੱਲੀ ਦੀ ਸਰਕਾਰ ਨਾ ਕਰਦੀ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਜੁੜਿਆ ਹੋਇਆ ਬਿਹਾਰ ਦਾ ਮਸਲਾ, ਕਿਉਂਕਿ ਬਿਹਾਰ ਦੇ ਵਿੱਚ ਜਿਹੜਾ ਜੀ ਘਨੱਈਆ ਕੁਮਾਰ ਹੈ ਉਹਨੇ ਵੱਡੇ ਇਕੱਠ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਕੀਤੇ ਆ, ਚਾਹੇ ਉਹ ਜਨ ਗਨ ਮਨ ਰੈਲੀਆਂ ਹੋਣ ਤੇ ਚਾਹੇ ਉਹਨੇ ਸੰਵਿਧਾਨ ਬਚਾਓ ਮੁਲਕ ਬਚਾਓ ਜਿਹੜੀ ਵੱਡੀ ਰੈਲੀ ਕੀਤੀ। ਬਿਹਾਰ ਦੀਆਂ ਚੋਣਾਂ ਜਿਹੜੀਆਂ ਜੀ ਉੱਥੇ ਅਗਲਾ ਅਖਾੜਾ ਜਿਹੜਾ ਵੱਡਾ ਲੱਗਣਾ ਰਾਜਨੀਤਿਕ, ਤੇ ਉੱਥੇ ਜਿਹੜਾ ਪੀ ਕੇ ਆ ਪ੍ਰਸ਼ਾਂਤ ਕਿਸ਼ੋਰ ਉਹ ਵੀ ਜਿਹੜਾ ਜੀ ਆਪਣੀ ਕੋਸ਼ਿਸ਼ ਕਰ ਰਿਹਾ ਆਪਣੇ ਤੌਰ ਦੇ ਉੱਤੇ। ਬੇਸ਼ੱਕ ਉਹਨੂੰ ਨਿਤਿਸ਼ ਕੁਮਾਰ ਹੋਰਾਂ ਵਾਲੀ ਪਾਰਟੀ ਨੇ ਉਸ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ, ਉਹ ਯੂਥ ਨੂੰ ਜੋੜ ਰਿਹਾ ਤੇ ਬਿਹਾਰ ਦੇ ਵਿੱਚ ਯੂਥ ਹੀ ਜਿਹੜਾ ਜੀ ਉਹ ਘਨੱਈਆ ਕੁਮਾਰ ਦੇ ਮਗਰ ਹੈ। ਇਹ ਘਨੱਈਆ ਕੁਮਾਰ ਨੂੰ ਰੋਕਣ ਦੇ ਯਤਨਾਂ ਦੇ ਵਜੋਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਪ੍ਰਸ਼ਾਂਤ ਕਿਸ਼ੋਰ ਦੇ ਕਹੇ ਦੇ ਉੱਤੇ। ਪਰ ਇਹਦਾ ਜਿਹੜਾ ਜੀ ਅਸਰ ਕਿੰਨਾ ਕੁ ਸਿਆਸੀ ਤੌਰ ਦੇ ਉੱਤੇ ਪਊਗਾ, ਆਈ ਥਿੰਕ ਘਨੱਈਆ ਕੁਮਾਰ ਇਹਦੇ ਵਿੱਚੋਂ ਹੋਰ ਜ਼ਿਆਦਾ ਜਿਹੜਾ ਜੀ ਉਹ ਪ੍ਰੌੜ ਹੋ ਕੇ ਨਿਕਲੂਗਾ, ਕਿਉਂਕਿ ਇਹ ਇਹ ਜਿਹੜਾ ਜੀ ਗਲਤ ਕੀਤਾ ਇਹ 'ਚ ਕੋਈ ਸ਼ੱਕ ਨਹੀਂ ਜੀ। ਸਰਕਾਰ ਜਿਹੜੀ ਸੀ ਉਹ ਨਾ ਕਰ ਸਕਦੀ ਸੀ, ਫਿਰ ਅਦਾਲਤ ਦੇ ਵਿੱਚ ਜੋ ਮਰਜ਼ੀ ਜਿਹੜਾ ਜੀ ਉਹ ਹੁੰਦਾ ਰਹਿੰਦਾ, ਪੁਲਿਸ ਅਦਾਲਤ ਦੇ ਥਰੂ ਆਉਂਦੀ, ਜਦੋਂ ਸੂਬੇ ਦੀ ਸਰਕਾਰ ਨਾ ਕਰ ਦੇਵੇ ਇਹਦਾ ਇੱਕ ਵੱਡਾ ਇੰਪੈਕਟ ਜਿਹੜਾ ਜੀ ਉਹ ਪੈਂਦਾ। ਵੈਸੇ ਇਹ ਪ੍ਰੂਵ ਹੋ ਸਕਣਾ ਜਿਹੜਾ ਜੀ ਉਹ ਬਹੁਤ ਔਖਾ ਆ। ਜੇ ਇਹਨੂੰ ਪੋਜ਼ਿਟਿਵ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤਾਂ ਘਨੱਈਆ ਕੁਮਾਰ ਦੇ ਵਾਸਤੇ ਇਹ ਪੋਜ਼ਿਟਿਵ ਵੀ ਜਿਹੜਾ ਜੀ ਹੋ ਸਕਦਾ, ਪਰ ਇਹ ਕੀਤਾ ਨੈਗੇਟਿਵ ਗਿਆ ਜੀ। ਅੱਗੇ ਅਕਲ ਕਰਦੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਛਾ ਜੀ, ਗੱਲ ਇਹ ਆ ਵੀ ਜਿਹੜੀ ਆ ਬੁੱਚੜਾਂ ਦੀ ਹੈਗੀ ਆ ਪੁਲਿਸ ਬੁੱਚੜ, ਇਹ ਵੇਖੋ ਇਹਨਾਂ ਨੂੰ ਅਕਲ ਨੀ ਆਉਂਦੀ ਵੀ ਤੁਹਾਨੂੰ ਨੌਕਰੀ ਮਿਲ ਗਈ ਆ ਤੇ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਇੰਨੇ ਇੰਨੇ ਖਰਚੇ ਕੀਤੇ, ਉਹਨਾਂ ਨੇ ਡਿਗਰੀਆਂ ਕੀਤੀਆਂ ਤੇ ਕੁੜਦੇ ਆ ਤੇ ਨਾਲ ਜਿਹੜੇ ਅਨਪੜ੍ਹ ਇਹਨਾਂ ਦੇ ਮਨਿਸਟਰ ਆ ਸਿੱਖਿਆ ਮੰਤਰੀ ਜਾਂ ਹੋਰ ਦੂਜੇ, ਉਹਨਾਂ ਨੂੰ ਵੀ ਸ਼ਰਮ ਚਾਹੀਦੀ ਵੀ ਤੁਹਾਨੂੰ 40-40 ਗੁਣੇ ਇਹਨਾਂ ਨੇ ਪੈਸੇ ਵੱਧ ਲਾਏ ਆ ਤੁਹਾਡੀ ਪੜ੍ਹਾਈ ਤੇ। ਤੁਹਾਡੇ ਵਾਰੀ 1000 ਹੋਊਗਾ ਤੇ ਹੁਣ 40,000 ਹੋਊਗਾ ਉਸੇ ਫੀਸ ਦਾ। ਲਾਣ ਤਾਂ ਇਹਨਾਂ ਨੂੰ ਇਹੋ ਜਿਹਾ ਕੁੱਟਣ ਦੇ, ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਕਾਨੂੰਨ ਨੀ ਬਣਾਉਣਾ ਚਾਹੀਦਾ ਵੀ ਕੁੱਟ ਨਹੀਂ ਸਕਦੇ, ਤੁਸੀਂ ਫੜ ਕੇ ਇਹਨੂੰ ਕੇਸ ਬਣਾ ਲਓ ਚਾਹੇ ਪਾਸੇ ਕਰੋ ਚਾਹੇ ਬੱਸਾਂ ਚੜਾ ਕੇ ਪਾਸੇ ਛੱਡਿਓ ਦੂਰ ਕੁੱਟਣ ਨਾਲੋਂ। ਮੇਰਾ ਤਾਂ ਇੰਨਾ ਹੀ ਕਹਿਣਾ ਸੀ, ਇਹ ਤੇ ਦੱਸ ਕਰੋ ਜੀ ਵਿਚਾਰ। ਦੇਖੋ ਮੈਂ ਪਹਿਲਾਂ ਵੀ ਜਿਹੜਾ ਜੀ ਉਹ ਖਬਰ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੇ ਅਫਸਰ ਨੇ ਨਾ ਉਹ ਨੰਬਰ ਬਣਾਉਣ ਦੇ ਯਤਨਾਂ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ,
ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਕਿ ਆ ਦੇਖੋ ਜੀ ਤੁਹਾਡੇ ਘਰ ਨੂੰ ਜਿਹੜਾ ਜੀ ਇਹ ਜਾ ਰਹੇ ਸੀਗੇ ਘੇਰਨ ਦੇ ਵਾਸਤੇ, ਤੇ ਅਸੀਂ ਫਿਰ ਕੁਟਾਪਾ ਜਿਹੜਾ ਜੀ ਉਹ ਪੂਰਾ ਚਾੜਿਆ। ਦੇਖੋ ਵੀ ਇਸ ਗੱਲ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿਛਲੀ ਸਰਕਾਰ ਸੀਗੀ ਤੇ ਉਹ ਸਰਕਾਰ ਗਈ ਤੇ ਅਕਾਲੀ ਦਲ ਦੀ ਸਰਕਾਰ ਆਈ ਤੇ ਉਹਨਾਂ ਨੇ ਮੋਹਾਲੀ ਦੀ ਇੱਕ ਵੱਡੀ ਗਰਾਊਂਡ ਦੇ ਵਿੱਚ ਸਹੁੰ ਚੁੱਕਣੀ ਸੀ, ਉਹ ਉਸ ਸਮੇਂ ਉਹਨੂੰ ਕਵਰ ਕਰਨ ਦੇ ਵਾਸਤੇ ਗਏ ਜੀ। ਉੱਥੇ ਇੱਕ ਜਿਹੜੇ ਆਫਿਸਰ ਸੀਗੇ ਉਹਨਾਂ ਨੂੰ ਮੈਂ ਉਂਝ ਹੀ ਪੁੱਛਿਆ, ਮੈਨੂੰ ਤਾਂ ਇੱਕਦਮ ਤੁਹਾਡੀ ਗੱਲ ਤੋਂ ਉਹ ਯਾਦ ਆ ਗਈ ਕਿ ਮੈਂ ਕਿਹਾ ਜੀ ਕੀ ਜਿਹੜਾ ਜੀ ਤੁਹਾਡੇ ਵਾਸਤੇ ਪਊਗਾ ਕਿ ਸਰਕਾਰ ਜਿਹੜੀ ਆ ਜੀ ਉਹ ਬਦਲ ਗਈ। ਉਹਦਾ ਜਵਾਬ ਬੜਾ ਜਿਹੜਾ ਜੀ ਉਹ ਅਜੀਬ ਸੀਗਾ। ਉਹ ਉਸ ਟਾਈਮ DSP ਸੀਗਾ ਜੀ, ਉਹ ਕਹਿੰਦਾ ਡੰਡਾ ਤਾਂ ਸਾਡੇ ਹੱਥ 'ਚ ਹੀ ਆ, ਸਾਡੇ ਵਾਸਤੇ ਤਾਂ ਸਿਰਫ ਪਿੱਠਾਂ ਬਦਲੀਆਂ ਨੇ, ਤੇ ਪਹਿਲਾਂ ਕਿਸੇ ਹੋਰ ਸ਼ਹਿਰ 'ਚ ਕੁੱਟਦੇ ਸੀ, ਹੁਣ ਦੂਜੇ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਕੁੱਟਾਂਗੇ। ਸੋ ਇਹ ਪੁਲਿਸ ਦਾ ਜਿਹੜਾ ਵਰਤਾਰਾ ਜੀ ਉਹ ਨਾ ਬਦਲਿਆ ਤੇ ਨਾ ਬਦਲਣ ਦੇ ਕੋਈ ਚਾਂਸਿਸ ਨੇ। ਅੱਜ ਅਕਾਲੀ ਆਗੂ ਜਿਹੜੇ ਆ ਜੀ ਉਹ ਇਹਦੀ ਨਿਖੇਧੀ ਕਰ ਰਹੇ ਆ, ਉਹ ਚੈਨਲਾਂ ਦੇ ਉੱਤੇ ਵੀ ਜਿਹੜਾ ਜੀ ਬੈਠੇ ਇਹ ਕਹਿ ਰਹੇ ਆ ਕਿ ਸਰਕਾਰ ਨੇ ਜਿਹੜਾ ਜੀ ਉਹ ਨਜਾਇਜ਼ ਕੀ, ਪਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਕੁੱਟ ਤਾਂ ਇਹਨਾਂ ਨੂੰ ਪੈਂਦੀ ਸੀ, ਆ ਇੰਨਾ ਆ ਕਿ ਉਦੋਂ ਬਠਿੰਡੇ ਪੈਂਦੀ ਸੀ, ਹੁਣ ਜਿਹੜੀ ਉਹ ਪਟਿਆਲੇ ਪੈਂਦੀ ਆ। ਮੈਨੂੰ ਹੈਰਾਨਗੀ ਇਸ ਗੱਲ ਦੀ ਸੀਗੀ ਕਿ ਕੱਲ੍ਹ ਇੱਕ ਚੈਨਲ ਦੇ ਉੱਤੇ ਡਿਬੇਟ ਚੱਲ ਰਹੀ ਸੀ ਜਿਹਦੇ ਵਿੱਚ ਸਰਕਾਰ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਸੀ ਅਕਾਲੀ ਸਰਕਾਰ ਦਾ ਇੱਕ ਸਾਬਕਾ ਮੰਤਰੀ ਸਿਕੰਦਰ ਮਲੂਕਾ, ਉਹ ਉਹਦੀਆਂ ਮੈਂ ਵੀਡੀਓ ਅੱਜ ਵੀ ਜਿਹੜੀਆਂ ਨੀ ਹੈਗੀਆਂ ਨੇ, ਉਹ ਤਾਂ ਪੁਲਿਸ ਦੀ ਮਦਦ ਵੀ ਨੀ ਲੈਂਦਾ ਸੀ, ਉਹ ਤਾਂ ਹੱਥੀ ਕੁੱਟਦਾ ਸੀ ਇਹਨਾਂ ਬੇਰੁਜ਼ਗਾਰ ਜਿਹੜੇ ਸੀ ਉਹ ਟੀਚਰਾਂ ਨੂੰ, ਜਿਹੜੇ ਆਪ ਕੁੱਟਦੇ ਰਹੇ ਆ ਥਾਂ ਤੇ। ਉਹਦੇ ਪਿੰਡ ਦੇ ਵਿੱਚ ਜਿਹੜਾ ਜੀ ਟੀਚਰਾਂ ਦੇ ਉੱਤੇ ਜਿਹੜੇ ਮਾਮਲੇ ਦਰਜ ਹੋਏ ਸੀਗੇ, ਜਦੋਂ ਉਹ ਮਹਿਜ਼ ਟੀਚਰ ਇਹ ਗੱਲ ਕਹਿੰਦੇ ਸੀ ਬੇਰੁਜ਼ਗਾਰ ਕਿ ਅਸੀਂ ਉਹਦੀ ਕੋਠੀ ਦੇ ਨੇੜਿਓਂ ਲੰਘਣਾ, ਪੁਲਿਸ ਵਾਲੇ ਕਹਿੰਦੇ ਅਸੀਂ ਲੰਘਣ ਨੀ ਦੇਣਾ ਜੀ। ਉਦੋਂ ਜਿੰਨੀ ਕੁੱਟਮਾਰ ਟੀਚਰਾਂ ਦੀ ਹੋਈ ਸੀ, ਜਿਹੜੇ ਮੁਕੱਦਮੇ ਉਦੋਂ ਦਰਜ ਹੋਏ ਸੀ ਉਹ ਜਿਹੜੀਆਂ ਅਨਮੈਰਿਡ ਵੀ ਲੜਕੀਆਂ ਸੀਗੀਆਂ ਉਸ ਟਾਈਮ ਦੇ ਉੱਤੇ, ਉਹ ਵਿਆਹੀਆਂ ਗਈਆਂ ਬੱਚਿਆਂ ਵਾਲੀਆਂ ਹੋ ਗਈਆਂ, ਅਜੇ ਵੀ ਉਹਨਾਂ ਦੇ ਉੱਤੇ ਮਾਮਲੇ ਬਠਿੰਡੇ ਦੀ ਅਦਾਲਤ ਦੇ ਵਿੱਚ ਚੱਲੀ ਜਾਂਦੇ ਆ। ਸਰਕਾਰ ਕੋਈ ਵੀ ਆ ਜੇ ਜੀ, ਇਹ ਡੰਡਿਆਂ ਦੇ ਵਿੱਚ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਂਦਾ, ਇੱਕ ਲੁਕੋਲੋ ਦੂਜੀ ਕੱਢਣ ਵਾਲੀ ਜਿਹੜੀ ਜੀ ਉਹ ਗੱਲ ਆ। ਪਰ ਇਹ ਟੀਚਰਸ ਯੂਨੀਅਨ ਹੋ ਗਈਆਂ, ਬਾਕੀ ਜਿਹੜੀਆਂ ਜੀ ਉਹ ਯੂਨੀਅਨ ਹੋ ਗਈਆਂ, ਜਦੋਂ ਵੋਟਾਂ ਆਉਂਦੀਆਂ ਨਾ ਜੀ ਇਹ ਲੋਕ ਉਦੋਂ ਕਿਹੜੇ ਤਰੀਕੇ ਨਾਲ ਅੰਦਰ ਵੜ ਕੇ ਸਮਝੌਤੇ ਜਿਹੜਾ ਜੀ ਉਹ ਕਰ ਜਾਂਦੇ ਆ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ। ਜਾਂ ਤਾਂ ਇਹਨਾਂ ਦੇ ਲੀਡਰ ਹੀ ਜਿਹੜਾ ਜੀ ਉਹ ਵੇਚ ਜਾਂਦੇ ਆ। ਜੇ ਤੁਹਾਨੂੰ ਯਾਦ ਹੋਵੇ ਤਾਂ ਇਹੀ ਟੀਚਰ ਯੂਨੀਅਨ 17 ਦੇ ਵਿੱਚ ਕਹਿੰਦੇ ਸੀ ਨਹੀਂ ਨਹੀਂ ਇਹ ਨਵਿਆਂ ਨੂੰ ਇਸ ਕਰਕੇ ਚਾਂਸ ਨਹੀਂ ਦੇਣਾ, ਇਹਨਾਂ ਦੇ ਕੋਲੇ ਕੋਈ ਤਜਰਬਾ ਨੀਗਾ। ਤੇ ਹੁਣ ਤਜਰਬੇ ਵਾਲੇ ਲੈ ਲੈਣ ਜੀ। ਜੀ ਤਜਰਬਾ ਕੁੱਟਣ ਦਾ ਵਧੀਆ ਨਾ ਪੁਰਾਣਿਆਂ ਨੂੰ। ਜਸਵਿੰਦਰ ਸਿੰਘ ਜੀ, ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਲਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਜੀ ਜਾਣਾ ਜਿੱਦਾਂ ਇੰਡੀਆ ਨੂੰ, ਕੋਈ ਜਿੱਦਾਂ ਪ੍ਰੋਬਲਮ ਤਾਂ ਨਹੀਂ ਹੈਗੀ ਜਿੱਦਾਂ ਜਾਣ ਦੀ ਕੋਈ ਵੀ ਏਅਰਪੋਰਟਾਂ ਤੇ ਜਾਂ ਕੋਈ ਹੋਰ ਕੋਈ ਪ੍ਰੋਬਲਮ ਜਿੱਦਾਂ ਆ ਜਿਹੜੀ ਬਿਮਾਰੀ ਜੇ ਬਹੁਤ ਜਿੱਦਾਂ ਦੱਸਦੇ ਆ ਵੀ ਆਪਣੇ ਕੋਰੋਨਾ ਵਾਇਰਸ ਦੀ। ਠੀਕ ਆ, ਤੁਸੀਂ ਇੰਡੀਆ ਦੇ ਏਅਰਪੋਰਟ ਪੁੱਛਦੇ ਜਾਂ ਅਮਰੀਕਾ ਦੇ? ਨਹੀਂ ਜੀ ਅਸੀਂ ਜਾਣਾ ਜਿੱਦਾਂ ਜਾਂਦੇ ਆ ਲੋਕ ਇੰਡੀਆ ਨੂੰ, ਅਸੀਂ ਨਾ ਜਾਣਾ ਅਮਰੀਕਾ ਤੋਂ। ਠੀਕ ਆ, ਹਾਂਜੀ ਠੀਕ ਆ ਜੀ। ਕੋਈ ਦੇਖੋ ਇਹ ਕੋਰੋਨਾ ਵਾਇਰਸ ਕੋਈ ਇੱਕ ਮੁਲਕ ਦੇ ਵਿੱਚ ਤਾਂ ਹੈ ਨੀ ਗਾ ਜੀ, ਅਮੈਰੀਕਾ ਦੇ ਵਿੱਚ ਵੀ ਡੈਥ ਜਿਹੜੀਆਂ ਜੀ ਉਹ ਹੋ ਚੁੱਕੀਆਂ ਹੋਈਆਂ ਨੇ। ਦੇਖੋ ਅਜੇ ਇਹਦਾ ਕੋਈ ਇਲਾਜ ਨਹੀਂ ਹੈਗਾ, ਇਲਾਜ ਇਹਦਾ ਜਿਹੜੀਆਂ ਉਹ ਛੋਟੇ ਛੋਟੇ ਪ੍ਰਿਕਾਸ਼ਨਸ ਨੇ ਉਹ ਹੀ ਜਿਹੜਾ ਜੀ ਉਹ ਲੈਣ ਦੇ ਯਤਨ ਕਰਨਾ। ਆ ਰਹੇ ਆ ਲੋਕ ਜਿਵੇਂ ਭੰਜੀ ਹੋਰਾਂ ਨੇ ਕਿਹਾ ਕਿ ਉਹ ਤਾਂ ਫਲਾਈਟ ਤਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਜਾਰੀ ਨੇ ਆ ਵੀ ਰਹੇ ਨੇ ਜਾ ਵੀ ਰਹੇ ਨੇ, ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨੀ ਜਿਹੜਾ ਜੀ ਹੈਗੀ। ਹਾਂ ਇੰਨਾ ਆ ਕਿ ਚੈਕਿੰਗ ਵਗੈਰਾ ਜਿਹੜੀ ਉਹ ਹੁੰਦੀ ਆ ਉਹਦੇ ਵਿੱਚ ਕੁਛ ਘੰਟਿਆਂ ਦੀ ਡਿਲੇ ਜਿਹੜੀ ਹੁੰਦੀ ਆ, ਜੇ ਮੰਨ ਲਓ ਇੱਥੋਂ ਕੋਈ ਅਮਰੀਕਾ ਉਤਰਦਾ ਤੇ ਚੈਕਿੰਗ ਤਾਂ ਉਹਦੀ ਵੀ ਹੁੰਦੀ ਆ, ਉਸੇ ਤਰੀਕੇ ਦੀ ਚੈਕਿੰਗ ਹੁੰਦੀ ਆ ਬਾਹਰੋਂ ਆਇਆ ਦੀ ਇੱਥੇ ਵੀ ਹੋ ਰਹੀ ਆ, ਬਸ ਆਹੀ ਫਰਕ ਆ ਜੀ, ਹੋਰ ਤਾਂ ਕੋਈ ਪਤਾ ਨੀ ਫਰਕ, ਕਿਸੇ ਕਿਸਮ ਦੀ ਕੋਈ ਰੋਕ ਨੀ ਹੈਗੀ। ਬਿਲਕੁਲ ਜੀ, ਲੋਕੀ ਬਿਨਾਂ ਵਜ੍ਹਾ ਦੇ ਨਹੀਂ ਜਾਂਦੇ ਕਿ ਉਦਾਂ ਬਿਨਾਂ ਵਜ੍ਹਾ ਦੇ ਇੱਧਰ ਉੱਧਰ ਹੁਣ ਤੁਰੇ ਪਈਏ, ਥੋੜਾ ਜਿਹਾ ਪ੍ਰੀਕੋਸ਼ਨ ਲੈਂਦੇ ਆ ਕਿ ਜੇ ਨਹੀਂ ਕੰਮ ਤੇ ਅਸੀਂ ਨਾ ਹੀ ਜਾਈਏ ਕਿਤੇ ਵੀ। ਮਸਤਾਨ ਸਿੰਘ ਜੀ, ਮੇਰਾ ਸਵਾਲ ਇਹ ਹੋਈ ਸੀ ਜੀ, ਹਾਂਜੀ ਆ ਜਵਾਬ ਮਿਲੇਗਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਮਸਤਾਨ ਸਿੰਘ ਜੀ, ਤੁਸੀਂ ਦੁਬਾਰਾ ਕੱਲ ਨੂੰ ਕਾਲ ਕਰ ਲਿਓ ਸਟੂਡੀਓ ਦੇ ਵਿੱਚ। ਬਲਵਿੰਦਰ ਸਿੰਘ ਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਤੇ ਪੰਨੂ ਜੀ। ਸਤਿ ਸ਼੍ਰੀ ਅਕਾਲ, ਮੈਂ ਪੰਨੂ ਸਾਹਿਬ ਕੋ ਇੱਕ ਵਿਊ ਲੈਣਾ ਸੀ, ਇੱਥੇ ਜਿਹੜੀ ਮਰਦਮਸ਼ੁਮਾਰੀ ਆਪਣੇ ਤੁਸੀਂ ਵੀ ਦੱਸ ਦਿਓ ਹੋ ਰਹੀ ਆ। ਮੈਂ ਗੁਰਦੁਆਰਿਆਂ ਤੋਂ ਜੇ ਕੱਲ ਪਰਸੋਂ ਵੇਖਿਆ ਉਹਦੇ ਵਿੱਚ ਲਿਖਿਆ ਵੀ ਸਿੱਖ ਲਿਖਣਾ, ਆਪਾਂ ਸਿੱਖ ਲਿਖਣਾ ਕਿ ਕੀ ਪੰਜਾਬੀ ਲਿਖਣਾ, ਇਹ ਥੋੜਾ ਕ ਕਨਫਿਊਜ਼ਨ ਬਹੁਤ ਪਾ ਦਿੱਤਾ ਗਿਆ, ਉਹ ਜਰੂਰ ਤੁਹਾਨੂੰ ਕੱਲ ਨੂੰ ਦੱਸ ਦੇਣਗੇ। ਅੱਗੇ ਗੁਰਮੁਖ ਸਿੰਘ ਜੀ।
ਸਤਿ ਸ੍ਰੀ ਅਕਾਲ ਬੱਲੇ ਪੰਨੂ ਜੀ, ਭੈਣ ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਮੈਂ ਤਾਂ ਇਹ ਟੀਚਰਾਂ ਬਾਰੇ ਕਹਿਣਾ ਚਾਹੁੰਦਾ ਸੀਗਾ, ਜਿਸ ਤਰ੍ਹਾਂ ਇਹਨਾਂ ਦੀ ਟੀਚਰ ਯੂਨੀਅਨ ਹੈ, ਇਹ ਕੋਰਟ ਦਾ ਸਹਾਰਾ ਨਹੀਂ ਲੈ ਸਕਦੇ? ਅੱਛਾ ਜੀ, ਥੈਂਕ ਯੂ ਜੀ, ਲੈ ਸਕਦੇ ਆ ਜੀ, ਕਿਉਂ ਨੀ ਜਿਹੜਾ ਜੀ ਉਹ ਲੈ ਸਕਦੇ, ਕਮ ਸੇ ਕਮ ਜਿਹੜੀਆਂ ਇੰਨੀਆਂ ਵੀਡੀਓਜ਼ ਆ ਗਈਆਂ, ਫੋਟੋ ਆ ਗਈਆਂ ਕੁੱਟਣਿਆਂ ਦੀਆਂ, ਇਹ ਇਹਨਾਂ ਆਫਿਸਰ ਦੇ ਉੱਤੇ ਕੁਛ ਵੀ ਨੀ ਆਇਆ ਜੀ, ਉਲਟੇ ਪਰਚੇ ਜਿਹੜੇ ਟੀਚਰ ਦੇ ਉੱਤੇ ਹੋ ਗਏ। ਸਵਾਲ ਇਹੀ ਆ ਜੀ ਕਿ ਇਹ ਇਹਨੂੰ ਕਾਨੂੰਨ ਲੜਾਈ ਜਿਹੜੀ ਆ ਜੀ ਉਹ ਕਿਸ ਲੈਵਲ ਤੱਕ ਕਿਵੇਂ ਜਿਹੜਾ ਜੀ ਉਹ ਲੜਦੇ ਆ, ਜੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਾਵੇ ਤੇ ਇਹਦਾ ਬਿਲਕੁਲ ਨੋਟਿਸ ਜਿਹੜਾ ਜੀ ਉਹ ਲਊਗੀ ਅਦਾਲਤ ਜਿਹੜੀ ਜੀ। ਆਈ ਥਿੰਕ ਜਿਵੇਂ ਸੂਓ ਮੋਟੋ ਹੈ, ਉਸ ਆਧਾਰ ਦੇ ਉੱਤੇ ਵੀ ਅਦਾਲਤ ਨੂੰ ਜਿਹੜਾ ਜੀ ਇਹਦਾ ਨੋਟਿਸ ਲਿਆ ਜਾਣਾ ਚਾਹੀਦਾ ਜੀ। ਉਹ ਇਹ ਤਾਂ ਗੈਰ ਮਨੁੱਖੀ ਤਰੀਕਾ ਹੈ ਜੀ, ਜਿਵੇਂ ਡਾਂਗਾਂ ਦੇ ਨਾਲ ਜਿੰਨੀ ਜ਼ੋਰ ਦੀ ਉਹ ਜਿਹੜਾ ਜੀ ਇੱਕ ਡੀ ਐਸ ਪੀ ਰੈਂਕ ਦਾ ਜਿਹੜਾ ਆਫਿਸਰ ਆ ਉਹ ਕੁੱਟ ਰਿਹਾ ਇਹਨਾਂ ਜਿਹੜੀਆਂ ਜੀ ਉਹ ਟੀਚਰਸ ਨੂੰ, ਔਰ ਉਹਦੇ ਵਿੱਚ ਔਰਤਾਂ ਵੀ ਜਿਹੜੀਆਂ ਜੀ ਸ਼ਾਮਿਲ ਨੇ, ਉਹ ਵੀ ਉਸ ਦਿਨ ਔਰਤ ਦਿਵਸ ਹੈ ਜੀ ਜਿਸ ਦਿਨ ਇਹ ਕੁੱਟੇ ਗਏ ਆ। ਤੇ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਤੇ ਪਰਨੀਤ ਕੌਰ ਹੁਰੀ ਉਹ ਉੱਥੇ ਅੰਮ੍ਰਿਤਸਰ ਦੇ ਵਿੱਚ ਗਏ ਹੋਏ ਸੀ ਤੇ ਉੱਥੇ ਉਹ ਬਿਆਨ ਦੇ ਰਿਹਾ ਵੀ ਕਾਂਗਰਸ ਨੇ ਔਰਤਾਂ ਦੇ ਬਾਰੇ ਦੇ ਵਿੱਚ ਬਹੁਤ ਕੰਮ ਜਿਹੜਾ ਜੀ ਉਹ ਕੀਤਾ, ਤੇ ਉਧਰ ਆਹ ਕੰਮ ਜਿਹੜਾ ਜੀ ਇੱਥੇ ਅਫਸਰ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਡਾਂਗਾਂ ਦੇ ਨਾਲ ਕਰ ਰਹੇ ਜੀ। ਅੱਗੇ ਬੌਬ ਮਾਨ ਇਟਲੀ ਤੋਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਜਿਹੜਾ ਹੁਣ ਇਹ ਟੀਚਰ ਦੇ ਉੱਤੇ ਡਾਂਗ ਬੰਨੇ ਜੀ, ਉੱਥੇ ਇੰਡੀਆ ਦੇ ਜਿਹੜਾ ਬੰਦਾ ਪੜ੍ਹ ਲਿਖ ਕੇ ਕੋਈ ਲੋਕਾਂ ਨੂੰ ਉੱਪਰ ਚੱਕਣਾ ਚਾਹੁੰਦਾ, ਉਹਨਾਂ ਦੇ ਡਾਂਗ ਬੰਨੀ ਵੀ ਉੱਥੇ ਚੋਰਾਂ ਤੇ ਇਹਨਾਂ ਦੇ ਵਿੱਚ ਕੀ ਫਰਕ ਰੱਖਦੇ ਜੀ? ਇਹ ਕਿੰਨੀ ਦੁਖਦਾਇਕ ਗੱਲ ਹੈ, ਪੂਰੀ ਦੁਨੀਆਂ 'ਚ ਅਸੀਂ ਕਦੀ ਨਹੀਂ ਸੁਣਿਆ ਵੀ ਜਿਹੜੇ ਮਤਲਬ ਕਿ ਜਿਹੜੀ ਵੀ ਸਰਕਾਰ ਆਈ ਉਹਨੇ ਮਤਲਬ ਕਿ ਦੱਬ ਕੇ ਮਤਲਬ ਕਿ ਟੀਚਰ ਜਿਹੜੇ ਕੋਈ ਸਟ੍ਰਾਈਕ ਕਰਦੇ ਇਸ ਚੀਜ਼ ਬਾਰੇ ਨੌਕਰੀਆਂ ਵਾਸਤੇ ਨਾ, ਤੇ ਉਹਨਾਂ ਦੀ ਕੁੱਟਮਾਰ ਕਰਦੇ, ਉਹਦੇ ਵਾਸਤੇ ਜਿੰਨੀ ਪੂਰੀ ਇੰਡੀਆ ਦੇ ਜਿੰਨੇ ਲੋਕ ਸੂਝਵਾਨ ਉਹ ਸਾਰੇ ਜ਼ਿੰਮੇਵਾਰ ਆ ਵੀ ਇਸਦਾ ਕੋਈ ਹੱਲ ਨਹੀਂ ਹੋ ਸਕਦਾ। ਪਹਿਲਾਂ ਅਕਾਲੀਆਂ ਨੇ ਇਸ ਤਰ੍ਹਾਂ ਕੀਤਾ, ਹੁਣ ਕਾਂਗਰਸ ਨੇ ਕੀਤਾ, ਇਹਨਾਂ ਦੇ ਫਰਕ ਕੀ ਹੋਏ ਸਾਰਿਆਂ ਦੇ ਵਿੱਚ? ਥੈਂਕ ਯੂ ਜੀ, ਕੋਈ ਫਰਕ ਨਹੀਂ ਜੀ, ਮੈਂ ਤਾਂ ਤੁਹਾਨੂੰ ਕਹਾਣੀ ਉਹ ਦੱਸੀ ਆ ਵੀ ਪੁਲਿਸ ਵਾਲੇ ਕਹਿੰਦੇ ਸਾਡੇ ਸਾਡੇ ਲਈ ਤਾਂ ਪਿੱਠਾਂ ਬਦਲਦੀਆਂ ਨੇ, ਡਾਂਗ ਸਾਡੇ ਹੱਥ ਤੇ ਵੀ, ਮੈਂ ਤਾਂ ਖੁਦ ਉਸ ਚੀਜ਼ ਦਾ ਉੱਥੇ ਗਵਾਹ ਹੈ ਜੀ ਉਸ ਦਿਨ ਇਹ ਜਿਹੜਾ ਹੋਇਆ ਜੀ। ਕੋਈ ਕਿਸੇ ਕਿਸਮ ਦੀ ਹਿੰਸਾ ਇਹਨਾਂ ਟੀਚਰਸ ਦੇ ਨਹੀਂ ਕੀਤੀ, ਅਕਸਰ ਜਿਹੜੀਆਂ ਇਹ ਜਥੇਬੰਦੀਆਂ ਨੇ ਨਾ ਇਹ ਜਿਹੜੀਆਂ ਰੋਕਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਤੋੜਨ ਦਾ ਯਤਨ ਕਰਦੀਆਂ ਨੇ ਤਾਂ ਕਿ ਖਬਰਾਂ ਵਗੈਰਾ ਬਣ, ਉਸ ਦਿਨ ਰੋਕਾਂ ਹੀ ਨਹੀਂ ਸੀ ਲਾਈਆਂ ਕਿਉਂਕਿ ਅਚਾਨਕ ਹੀ ਟੀਚਰ ਜਿਹੜਾ ਜੀ ਇਹ ਜਿਹੜੇ ਬੇਰੁਜ਼ਗਾਰ ਟੀਚਰ ਨੇ ਇਹ ਉੱਥੇ ਆਣ ਪਹੁੰਚੇ ਸਨ। ਜਿਹੜਾ ਉਹ ਚੇਨ ਜ਼ਰੂਰ ਬਣਾਈ ਹੋਈ ਸੀ ਪੁਲਿਸ ਨੇ, ਇਹਨਾਂ ਨੇ ਕੋਈ ਰੋਕ ਨਹੀਂ ਤੋੜੀ, ਕੋਈ ਪੁਲਿਸ ਦੇ ਉੱਤੇ ਹਮਲਾਵਰ ਨਹੀਂ ਹੋਏ, ਆਰਾਮ ਦੇ ਨਾਲ ਬਹਿ ਕੇ ਉਹ ਜਿਹੜਾ ਵਾਈ ਪੀ ਐਸ ਚੌਂਕ ਹੈ ਉੱਥੇ ਇਹ ਆਪਣਾ ਧਰਨਾ ਜਿਹੜਾ ਦੇ ਰਹੇ ਸੀ, ਅੱਧਾ ਘੰਟਾ ਬਹਿੰਦੇ ਪੌਣਾ ਘੰਟਾ ਬਹਿੰਦੇ ਉੱਥੋਂ ਬਹਿ ਕੇ ਇਹਨਾਂ ਨੇ ਜਿਹੜਾ ਵੀ ਆਪਣਾ ਰੋਸ ਧਰਨਾ ਦੇ ਕੇ ਉੱਠ ਜਾਣਾ ਸੀਗਾ। ਬਿਨਾਂ ਕਿਸੇ ਭੜਕਾਹਟ ਤੋਂ ਪੁਲਿਸ ਨੇ ਉਦਣ ਜਿਹੜਾ ਜੀ ਇਹ ਬੇਰੁਜ਼ਗਾਰ ਟੀਚਰ ਜਿਹੜੇ ਕੁੱਟੇ ਆ, ਵੀਡੀਓਜ਼ ਤੁਸੀਂ ਸਾਰਿਆਂ ਨੇ ਜਿਹੜੀਆਂ ਜੀ ਉਸ ਮੀਡੀਆ ਦੇ ਉੱਤੇ ਦੇਖੀਆਂ ਨੇ, ਫੋਟੋਆਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਨੇ। ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਬਿਆਨ ਦੇ ਕੇ ਚੁੱਪ ਜਿਹੜਾ ਜੀ ਉਹ ਕਰ ਗਈਆਂ। ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਕਿਉਂ ਨਹੀਂ ਜਿਹੜਾ ਜੀ ਉਹ ਚੁੱਕਿਆ ਜਾ ਰਿਹਾ? ਸਰਕਾਰ ਦੀ ਤਰਫੋਂ, ਸਿੱਖਿਆ ਮੰਤਰੀ ਦੀ ਤਰਫੋਂ, ਮੁੱਖ ਮੰਤਰੀ ਦੀ ਤਰਫੋਂ, ਮੰਤਰੀਆਂ ਦੇ ਤਰਫੋਂ, ਕਿਸੇ MLA ਦੇ ਤਰਫੋਂ ਕੋਈ ਇਹਦੇ ਉੱਤੇ ਇੱਕ ਸਿੰਪਤੀ ਦਾ ਬਿਆਨ ਤੱਕ ਜਿਹੜਾ ਜੀ ਉਹ ਨਹੀਂ ਆਇਆ। ਇਹਦਾ ਮਤਲਬ ਇਹ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਗਾ। ਉਹਨਾਂ ਦਾ ਮਕਸਦ ਇੱਕੋ ਇੱਕ ਇਸ ਵੇਲੇ ਇਹ ਆ ਕਿ ਕਿਹੜਾ ਨੇਤਾ ਕਿੰਨੇ ਵੱਧ ਪੈਸੇ ਜਿਹੜੇ ਜੀ ਉਹ ਇਕੱਠੇ ਕਰ ਲੈਂਦਾ, ਉਹ ਚਾਹੇ ਵੱਖ ਵੱਖ ਮਾਫੀਏ ਦੇ ਰੂਪ ਦੇ ਵਿੱਚ ਆ, ਰੇਤ ਮਾਫੀਏ ਦੇ ਰੂਪ ਦੇ ਵਿੱਚ ਆ, ਟਰਾਂਸਪੋਰਟ ਮਾਫੀਏ ਦੇ ਰੂਪ ਦੇ ਵਿੱਚ ਆ, ਕਿਸੇ ਵੀ ਮਾਫੀਏ ਦੇ ਰੂਪ ਦੇ ਵਿੱਚ, ਸਾਰੇ ਮਹਿਜ਼ ਪੈਸੇ ਇਕੱਠੇ ਕਰਨ ਦੇ ਦੁਆਲੇ ਜਿਹੜਾ ਦੀ ਉਹ ਹੋਏ ਹੋਇਆ, ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੈ ਇਹਨਾਂ ਚੀਜ਼ਾਂ ਜੀ। ਪੌਲ ਜੀ ਕੈਨੇਡਾ ਤੋਂ, ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿਹੜੇ ਆਪਣੇ ਜ਼ਿਆਦਾ ਨਹੀਂ ਪ੍ਰੋਟੈਸਟ ਉੱਥੇ ਹੁੰਦੇ ਹੈਗੇ, ਕੋਈ ਐਵਰੀ ਡੇ ਕਿਸੇ ਕੋਈ ਰੇਲ ਨਾਲ ਉੱਕੇ ਬਹਿ ਜਾਂਦਾ, ਕੋਈ ਕੁਛ ਕਰਕੇ ਬਹਿ ਜਾਂਦਾ, ਵੀ ਇਹਦਾ ਕੀ ਫਿਰ ਇਹ ਕਹਿੰਦੇ ਇਕੋਨਮੀ ਗੌਰਮੈਂਟ ਨਹੀਂ ਕੁਛ ਕਰ ਰਹੀ, ਇਕੋਨਮੀ ਨਹੀਂ ਆਪਣੀ ਬੂਸਟ ਕਰ ਰਹੀ। ਹੁਣ ਆਪਣੇ ਕੈਨੇਡਾ ਦੇ ਵਿੱਚ ਵਿੱਚ ਥੋੜ੍ਹੇ ਦਿਨ ਹੋ ਗਿਆ ਇਨਵਾਇਰਮੈਂਟ ਵਾਲੇ ਉਹਨਾਂ ਟ੍ਰੇਨਾਂ ਬਲੋਕ ਕੀਤੀਆਂ ਸੀ, ਉਹ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਏ ਕਹਿੰਦੀਆਂ ਵੀ ਨਹੀਂ ਇਹ ਕੁਛ ਨਹੀਂ। ਹੁਣ ਇੱਕ ਵਾਰੀ ਇੱਕ ਟੈਕਸੀ ਇੰਡਸਟਰੀ ਦਾ ਰੌਲਾ ਸੀਗਾ ਆਪਣੇ ਸਿਟੀ ਦੇ ਨਾਲ, ਉਹ ਵੀ ਕਹਿੰਦੇ ਸੀ ਘਿਰਾਓ ਕਰਨਾ ਘਰੇ ਜਾ ਕੇ ਆਪਣੇ ਕੋਈ ਐਲਡਰਮੈਨ ਹੈਗਾ, ਉਹ ਪੁਲਿਸ ਵਾਲੇ ਕਹਿੰਦੇ ਨੋ ਅਸੀਂ ਵੀ ਵੋਂਟ ਅਲਾਓ ਯੂ ਐਟ ਐਨੀ ਕਾਸਟ, ਵੀ ਤੁਸੀਂ ਕਿਸੇ ਦੇ ਘਰੇ ਜਾ ਕੇ ਤੁਸੀਂ ਇੱਦਾਂ ਨਹੀਂ ਕੁਛ ਕਰ ਸਕਦੇ, ਬਾਹਰ ਪ੍ਰੋਟੈਸਟ ਸਿਟੀ ਹਾਲ ਕਰੋ। ਵੀ ਇਹਦਾ ਕੋਈ ਕੰਟਰੋਲ ਹੋਣਾ ਚਾਹੀਦਾ, ਵੀ ਜ਼ਿਆਦਾ ਨਹੀਂ ਲੱਗਦਾ ਵੀ ਆਪਣੇ ਕੋਈ ਨਾ ਕੋਈ ਹਰ ਇੱਕ ਕੋਈ ਆਪਣੇ ਲੋਕ ਕਿਸੇ ਲੋ ਕਾਸਟ ਵਾਲੇ ਕਰਕੇ ਬਹਿ ਜਾਂਦੇ, ਕਿਸੇ ਦੂਜੇ ਆਪਣੇ ਜਾਟ ਕਰਕੇ ਬਹਿ ਜਾਂਦੇ, ਕੋਈ ਹੋਣਾ ਚਾਹੀਦਾ ਕੰਟਰੋਲ। ਥੈਂਕ ਯੂ ਜੀ। ਉਹ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਜੀ ਜਿਹੜੇ ਇਹ ਐਜੂਕੇਸ਼ਨ ਕਰਨ ਦਾ,
ਹੱਡ ਤੁੜਵਾਉਣ ਦਾ ਆਪਣੇ ਜਿਹੜਾ ਜੀ ਉਹ ਜਾ ਕੇ ਸੜਕਾਂ ਦੇ ਉੱਤੇ ਆਉਣ। ਜੇ ਸਰਕਾਰਾਂ ਜਿਹੜੀਆਂ ਜੀ ਉਹ ਲੋਕਾਂ ਪ੍ਰਤੀ ਸੁਹਿਰਦ ਚੱਲੀ ਜਾਣ ਤੇ ਕੌਣ ਚਾਹੁੰਦਾ ਕਿ ਜਿਹੜਾ ਜੀ ਇਸ ਤਰ੍ਹਾਂ ਦੇ ਐਜੀਟੇਸ਼ਨ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਜਾਵੇ ਤੇ ਐਜੀਟੇਸ਼ਨ ਜਿਹੜੀਆਂ ਜੀ ਉਹ ਕਰੇ। ਇੱਕ ਦੂਸਰੀ ਗੱਲ ਇਹ ਲੋਕਾਂ ਦਾ ਪ੍ਰੋਟੈਸਟ ਜਿਹੜਾ ਜੀ ਉਹ ਕਰਨਾ ਕਿਸੇ ਵੀ ਮੁਲਕ ਦੇ ਵਿੱਚ ਇਹ ਫੰਡਾਮੈਂਟਲ ਜਿਹੜਾ ਜੀ ਉਹ ਰਾਈਟ ਹੈ, ਇਹ ਮੌਲਿਕ ਅਧਿਕਾਰ ਨੇ ਉਹਨਾਂ ਦੇ। ਜੇ ਪ੍ਰੋਟੈਸਟ ਜਿਹੜਾ ਜੀ ਉਹ ਨਹੀਂ ਹੋਣਗੇ ਫਿਰ ਤੁਸੀਂ ਲੋਕਾਂ ਦਾ ਜਿਹੜਾ ਜੀ ਉਹ ਖੋਲੋਗੇ, ਇਹ ਮੌਲਿਕ ਅਧਿਕਾਰ ਹੀ ਖੋਲੋਗੇ। ਇੱਕ ਇੱਥੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਉਹਨਾਂ ਦੀ ਟਿੱਪਣੀ ਸੀਗੀ ਥੋੜੇ ਦਿਨ ਪਹਿਲਾਂ ਦਿੱਲੀ ਦੇ ਵਿੱਚ ਕਿ ਸਰਕਾਰਾਂ ਹਮੇਸ਼ਾ ਸਹੀ ਨਹੀਂ ਹੁੰਦੀਆਂ, ਤੇ ਜੇ ਸਹੀ ਨਹੀਂ ਹੁੰਦੀਆਂ ਤੇ ਲੋਕਾਂ ਨੇ ਉਹਨੂੰ ਸਹੀ ਕਰਨ ਦੇ ਵਾਸਤੇ ਪ੍ਰੋਟੈਸਟ ਕਰਨਾ ਉਹਨਾਂ ਦਾ ਫੰਡਾਮੈਂਟਲ ਜਿਹੜਾ ਜੀ ਉਹ ਰਾਈਟ ਹੈ। ਇਸ ਕਰਕੇ ਇਹ ਕਹਿ ਦੇਣਾ ਕਿ ਕੁਛ ਲੋੜ ਤੋਂ ਵੱਧ ਹੋ ਗਏ ਜਾਂ ਕਾਸਟਿਜ਼ਮ ਦੇ ਨਾਲ ਜਿਹੜਾ ਜੀ ਉਹ ਜੋੜ ਦੇਣਾ, ਨਹੀਂ, ਹਾਂ ਹਿੰਸਕ ਨਹੀਂ ਹੋਣੇ ਜਿਹੜਾ ਜੀ ਉਹ ਚਾਹੀਦੇ। ਜੇ ਹਿੰਸਾ ਜਿਵੇਂ ਜਾਟ ਅੰਦੋਲਨ ਦੀ ਤੁਸੀਂ ਗੱਲ ਕੀਤੀ ਆ, ਉਹਨੂੰ ਪ੍ਰੋਟੈਸਟ ਨਹੀਂ ਤੁਸੀਂ ਕਹਿ ਸਕਦੇ, ਉਹ ਹਿੰਸਾ ਸੀਗੀ, ਉਹ ਉਹਨੂੰ ਉਸ ਹਿੰਸਾ ਜਿਹੜੀ ਉਹਦਾ ਦੇ ਪ੍ਰੋਟੈਸਟ ਆ ਉਹ ਰੁਕਣੇ ਚਾਹੀਦੇ ਆ, ਉਹ ਸਖਤੀ ਦੇ ਨਾਲ ਰੋਕੇ ਜਾਣੇ ਜਿਹੜਾ ਜੀ ਉਹ ਚਾਹੀਦੇ ਆ। ਪਰ ਜਿਸ ਤਰੀਕੇ ਦੇ ਨਾਲ CAA ਦਾ ਵਿਰੋਧ ਜਿਹੜਾ ਜੀ ਹੋ ਰਿਹਾ ਜਾਂ ਇਹ ਟੀਚਰ ਜਿਹੜਾ ਜੀ ਉਹ ਕਰ ਰਹੇ ਨੇ, ਉਹਨਾਂ ਦੇ ਨਾਲ ਧੱਕਾ ਹੋਇਆ ਜੀ। ਉਹਨਾਂ ਦੇ ਕੋਲੇ ਹੋਰ ਗੱਲ ਆਪਣੀ ਪਹੁੰਚਾਉਣ ਦਾ ਤਰੀਕਾ ਕੀ ਹੈ ਜੀ? ਕੀ ਉਹ ਬੰਦੂਕਾਂ ਚੁੱਕ ਲੈਣ, ਉਹ ਹਥਿਆਰ ਜਿਹੜੇ ਜੀ ਉਹ ਚੁੱਕ ਲੈਣ, ਸਰਕਾਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਕਰਨ, ਤੁਸੀਂ ਇਹ ਚਾਹੁੰਦੇ ਹੋ? ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਪ੍ਰੋਟੈਸਟ ਨੇ ਉਹ ਸਾਰੇ ਮੁਲਕਾਂ ਦੇ ਵਿੱਚ ਹੀ ਹੁੰਦੇ ਨੇ, ਉਹਦੀ ਜੇ ਤੁਸੀਂ ਨਹੀਂ ਦੇਖੇ ਤੇ ਤੁਹਾਡੀ ਜਿਹੜੀ ਉਹ ਕਮਜ਼ੋਰੀ ਆ, ਚਾਹੇ ਉਹ ਟਰੱਕਿੰਗ ਇੰਡਸਟਰੀ ਆ ਚਾਹੇ ਟੈਕਸੀ ਇੰਡਸਟਰੀ ਆ, ਉਹ ਆਪਣੇ ਰੋਸ ਜਿਹੜਾ ਜੀ ਉਹ ਜ਼ਾਹਰ ਕਰਨ ਦੇ ਵਾਸਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਪ੍ਰੋਟੈਸਟ ਜਿਹੜਾ ਜੀ ਉਹ ਕਰਦੇ ਆ, ਤੇ ਇਹ ਉਹਨਾਂ ਦਾ ਹੱਕ ਕਿਸੇ ਵੀ ਹਾਲਤ ਦੇ ਵਿੱਚ ਕਦੀ ਵੀ ਖੋਇਆ ਨਹੀਂ ਜਾਣਾ ਚਾਹੀਦਾ। ਜੇ ਸਰਕਾਰਾਂ ਨੂੰ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਗੋਡਿਆਂ ਪਰਨੇ ਜਿਹੜਾ ਜੀ ਉਹ ਰੱਖਣਾ ਤਾਂ ਕਿ ਉਹ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਨਾ ਕਿਸੇ ਕਿਸਮ ਦਾ ਮਾਰਨ, ਤੇ ਇਹ ਪ੍ਰੋਟੈਸਟ ਚੱਲਦੇ ਰਹਿਣੇ ਚਾਹੀਦੇ ਆ ਕਿਸੇ ਵੀ ਮੁਲਕ ਦੇ, ਬਸ਼ਰਤੇ ਇਹ ਸ਼ਾਂਤਮਈ ਹੋਣੇ ਚਾਹੀਦੇ। ਪਰਮਿੰਦਰ ਢਿੱਲੋਂ ਜੀ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਜੀ, ਆਪਣੇ ਜਹੇਦਾਰ ਹੋਣੀ ਜਿੱਦਾਂ ਬਿਆਨ ਦੇਈ ਜਾਂਦੇ ਆ ਆਪਣੇ ਰਣਜੀਤ ਸਿੰਘ ਢੱਡੀਆਲੇ ਦੇ ਖਿਲਾਫ਼, ਤੋਂ ਉਹਨਾਂ ਦੇ ਖਿਲਾਫ਼ ਬੋਲੀ ਜਾਂਦੇ ਆ, ਤੇ ਇਹਨਾਂ ਨਾਲ ਇਹਦੇ ਛਵੀ ਨੂੰ ਕੋਈ ਘਟੂ ਨਾ, ਜਿੱਦਾਂ ਜਿਸ ਹਿਸਾਬ ਨਾਲ ਇਹ ਕਹਿ ਰਹੇ ਆ, ਜਾਂ ਬਿਆਨ ਮੇਰੇ ਹਿਸਾਬ ਨਾਲ ਨਹੀਂ ਦੇਣੇ ਚਾਹੀਦੇ ਜਹੇਦਾਰ ਸਾਹਿਬ ਨੂੰ। ਤਾਂ ਦੂਜੀ ਜਿਹੜੀ ਗੱਲ ਇਹਦੇ ਨਾਲ ਲੱਗਦੀ, ਜਿੱਦਾਂ ਵੀ ਇਹ ਬਿਆਨ ਦੇਣ ਦੀ ਬਜਾਏ ਜਾਂ ਕੋਈ ਵੀ ਉੱਦਾਂ ਨੂੰ ਉੱਥੇ ਬੁਲਾਉਣਾ ਜਾਂ ਕੋਈ ਵੀ ਕਰਨਾ ਉੱਥੇ ਬੁਲਾ ਕੇ ਗੱਲਬਾਤ ਕਰਨ, ਤਾਂ ਜਿਹੜੀ ਉਹ ਨਵੀਂ ਗੱਲ ਕਹੀ ਜਾਂਦੇ ਵੀ ਆਪਣੇ TV ਤੇ ਆ ਕੇ ਡਿਬੇਟ ਕਰੋ ਜਾਂ ਕਿੱਦਾਂ, ਤੇ ਅਜੇ ਤੱਕ ਏਦਾਂ ਕਦੀ ਸੁਣਿਆ ਨੀ ਵੀ ਕੋਈ ਜਹੇਦਾਰ ਨੇ ਆ ਕੇ ਡਿਬੇਟ ਕਰੇ ਜਾਂ ਕਿੱਦਾਂ ਵੀ, ਤੇ ਇਹਦੇ ਬਾਰੇ ਦੱਸਿਓ ਵੀ ਇਹ ਕੋਈ ਨਵੀਂ ਬਿਰਤ ਪਾਉਣ ਨੂੰ ਫਿਰਦੇ ਆ ਜਾਂ ਕੀ ਕਰਦੇ ਆ। ਥੈਂਕ ਯੂ ਭੈਣ ਜੀ ਸੁਣ ਲੈਣ ਦੇ, ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਹੈ ਕਿ ਦੇਖੋ ਡਿਬੇਟ ਮਾੜੀ ਨਹੀਂ ਜਿਹੜਾ, ਕਿਉਂਕਿ ਤੁਸੀਂ ਆਫਟਰ ਆਲ ਜਿਹੜਾ ਇੱਕ ਦੂਸਰੇ ਦੇ ਨਾਲ ਬੈਠ ਕੇ ਹੀ ਇਹ ਜਿਹੜਾ ਜੀ ਉਹ ਨਿਬੇੜੋਗੇ ਨਾ, ਇਹ ਗੁਰੂ ਨਾਨਕ ਸਾਹਿਬ ਦੇ ਜਿਹੜਾ ਤਰਕ ਹੈ ਉਹਦੇ ਨਾਲ ਜਿਹੜੀ ਉਹ ਮਿਲਦੀ ਗੱਲ ਹੈ ਨਾ, ਕਿ ਉਹਨਾਂ ਨੇ ਜਿਹੜੇ ਜਿਹਨਾਂ ਦੇ ਨਾਲ ਜਾ ਕੇ ਜਿੱਥੇ ਜਿੱਥੇ ਵੀ ਉਹ ਡਿਬੇਟ ਹੀ ਕੀਤੀਆਂ, ਚਾਹੇ ਉਹ ਸਿੱਧਾਂ ਦੇ ਨਾਲ ਗੋਸ਼ਟ ਜਿਹੜਾ ਜੀ, ਅੱਜ ਤੁਸੀਂ ਡਿਬੇਟ ਦਾ ਉਹਨੂੰ ਨਾਂ ਦੇ ਦਿਓ, ਗੋਸ਼ਟ ਜਿਹੜਾ ਜੀ ਕੀ ਸੀਗਾ, ਫਿਰ ਆਪਾਂ ਉੱਥੇ ਉਹਨੂੰ ਵੀ ਗਲਤ ਜਿਹੜਾ ਜੀ ਉਹ ਠਹਿਰਾਵਾਂਗੇ ਕਿ ਉਹਨਾਂ ਨੇ ਕਿਉਂ ਜਿਹੜਾ ਜੀ ਇਹ ਕਿਹਾ ਕਿ ਪਾਣੀ ਕਰਤਾਰਪੁਰ ਨਹੀਂ ਜਾ ਸਕਦਾ ਤੇ ਫਿਰ ਸੂਰਜ ਦੇ ਉੱਤੇ ਕਿਵੇਂ ਜਾਊਗਾ, ਇਹ ਗੋਸ਼ਟ ਦਾ ਪਾਠ ਸੀਗਾ। ਉਹਨਾਂ ਨੇ ਇਹ ਵੀ ਗੱਲ ਜਿਹੜੀ ਦੀ ਕਹੀ ਕਿ ਵੀ ਠੀਕ ਹੈ, ਜਿਸ ਪਾਸੇ ਵੱਲ ਅੱਲਾ ਤਾਲਾ ਨਹੀਂ ਹੈ ਉਸ ਪਾਸੇ ਵੱਲ ਮੇਰੀਆਂ ਜਿਹੜੀਆਂ ਜੀ ਉਹ ਲੱਤਾਂ ਕਰ ਦਿਓ, ਇਹ ਗੋਸ਼ਟ ਸੀਗਾ, ਇਹ ਡਿਬੇਟ ਸੀਗੀ ਜਿਹੜੀ ਸਮਝ ਆ ਗਈ ਵੀ ਹਾਂ ਅੱਲਾ ਤਾਂ ਚਫੇਰੇ ਆ, ਚਾਰ ਚਫੇਰੇ ਆ, ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਜਿਸ ਪਾਸੇ ਵੱਲ ਰੱਬ ਅੱਲਾ ਜਿਹੜਾ ਜੀ ਉਹ ਨਹੀਂ ਹੈਗਾ, ਇਹ ਡਿਬੇਟ ਸੀਗਾ, ਡਿਬੇਟ ਦੇ ਵਿੱਚੋਂ ਨਿਕਲੀਆਂ ਹੋਈਆਂ ਪੋਜ਼ਿਟਿਵ ਜਿਹੜੀਆਂ ਉਹ ਚੀਜ਼ਾਂ ਸੀਗੀਆਂ। ਹਾਂ, ਜਿਹੜੀ ਇਹ ਗੱਲ ਹੈ ਕਿ ਇਹ ਜਿਹੜੇ ਅਹੁਦੇ ਨੇ ਉਹਨਾਂ ਦੀ ਮਰਿਆਦਾ ਜਿਹੜੀ ਆ ਉਹ ਘੱਟ ਹੋਈ ਹੈ ਪਿਛਲੇ ਸਮੇਂ ਦੇ ਦੌਰਾਨ, ਜਿਹੜੀ ਉਹ ਘੱਟ ਹੋਈ ਆ, ਘੱਟ ਤਾਂ ਸਮੇਂ ਸਮੇਂ ਦੇ ਉੱਤੇ ਜਿਹੜੀ ਜੀ ਉਹ ਹੁੰਦੀ ਰਹੀ ਆ, ਚਾਹੇ ਉਹ ਜਗਿੰਦਰ ਸਿੰਘ ਵਿਦਾਂਤੀ ਹੋਰੀ ਸਨ ਜੀ, ਚਾਹੇ ਗੁਰਬਚਨ ਸਿੰਘ ਹੋਰੀ ਸਨ ਜੀ, ਗੁਰਬਚਨ ਸਿੰਘ ਹੋਰਾਂ ਦੇ ਟਾਈਮ ਖਾਸ ਤੌਰ ਦੇ ਉੱਤੇ ਜਿਹੜਾ ਜੀ ਇਹ ਘਟੀ, ਜਿਹੜੇ ਕਿਉਂਕਿ 5-star ਹੋਟਲਾਂ ਤੱਕ ਉਹ ਜਿਹੜੇ ਜੀ ਉਹ ਪਹੁੰਚ ਗਏ, ਬੁੱਚੜਖਾਨੇ ਦੇ ਵਿੱਚ ਉਹਨਾਂ ਦੇ ਮੁੰਡੇ ਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਚਰਚਾ ਦਾ ਵਿਸ਼ਾ ਤਾਂ ਬਣਦੀ ਰਹੀ ਨਾ ਜੀ। ਚਲੋ ਉਹ ਆਪਣੀ ਜਗ੍ਹਾ ਦੇ ਉੱਤੇ ਜੇ ਛੱਡ ਵੀ ਦਿੱਤਾ ਜਾਵੇ ਤਾਂ ਸਰਸੇ ਵਾਲੇ ਵਾਲੇ ਸਾਰੇ ਜਿਹੜਾ ਜੀ ਉਹ ਕਾਂਡ ਦੇ ਵਿੱਚ ਜੋ ਜਥੇਦਾਰ ਨੇ ਜੋ ਕੁਛ ਜਿਹੜਾ ਜੀ ਉਹ ਕੀਤਾ, ਜਿਵੇਂ ਇਹ ਮਾਫੀਆਂ ਲਈਆਂ ਗਈਆਂ ਵਾਪਸ ਜਿਹੜੀਆਂ ਸੀਗੀਆਂ ਉਹ ਲਈਆਂ ਗਈਆਂ, ਇਉਂ ਤਾਂ ਨਹੀਂ ਨਾ ਹੋ ਸਕਦਾ ਕਿ ਜਿਹੜੇ ਜੀ ਤੁਸੀਂ ਵੱਖੋ ਵੱਖਰੇ ਤਰੀਕੇ ਦੇ ਨਾਲ ਚੱਲੋ ਵੀ ਜਿਹੜਾ ਜੀ ਉਹ
ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ, ਇਹੋ ਨੀ ਨਾ ਹੁੰਦਾ। ਤੇ ਜਾਂ ਤਾਂ ਜਿਹੜੀ ਜਿਹੜੀ ਪ੍ਰਥਾ ਹੈ ਉਹਦੇ ਹਿਸਾਬ ਦੇ ਨਾਲ ਹੀ ਹੋਵੇ, ਜਾਂ ਤਾਂ ਇਹ ਕਹੋ ਕਿ 5 ਮੈਂਬਰੀ ਕਮੇਟੀਆਂ ਜਿਹੜੀਆਂ ਦੀ ਉਹ ਬਣਦੀਆਂ ਰਹੀਆਂ ਨੇ ਪਹਿਲਾਂ, ਉਹ ਆ ਕੇ ਜਿਹੜਾ ਜੀ ਇਹ ਡਿਬੇਟ ਕਰਦੀਆਂ ਰਹੀਆਂ ਨੇ। ਜਥੇਦਾਰ ਸੱਦੇ ਰਹੇ ਨੇ ਪਿਛਲੇ ਜਿਹੜੇ ਛੇਕੇ ਗਏ ਆ, ਜਿਹਦੇ ਵਿੱਚ ਕੁਛ ਸਿੱਖ ਪ੍ਰਚਾਰਕ ਵੀ ਜਿਹੜੇ ਜੀ ਉਹ ਸ਼ਾਮਿਲ ਰਹੇ ਨੇ, ਕੁਛ ਤਾਂ ਉਹਨਾਂ ਦੇ ਵਿੱਚੋਂ ਇਸ ਦੁਨੀਆਂ ਦੇ ਉੱਤੇ ਵੀ ਹੈ ਨੀ, ਕੁਛ ਜਿਹੜੇ ਜੀ ਉਹ ਅਜੇ ਵੀ ਵਿਚਰ ਰਹੇ ਨੇ, ਉਹਨਾਂ ਦੇ ਬਾਰੇ ਦੇ ਵਿੱਚ ਕਿਹੜੀਆਂ ਕਮੇਟੀਆਂ ਜਿਹੜੀਆਂ ਜੀ ਉਹ ਬਣਾਈਆਂ ਗਈਆਂ ਸੀ ਜਦੋਂ ਉਹਨਾਂ ਨੂੰ ਛੇਕਿਆ ਗਿਆ। ਜੇ ਛੇਕਣ ਦੇ ਵਾਸਤੇ ਹੀ ਜਿਹੜਾ ਜੀ ਉਹ ਕਮੇਟੀ ਬਣਾਉਣੀ ਆ ਤੇ ਫਿਰ ਉਹਦੀ ਜਿਹੜਾ ਜੀ ਉਹ ਛੇਕ ਲਿਆ ਜਾਵੇ। ਇਹ ਜਿਹੜਾ ਇੱਕ ਦੂਜੇ ਦੇ ਪ੍ਰਤੀ ਸ਼ਬਦਾਵਲੀ ਜਿਹੜੀ ਆ ਬਿਆਨ ਜਿਹੜੇ ਜੀ ਉਹ ਦੇਣੇ, ਤੁਸੀਂ ਅਕਸਰ ਮਿਲਾਇਆ ਜੀ ਕਿ ਇਹ ਸਿੱਖਾਂ ਦੇ ਪੋਪ ਨੇ, ਪੋਪ ਕਿੰਨੀ ਕੁ ਵਾਰੀ ਜਿਹੜਾ ਜੀ ਉਹ ਬੋਲਦਾ, ਜਾਂ ਜਦੋਂ ਜ਼ਰੂਰਤ ਆ ਉਦੋਂ ਉਦੋਂ ਹੀ ਜਿਹੜਾ ਜੀ ਬੋਲਦਾ। ਇਹ ਤਾਂ ਜਿੰਨੀ ਦੇਰ ਤੱਕ ਅਖਬਾਰਾਂ ਦੇ ਵਿੱਚ ਇਹਨਾਂ ਦੇ ਰੋਜ਼ ਬਿਆਨ ਨਾ ਛਪਣ, ਇਹਨਾਂ ਨੂੰ ਚੈਨ ਨਹੀਂ ਆਉਂਦਾ ਜੀ। ਉਹ ਇਸ ਕਰਕੇ ਜੇ ਉਹ ਮਰਿਆਦਾ ਜਿਹੜੀ ਉਹ ਕਾਇਮ ਰੱਖਣੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਸਭ ਨੂੰ ਇੱਕ ਨਿਗਾਹ ਦੇ ਨਾਲ ਜਿਹੜਾ ਜੀ ਉਹ ਵੇਖਣਾ ਪਊਗਾ। ਜੇ ਡਿਬੇਟ ਦੀ ਗੱਲ ਜਿਹੜੀ ਦੀ ਉਹ ਚੱਲ ਰਹੀ ਆ, ਗੋਸ਼ਟ ਦੀ ਗੱਲ ਜਿਹੜੀ ਦੀ ਉਹ ਚੱਲ ਰਹੀ ਆ, ਤੇ ਗੋਸ਼ਟ ਦੇ ਵਿੱਚੋਂ ਕੁਛ ਪੋਜ਼ਿਟਿਵ ਹੀ ਜਿਹੜਾ ਜੀ ਉਹ ਨਿਕਲ ਸਕਦਾ ਨਾ। ਆਪਾਂ ਡਿਬੇਟ ਤੋਂ ਬਿਨਾਂ ਤਾਂ ਫਿਰ ਇਹ ਹੋਊਗਾ, ਇੱਕ ਪਾਸੜ ਹੋਊਗਾ, ਥੋਪ ਦਿੱਤਾ ਜਾਊਗਾ ਕਿ ਕਿਸੇ ਨੂੰ ਵੀ ਅਸੀਂ ਛੇਕਤਾ ਤੇ ਫਿਰ ਜਿਹੜਾ ਜੀ ਉਹ ਛੇਕਤਾ ਕਿੰਨੀ ਕੁ ਦੇਰ ਜਿਹੜਾ ਜੀ ਉਹ ਛੇਕੀ ਜਾਊਂਗੇ। ਅੱਜ ਜਿਹੜਾ ਸਮਾਂ ਹੈ ਉਹ ਗੱਲ ਨਾਲ ਜਿਹੜਾ ਜੀ ਉਹ ਲਾਉਣ ਦਾ ਹੈ। ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਪੇਸ਼ੈਂਸ ਤੋਂ ਕੰਮ ਲੈਣ ਦੀ ਜਿਹੜੀ ਉਹ ਜ਼ਰੂਰਤ ਹੈ। ਜੇ ਤੁਸੀਂ ਭੜਕਾਹਟ ਵਾਲੀਆਂ ਜਿਹੜੀਆਂ ਜੀ ਚੀਜ਼ਾਂ ਉਹ ਦੁਬਾਰਾ ਤੋਂ ਦੁਬਾਰਾ ਤੁਹਾਨੂੰ ਇਹ ਲੱਗਦਾ, ਕਿਉਂਕਿ ਇੱਕ ਇੱਥੇ ਖਾਸ ਚੀਜ਼ ਜਿਹੜੀ ਹੈ ਨਾ ਜੀ ਉਹ ਵੇਖਣ ਵਾਲੀ ਇਹ ਆ ਕਿ ਜਿਹੜਾ ਸੋਸ਼ਲ ਮੀਡੀਆ ਆ ਗਿਆ ਨਾ ਜੀ, ਉਹਨੇ ਲੋਕਾਂ ਨੂੰ ਲਾਈਕਸ ਤੇ ਜਿਹੜੇ ਕਮੈਂਟਸ ਨੇ ਉਹਦੇ ਵਿੱਚ ਉਲਝਾ ਦਿੱਤਾ। ਜਿਹੜਾ ਬੰਦਾ ਵੀ ਇਹਨਾਂ ਲਾਈਕਸ ਤੇ ਕਮੈਂਟਸ ਦੇ ਵਿੱਚ ਜਿਹੜਾ ਜੀ ਉਹ ਉਲਝ ਗਿਆ, ਉਹ ਆਪਣੇ ਜਿਹੜਾ ਮਕਸਦ ਤੋਂ ਪਾਸੇ ਹੱਟ ਜੂਗਾ ਜੀ। ਇਹ ਚੀਜ਼ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈ, ਕੋਈ ਸ਼ੱਕ ਨਹੀਂ ਇਹਦੇ ਨਾਲ ਦੁਨੀਆਂ ਇੱਕ ਹੋ ਗਈ, ਗਲੋਬ ਜਿਹੜਾ ਜੀ ਉਹ ਪਿੰਡ ਬਣ ਗਿਆ। ਪਰ ਜਿਹੜਾ ਇਹਦੇ ਉਸ ਚੱਕਰਵਿਊ ਦੇ ਵਿੱਚ ਜਿਹੜਾ ਜੀ ਉਹ ਫਸ ਗਿਆ ਨਾ ਕਿ ਇੰਨੇ ਲੋਕ ਮੈਨੂੰ ਫੋਲੋ ਕਰਨ ਲੱਗ ਗਏ, ਇੰਨੇ ਲੋਕ ਇਹਦੇ ਉੱਤੇ ਕਮੈਂਟ ਜਿਹੜਾ ਜੀ ਉਹ ਕਰਨ ਲੱਗ ਗਏ, ਫਿਰ ਜਿਹੜਾ ਜੀ ਉਹ ਕਿਤੇ ਨਾ ਕਿਤੇ ਡੋਲੂਗਾ। ਇਹ ਉਹਦੇ ਵਿੱਚੋਂ ਵੀ ਨਿਕਲੀ ਹੋਈ ਚੀਜ਼ ਹੈ ਜੀ। ਪ੍ਰਗਟ ਸਿੰਘ ਬਾਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੁਣੇ ਮੈਨੂੰ ਸਾਹਿਬ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਟੀਵੀ ਤੋਂ। ਰੇਨੂ ਦੁੱਗਲ ਆ ਜਿਹੜੀ ਗੁਰੂ ਰਾਮਦਾਸ ਹਸਪਤਾਲ ਗਿਆਨੀ ਦੀ ਡਾਕਟਰੀ, ਉਹ ਆਪਣੇ ਮੈਟਰਨਿਟੀ ਲੀਵ ਤੇ ਗਈ, ਜਦੋਂ ਵਾਪਸ ਆਈ ਉਹਨੂੰ ਜੈਨ ਨਹੀਂ ਕਰਾਇਆ ਤੇ ਮੈਟਰਨਿਟੀ ਲੀਵ ਆਉਂਦੇ ਆ ਵੀ ਸੀ ਕਮੇਟੀ ਵਾਲਾ ਮਤਾ ਪਾ ਕੇ ਬੰਦ ਹੀ ਰੱਖੀਏ, ਹੈ ਹੀ ਕੋਈ ਨੀ ਉਹਨਾਂ ਜਿੰਨੀਆਂ ਸੰਸਥਾਵਾਂ ਚ। ਫਿਰ ਉਹਨੇ ਕੇਸ ਕੀਤਾ ਆਪਣੇ ਮਹਿਲਾ ਕਮਿਸ਼ਨ ਪਰਮਜੀਤ ਲਾਂਡਰਾ ਸੀ ਬੀਬਾ ਜੀ, ਉਹ ਵੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਸੀ, ਉਹਨੇ ਉਹ 3 ਮਹੀਨੇ ਦੇ ਕਈ ਚਿਰ ਲਮਕਾ ਕੇ ਇਹ ਤੇ ਪੈਸੇ ਤੇ ਦਵਾ ਤੇ 3 ਮਹੀਨੇ ਦੀ ਮੈਟਰਨਿਟੀ ਲੀਵ ਦੇ, ਪਰ ਉਹਨੂੰ ਜੈਨ ਨਹੀਂ ਕਰਾਇਆ। ਤੇ ਉਹਦੀ ਇੰਟਰਵਿਊ ਚ ਦੱਸ ਰਿਹਾ ਵੀ 100 ਦੇ ਉੱਤੇ ਤੇ ਕਾਲਜ ਨੇ ਕਿਸੇ ਵੀ ਮਹਿਲਾ ਨੂੰ ਮੈਟਰਨਿਟੀ ਲੀਵ ਨਹੀਂ। ਕੀ ਇਹ ਆਪਣਾ ਸ਼੍ਰੋਮਣੀ ਕਮੇਟੀ ਮਹਿਲਾ ਵਾਸਤੇ ਇਹੋ ਹੀ ਦਿਵਸ ਮਨਾ ਰਹੀ ਹੈ ਤੇ ਜਾਂ ਚੰਗਾ ਭਲਾ ਕਰ ਰਹੀ ਹੈ? ਧੰਨਵਾਦ ਜੀ, ਇਹਦੇ ਬਾਰੇ ਚਾਨਣਾ ਪਈ। ਥੈਂਕ ਯੂ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਬਥੇਰਾ ਜਿਹੜਾ ਜੀ ਉਹ ਚੱਲਦਾ ਰਿਹਾ। ਅਜੇ ਪਿਛਲੇ ਦਿਨ ਤਾਂ ਇੰਨਾ ਵਿਵਾਦ ਜਿਹੜਾ ਜੀ ਉਹ ਆਇਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਕੀਰਤਨ ਕਿਉਂ ਨੀ ਕਰਨ ਦਿੱਤਾ ਜਾਂਦਾ ਜਿਹੜਾ ਜੀ ਉਹ ਔਰਤਾਂ ਨੂੰ। ਕਹਿਣ ਨੂੰ ਜਦੋਂ ਵੀ ਹੋਵੇ ਤੇ ਇਹ ਚੰਦ ਉਹ ਤੁਕਾਂ ਜਿਹੜੀਆਂ ਜੀ ਉਹ ਪੜ੍ਹ ਦਿੰਦੇ ਆ ਕਿ ਔਰਤ ਦੀ ਬੜੀ ਜਿਹੜੀ ਜੀ ਉਹ ਮਹਾਨਤਾ ਜਿਹੜੀ ਉਹ ਹੈਗੀ ਆ, ਪਰ ਰਿਐਲਿਟੀ ਦੇ ਵਿੱਚ ਜਿਹੜਾ ਜੀ ਉਹ ਕੀ ਆ ਉਹ ਸਭ ਨੂੰ ਪਤਾ ਕਿ ਰਿਐਲਿਟੀ ਜਿਹੜੀ ਆ ਉਹ ਬਹੁਤ ਹੋਰ ਆ। ਇਹ ਲੋਕ ਜਿਹੜੇ ਜੀ ਉਹ ਹੋਰ ਗੱਲਾਂ ਇਸ ਸਭ ਕਾਸੇ ਦੇ ਉੱਤੇ ਜਿਹੜਾ ਅਕਸਰ ਕਰਦੇ ਜਿਹੜਾ ਜੀ ਉਹ ਨਜ਼ਰ ਆਉਂਦੇ। ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ, ਹੁਣੇ ਗਈ ਪਰਮਜੀਤ ਕੌਰ ਗੁਲਸ਼ਨ ਹੋਰਾਂ ਦੀ, ਜੋ ਉਹਦੇ ਵਿੱਚ ਖੁਲਾਸੇ ਕਰ ਰਹੇ ਆ ਕਿ ਕਿੰਨੀ ਉਹ ਕਹਿੰਦੇ ਇੱਕ ਜਲਾਲਤ ਸਾਡੇ ਅਸੀਂ ਭੁਗਤੀ ਆ ਪਿਛਲੇ 3 ਸਾਲਾਂ ਤੋਂ। ਉਹਨਾਂ ਨੂੰ ਬਾਰ ਬਾਰ ਜਿਹੜਾ ਜੀ ਉਹ ਜਲੀਲ ਕੀਤਾ ਗਿਆ, ਫੰਕਸ਼ਨਾਂ ਦੇ ਵਿੱਚ ਸੱਦ ਕੇ ਉਦੋਂ ਪਹਿਲਾਂ ਕੁਰਸੀਆਂ ਸਾਰੀਆਂ ਜਿਹੜੀਆਂ ਉਹਦੇ ਉੱਤੇ ਲੋਕ ਬਿਠਾ ਦਿੱਤੇ ਜਾਂਦੇ ਸੀਗੇ। ਕਿਹਦੇ ਵੱਲੋਂ? ਜਗੀਰ ਕੌਰ ਹੋਰਾਂ ਦੇ ਵੱਲੋਂ। ਇਹ ਉਹ ਇਲਜ਼ਾਮ ਜਿਹੜੇ ਜੀ ਉਹ ਲਾ ਰਹੇ ਆ ਤਾਂ ਕਿ ਉਹਨੂੰ ਕੋਈ ਕੁਰਸੀ ਨਾ ਜਿਹੜੀ ਜੀ ਉਹ ਮਿਲੇ। ਇਹ ਕੁਛ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਿਹੜਾ ਜੀ ਉਹ ਹੋ ਰਿਹਾ। ਅਸਲ ਦੇ ਵਿੱਚ ਜਿਹੜਾ ਨਾ ਜੀ ਇਹੀ ਤਾਂ ਰੌਲਾ ਕਿ ਉਹ ਆਪਣੇ ਮਕਸਦ ਤੋਂ ਹੀ ਥਿੜਕ ਗਈਆਂ ਨੇ ਅਜਿਹੀਆਂ ਸੰਸਥਾਵਾਂ ਜਿਹੜੀਆਂ ਜੀ ਉਹ ਥੜਕਾ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚੋਂ ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਜਿਹੜੀ ਇੱਕ ਕਿਤਾਬ ਉਹ ਹਰਚੰਦ ਸਿੰਘ ਦੀ ਆਈ ਹੈ ਨਾ ਜੀ, ਉਹਦੇ ਵਿੱਚ ਜੋ ਖੁਲਾਸੇ ਨੇ ਉਹ ਬਹੁਤ ਅਹਿਮ ਨੇ ਜੀ। ਇੱਥੇ ਜਿਹੜੀਆਂ ਇਹਨਾਂ ਦੀਆਂ ਵਿਦਿਅਕ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ
ਜੋ ਤਪਲੇਬਾਜ਼ੀ ਉਹਨਾਂ ਦੇ ਵਿੱਚ ਹੋ ਰਹੀ ਹੈ, ਸਿਆਣੇ ਕਹਿੰਦੇ ਕਿ ਝੱਗਾ ਚੁੱਕੀਏ ਢਿੱਡ ਆਪਣਾ ਨੰਗਾ ਹੁੰਦਾ, ਉਹ ਜਿਹੜੇ ਦੀ ਉਹ ਹਾਲਾਤ ਨੇ, ਜੇ ਕਿਤੇ ਇਹ ਸਾਰੇ ਘਪਲੇ ਸਾਹਮਣੇ ਆ ਜਾਣ, ਯਕੀਨ ਕਰਨਾ ਮਤਲਬ ਕਿ ਗੋਲਕਾਂ ਦੇ ਵਿੱਚ ਲੋਕੀ ਕੰਪਲੀਟਲੀ ਪੈਸਾ ਪਾਉਣ ਤੋਂ ਇਨਕਾਰ ਜਿਹੜਾ ਜੀ ਉਹ ਕਰ ਦੇਣਗੇ। ਜੇ ਅਸਲ ਘਪਲੇ ਇਹਨਾਂ ਦੇ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰੀਅਲ ਦੇ ਵਿੱਚ ਜਿਹੜੇ ਜੀ ਉਹ ਸਾਹਮਣੇ ਆ ਜਾਣ, ਲੋਕਾਂ ਦੇ ਮੂੰਹਾਂ ਦੇ ਵਿੱਚ ਉਂਗਲਾਂ ਜਿਹੜੀਆਂ ਜੀ ਉਹ ਪੈ ਜਾਣਗੀਆਂ। ਘਪਲੇਬਾਜ਼ੀ ਹੀ ਉੱਥੇ ਜਿਹੜੀ ਜੀ ਉਹ ਪ੍ਰਮੁੱਖ ਹੋ ਜੀ। ਅਗਲੇ ਕਾਲਰ ਨੇ ਬਿੰਦਰ ਤੌਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਮੇਰਾ ਸਵਾਲ ਥੋੜਾ ਜਿਹਾ ਮੈਂ ਗੱਲ ਕਰ ਲਾਂਗਾ ਢੱਡਰੀਆਂ ਵਾਲੇ ਦੀ। ਤੁਸੀਂ ਜਿਹੜਾ ਜਵਾਬ ਦਿੱਤਾ ਬਹੁਤ ਵਧੀਆ ਦਿੱਤਾ। ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨਾ, ਉਹਨਾਂ ਤੋਂ ਜ਼ੋਰ ਪਾ ਕੇ ਉਹਨਾਂ ਤੇ ਪ੍ਰੈਸ਼ਰ ਬਣਾ ਕੇ ਉਹਨਾਂ ਨੂੰ ਸਵਾਲ ਮਤਲਬ ਕਹਿੰਦੇ ਸਾਡੇ ਨਾਲ ਗੱਲ ਕਰੋ। ਪ੍ਰੈਸ਼ਰ ਨਹੀਂ ਬਣਾਉਣਾ ਚਾਹੀਦਾ, ਜਿਹੜਾ ਜਥੇਦਾਰ ਆ ਨਾ ਉਹਨੂੰ ਨਿਊਟਰਲ ਰਹਿ ਕੇ ਦੋਨਾਂ ਧਿਰਾਂ ਨੂੰ ਸੁਹਿਰਦਤਾ ਨਾਲ ਆਪਣੇ ਅਧਿਕਾਰ ਦੇ ਵਿੱਚ ਲੈ ਕੇ ਗੱਲ ਕਰਨੀ ਚਾਹੀਦੀ ਆ। ਇੱਕ ਸਾਈਡ ਦਾ ਪ੍ਰੈਸ਼ਰ ਨਹੀਂ ਲੈਣਾ ਚਾਹੀਦਾ ਮੇਰੇ ਖਿਆਲ ਨਾਲ। ਪਰ ਮੇਰਾ ਸਵਾਲ ਦੂਸਰਾ ਹੈ, ਮੇਰਾ ਸਵਾਲ ਸ਼ਿਵ ਸੈਨੀਆਂ ਬਾਰੇ। ਜਿਹੜੇ ਆ ਸ਼ਿਵ ਸੈਨੀ ਤੀਜੇ ਕੁ ਦਿਨ ਬਿਆਨ ਦੇ ਦਿੰਦੇ ਆ ਵੀ ਇਹ 2% ਸਿੱਖ ਆ ਮਸਲ ਕੇ ਰੱਖ ਦੇਵਾਂਗੇ, ਇਹ ਕੀ ਕਰਦੇ ਆ ਸ਼ਿਵ ਸੈਨੀ ਆ ਜਿਹੜੇ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੇ ਬੰਦੇ? ਇਹਨਾਂ ਨੂੰ ਸਿਕਿਉਰਿਟੀ ਵੀ ਸਰਕਾਰ ਨੇ ਦਿੱਤੀ ਹੋਈ ਆ। ਇਹ ਸਾਲ ਦਾ ਕਰੋੜਾਂ ਰੁਪਈਆ ਖਰਚਾ ਵੇਸਟ ਫਜ਼ੂਲ ਇਹਨਾਂ ਤੇ ਕਰਨ ਲਈ ਗੌਰਮੈਂਟ, ਜਦਕਿ ਕੰਮ ਇਹਨਾਂ ਦਾ ਕੋਈ ਵੀ ਨਹੀਂ। ਇਹਨਾਂ ਦਾ ਕੰਮ ਆ ਸਿਰਫ ਪੰਜਾਬ 'ਚ ਅੱਗ ਲਾਉਣੀ, ਅੱਗ ਲਾ ਕੇ ਕੁੱਤਾ ਕੰਧ ਤੇ, ਜਦਕਿ ਹਿੰਦੂ ਤੇ ਸਿੱਖ ਦਾ ਕੋਈ ਰੌਲਾ ਨਹੀਂ ਪੰਜਾਬ ਦੇ ਵਿੱਚ। ਮੇਰਾ ਜਵਾਬ ਦਿਓ ਇਹ ਥੋੜਾ ਜਿਹਾ ਵੀ ਇਹ ਇਹਨਾਂ ਨੂੰ ਕਿਉਂ ਸਿਕਿਉਰਿਟੀ ਦਿੱਤੀ ਹੋਈ ਹੈ? 50-60 ਬੰਦੇ ਆ, ਇਹਨਾਂ ਦਾ ਕਰੋੜਾਂ ਦਾ ਖਰਚਾ ਕਿਉਂ ਗੌਰਮੈਂਟ ਝੱਲ ਰਹੀ ਹੈ ਵੇਸਟ ਐਵੇਂ? ਥੈਂਕ ਯੂ ਜੀ, ਥੈਂਕ ਯੂ ਜੀ। ਸਿਕਿਉਰਿਟੀ ਲੈਣ ਦੇ ਵਾਸਤੇ ਬਹੁਤੇ ਡਰਾਮੇ ਜਿਹੜੇ ਆ ਜੀ ਇਹ ਕਰਦੇ ਆ। ਇਹ ਡਰਾਮੇ ਕਿੰਨੀ ਵਾਰੀ ਨੰਗੇ ਇੱਥੇ ਹੋ ਚੁੱਕੇ ਹੋਏ ਆ ਜੀ, ਇਹ ਸਿਕਿਉਰਿਟੀ ਲੈਣ ਦੀ ਖਾਤਰ ਕੀਤਾ। ਪਿਛਲੇ ਕੁਝ ਦਿਨਾਂ ਤੋਂ ਹਮਲਿਆਂ ਦੀਆਂ ਫੇਰ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਮਾਝੇ ਦੇ ਖੇਤਰ ਦੇ ਵਿੱਚ। ਇਹ ਇਹ ਹੁਣ ਕਿਉਂ ਚੱਲੀਆਂ ਜੀ? ਇਹ ਕਿਤੇ ਨਾ ਕਿਤੇ ਉਸ ਬਿਆਨ ਦੇ ਵਜ੍ਹਾ ਕਰਕੇ ਜਿਹੜੀਆਂ ਦੀ ਚੱਲ ਰਹੀਆਂ ਨੇ ਵੀ 6 ਘੰਟੇ ਦੇ ਵਿੱਚ ਅੱਤਵਾਦੀ ਬਣ ਕੇ ਜਿਹੜੇ ਦੀ ਉਹ ਕਰਤਾਰਪੁਰ ਤੋਂ ਆ ਜਾਂਦੇ ਆ। ਇਹ ਸ਼ਹਿਰ ਦੇ ਨਾਲ ਬਹੁਤਾ ਕੁਛ ਜਿਹੜਾ ਜੀ ਉਹ ਹੁੰਦਾ। ਇਹ ਇਹ ਗੱਲਾਂ ਜਿਹੜੀਆਂ ਜੀ ਉਹ ਭੁੱਲਣੀਆਂ ਨਹੀਂ ਚਾਹੀਦੀਆਂ। ਜਿਹੜੀਆਂ ਅਰੈਸਟ ਇੱਕ ਟਾਈਮ ਦੇ ਉੱਤੇ ਬੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ, ਇਹ ਗੱਲ ਕਹੀ ਸੀ ਕਿ ਅਸੀਂ ਕਿੰਨੇ ਮਡਿਊਲ ਜਿਹੜੇ ਆ ਜੀ ਉਹ ਤੋੜ ਦਿੱਤੇ ਆ, ਇੱਥੇ ਤਾਂ ਪਤਾ ਨਹੀਂ ਕਿੱਡੀਆਂ ਕੁ ਜਿਹੜੀਆਂ ਜੀ ਉਹ ਵਾਰਦਾਤਾਂ ਹੋ ਜਾਣੀਆਂ ਸੀ। ਤੁਸੀਂ ਆਪਣੇ ਸਵਾਲ ਦੇ ਵਿੱਚ ਆਪ ਹੀ ਜਵਾਬ ਜਿਹੜਾ ਜੀ ਦਿੱਤਾ, ਹਿੰਦੂ ਸਿੱਖ ਦਾ ਤਾਂ ਕੋਈ ਰੌਲਾ ਹੀ ਨੀਗਾ ਇੱਥੇ, ਕਿਸੇ ਕਿਸਮ ਦਾ ਕੋਈ ਰੌਲਾ ਨੀਗਾ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਮਾੜੇ ਤੋਂ ਮਾੜੇ ਦਿਨਾਂ ਦੇ ਦੌਰਾਨ ਵੀ ਹਿੰਦੂ ਸਿੱਖ ਦਾ ਕਦੀ ਕੋਈ ਜਿਹੜਾ ਜੀ ਉਹ ਰੌਲਾ ਨਹੀਂ ਪਿਆ। ਇਹ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਨੇ ਜੀ ਉਹ ਜ਼ਰੂਰ ਅੱਗ ਲਾਉਣ ਦੇ ਯਤਨ ਜਿਹੜਾ ਜੀ ਉਹ ਕਰਦੀਆਂ ਰਹਿੰਦੀਆਂ ਨੇ, ਕਿਉਂਕਿ ਜਿਹੜੀ ਇਹ ਸਿਕਿਉਰਿਟੀ ਲੈਣ ਦਾ ਜਿਹੜਾ ਮਸਲਾ ਜੀ ਉਹੀ ਬਹੁਤਾ ਕੁਛ ਜਿਹੜਾ ਜੀ ਉਹ ਕਰੀ ਕਰਾਈ ਜਾਂਦਾ। ਇਹਦਾ ਵਧੀਆ ਇੱਕ ਤਰੀਕਾ ਜਿਹੜਾ ਹੋ ਸਕਦਾ, ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਵੀ ਪੇਡ ਕਰ ਦਿਓ, 2 ਲੈਣੇ ਆ 4 ਲੈਣੇ ਆ ਜਿੰਨੇ ਲੈਣੇ ਆ ਇੰਨਾ ਖਰਚਾ ਜਿਹੜਾ ਜੀ ਉਹ ਦੇਣਾ ਪਊਗਾ, ਮੈਕਸੀਮਮ ਸਿਕਿਉਰਿਟੀ ਜਿਹੜੀਆਂ ਦੀ ਉਹ ਬੰਦ ਹੋ ਜਾਣੀ। ਜੀ ਜੀ ਬਿਲਕੁਲ ਜੀ। ਮਹਾਰਾਸ਼ਟਰ ਦੇ ਜਿਹੜੇ ਸ਼ਿਵ ਸੈਨਾ ਵਾਲੇ ਆ ਉਹਨਾਂ ਨੇ ਪਿੱਛੇ ਜਿਹਾ ਬਿਆਨ ਵੀ ਦਿੱਤਾ ਕਿ ਬਨਾਉਟੀ ਹੈਗੇ ਆ ਜਿਹੜੇ ਸ਼ਿਵ ਸੈਨਾ ਵਾਲੇ ਪੰਜਾਬ ਦੇ ਵਿੱਚ ਆ। ਅੱਗੇ ਜਗਜੀਤ ਸਿੰਘ ਜੀ ਇੰਡੀਆਨਾ ਤੋਂ, ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ ਤੇ ਪੰਨੂਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂਵੀਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਤੁਸੀਂ ਆਪਣਾ ਜੋ ਵਾਦ ਵਿਵਾਦ ਪੰਜਾਬ ਦੇ ਵਿੱਚ ਚੱਲ ਰਹੇ ਆ ਉਹਦੇ ਬਾਰੇ ਗੱਲ ਵਰਤੀ ਆ, ਤੁਸੀਂ ਆਪਦੀ ਗੱਲ ਦੇ ਵਿੱਚ ਜਵਾਬ ਵੀ ਦਿੱਤਾ, ਵੈਸੇ ਗੱਲ ਤਾਂ ਪਹਿਲਾਂ ਵੀ ਇੱਕ ਸਿੰਘ ਨੇ ਕੀਤੀ ਆ, ਤੇ ਮੈਨੂੰ ਇਹ ਦੱਸੋ ਵੀ ਅੱਜ ਤੱਕ ਕਿਸੇ ਵੀ ਧਰਮ ਦੇ ਵਿੱਚ ਚਾਹੇ ਹਿੰਦੂ ਧਰਮ ਲੈ ਲਓ ਜਾਂ ਮੁਸਲਮਾਨ ਧਰਮ ਲੈ ਲਓ ਜਾਂ ਕ੍ਰਿਸਚਨ ਲੈ ਲਓ, ਵੀ ਉਹਨਾਂ ਦੇ ਪੌਪ ਨੂੰ ਕਿਸੇ ਆਮ ਬੰਦੇ ਨੇ ਇਹ ਕਿਹਾ ਵੀ ਤੂੰ ਆ ਮੇਰੇ ਨਾਲ ਸਟੇਜ ਤੇ ਟੀਵੀ ਦੇ ਉੱਤੇ ਬੈਠ, ਟੀਵੀ ਦੇ ਉੱਤੇ ਬਹਿ ਕੇ ਗੱਲਬਾਤ ਕਰ? ਕੀ ਇਸ ਗੱਲ ਦੇ ਨਾਲ ਦੇਖੋ ਮੈਂ ਕਿਸੇ ਦਾ ਹਾਮੀ ਨਹੀਂ ਹੈਗਾ, ਅਸੀਂ ਗੁਰਬਚਨੇ ਨੂੰ ਵੀ ਪਹਿਲਾਂ ਮਾੜਾ ਕਿਹਾ ਜੀ ਇਹ ਸਿੰਘ ਸਾਹਿਬ ਨੇ ਇਹ ਵੀ ਕੋਈ ਏਦਾਂ ਦੀ ਗੱਲ ਇਹਦਾ ਫਿਊਚਰ ਕਰਦੇ ਆ ਤਾਂ ਸਾਡੀ ਮਾਸੀ ਦਾ ਮੁੰਡਾ ਨੀ, ਅਸੀਂ ਇਹਨਾਂ ਨੂੰ ਉਸੇ ਕੈਟੇਗਰੀ ਲੈ ਕੇ ਆਵਾਂਗੇ ਜਿਹੜਾ ਇਹਨੂੰ ਪਹਿਲਾਂ ਚ ਕੈਟੇਗਰੀ ਚ ਲੈ ਕੇ ਆਉਂਦਾ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਕੋਈ ਏਦਾਂ ਦਾ ਪਹਿਲਾਂ ਵੀ ਹੋਇਆ ਜਾਂ ਇਹ ਪਹਿਲੀ ਵਾਰੀ ਕੋਈ ਸਿੰਘ ਚਾਹੇ ਰਣਜੀਤ ਸਿੰਘ ਜਾਂ ਕੋਈ ਵੀ ਕਹਿ ਰਿਹਾ ਜਥੇਦਾਰ ਸਾਹਿਬ ਨੂੰ, ਉਹ ਹੈ ਸਟਿਲ ਜਥੇਦਾਰ ਆ, ਅਕਾਲ ਤਖ਼ਤ ਸਾਹਿਬ ਦਾ ਕਿੱਥੋਂ ਆਇਆ ਉਹ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ, ਉਹ ਤਾਂ ਵੱਖਰਾ ਵਿਸ਼ਾ ਹੈ। ਪਰ ਵੀ ਉਹ ਫਿਰ ਵੀ ਸਟਿਲ ਜਥੇ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਹਰੇਕ ਸਿੱਖ ਲਈ ਇੱਕ ਸ਼ਰਧਾ ਦੇ ਪ੍ਰਤੀਕ ਨੇ, ਸਾਡੇ ਨਮਸਤਕ ਹਮੇਸ਼ਾ ਉੱਥੇ ਝੁਕਦੇ ਰਹਿਣਗੇ, ਝੁਕਦੇ ਰਹੇ ਆ। ਕਿਸੇ ਇੱਕ ਬੰਦੇ ਨੂੰ ਕੀ ਚੈਲੰਜ ਆ ਕਿ ਉਹ ਜਥੇਦਾਰ ਸਾਹਿਬ ਨੂੰ ਜਾਣੀ ਕਿ ਉਹ ਇਹ ਕਹੇ ਤੂੰ ਮੇਰੇ ਨਾਲ ਆ, ਹਾਂ ਕਮੇਟੀ ਬਣੀ ਆ, ਕਮੇਟੀ ਗੱਲਬਾਤ ਕਰੇ? ਜੇ ਉਹ ਕਮੇਟੀ ਉਹਨੂੰ ਛੇਕਦੀ ਹੈ ਫਿਰ ਜਾਵੇ ਅਕਾਲ ਤਖ਼ਤ ਸਾਹਿਬ ਤੇ ਜਾਵੇ ਜਾ ਕੇ ਪਿੱਛੇ ਗੱਲ ਤਾਂ ਜਥੇਦਾਰ ਕੋਲ ਵੀ ਤੂੰ ਆ ਕੀਤਾ ਸੀਗਾ ਤੇ ਮੈਨੂੰ ਤਾਂ ਤੂੰ ਛੇਕ ਦਿੱਤਾ ਗਿਆ, ਮੇਰੀ ਕਿੱਥੇ ਸੁਣੀ ਆ? ਆਪੇ ਲੋਕੀ ਉਹਨੂੰ ਸਮਰਥਕ ਦੇਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਸਵਾਲ ਇਹ ਆ ਜਾਂਦਾ ਕਿ ਆਪਾਂ ਕਿਉਂਕਿ ਆਪਣੇ ਤੱਕ ਸੀਮਿਤ ਹੈ, ਜੇ ਆਪਾਂ ਮੁਸਲਿਮ ਭਾਈਚਾਰੇ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵੀ ਧੜੇਬੰਦੀਆਂ ਜਿਹੜੀਆਂ ਉਹ ਲੁਕੀਆਂ ਛਿਪੀਆਂ ਨੇ ਜੀ, ਬਹੁਤ ਕੁਛ ਚੱਲਦਾ ਹੈ। ਜੇ ਆਪਾਂ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਬਹੁਤ ਕੁਛ ਹੈ ਜੀ। ਮੈਂ ਪਿਛਲੇ ਦਿਨ ਹੀ ਅਜੇ ਨਿਊਜ਼ ਸਟੱਡੀ ਦੀ ਉਹ ਉਹਦੀ ਵਿਸਥਾਰ ਦੱਸਿਆ ਸੀਗਾ ਕਿ ਜਿਹੜਾ ਬਣ ਰਿਹਾ ਜੀ ਮੰਦਿਰ ਇੱਥੇ ਰਾਮ ਜਨਮ ਭੂਮੀ ਦੇ ਉੱਤੇ, ਉਹਨੂੰ ਲੈ ਕੇ ਬਹੁਤ ਵੱਡਾ ਵਿਵਾਦ ਜਿਹੜਾ ਜੀ ਉਹ ਖੜਾ ਹੋਇਆ ਪਿਆ, ਕਿੰਨੇ ਅਖਾੜੇ ਆ ਉਹਨਾਂ ਦੇ ਵਿੱਚ ਵੀ ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਇਹ ਨਹੀਂ ਹੈ ਕਿ ਉਹਨਾਂ ਦੇ ਵਿੱਚ ਨਹੀਂ ਚੱਲਦਾ, ਉੱਥੇ ਵੀ ਚੱਲਦਾ। ਉੱਥੇ ਤੁਹਾਨੂੰ ਕਿਤੇ ਜਿਹੜਾ ਸੀਗਾ ਵਿਸ਼ਵ ਹਿੰਦੂ ਪਰਿਸ਼ਦ ਵਾਲਾ ਉਹਦਾ ਭੁੱਲ ਗਿਆ ਜੀ ਕਿ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਛ ਜਿਹੜਾ ਜੀ ਉਹ ਚੱਲਿਆ, ਕਿਵੇਂ ਉਹ ਜਿਹੜਾ ਜੀ ਕਰਦੇ ਦੂਜੇ ਧੜੇ ਜਿਹੜਾ ਉਹਦਾ ਕਿੰਨਾ ਵਿਰੋਧ ਕਰਦੇ ਸੀ, ਮਾਰੋ ਮਾਰੀ ਤੱਕ ਉਹਨੇ ਤਾਂ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਮੇਰਾ ਕਤਲ ਤੱਕ ਜਿਹੜਾ ਜੀ ਉਹ ਹੋ ਜਾਣਾ ਸੀ, ਚੱਲਦਾ ਦੂਜਿਆਂ ਦੇ ਵਿੱਚ ਵੀ। ਪਰ ਸਵਾਲ ਜਿਹੜਾ ਨਾ ਜੀ ਉਹ ਸਭ ਤੋਂ ਅਹਿਮ ਇਹ ਆ ਕਿ ਇੱਕ ਸਿਸਟਮ ਤਾਂ ਹੋਵੇ ਨਾ। ਜਿਹੜਾ ਹੁਣ ਰਣਜੀਤ ਸਿੰਘ ਹੋਰੀ ਸਵਾਲ ਉਠਾ ਰਹੇ ਆ, ਆਪਾਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿ ਤੁਸੀਂ ਜਦੋਂ ਸਰਸੇ ਵਾਲੇ ਨੂੰ ਮੁਆਫੀ ਦਿੱਤੀ ਆ ਉਦੋਂ ਕਿਹੜੀ ਕਮੇਟੀ ਬਣਾਈ ਸੀ, ਉਹ ਕਿਹੜੀ ਕਮੇਟੀ ਦੇ ਸਾਹਵੇਂ ਪੇਸ਼ ਹੋਇਆ ਸੀਗਾ, ਇਹਦੇ ਵਿੱਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਛੇਕੇ ਗਏ ਸੀ, ਕਿਹੜੀ ਕਮੇਟੀ ਬਣਾਈ ਗਈ ਸੀ, ਦਰਸ਼ਨ ਸਿੰਘ ਜਿਹੜੇ ਰਾਗੀ ਉਹ ਛੇਕੇ ਗਏ ਸੀ ਉਦੋਂ ਕਿਹੜੀ ਕਮੇਟੀ ਬਣਾਈ ਗਈ ਸੀ, ਸਪੋਕਸਮੈਨ ਦੇ ਐਡੀਟਰ ਨੇ ਜੋਗਿੰਦਰ ਸਿੰਘ ਉਹ ਛੇਕੇ ਗਏ ਪੰਥ ਦੇ ਵਿੱਚੋਂ, ਕਿਹੜੀ ਕਮੇਟੀ ਜਿਹੜੀ ਜੀ ਉਹ ਬਣਾਈ ਗਈ ਸੀ, ਉਹਨਾਂ ਦੇ ਨਾਲ ਕੋਈ ਸੰਵਾਦ ਕੀਤਾ ਗਿਆ ਸੀਗਾ। ਇਹਤੋਂ ਪਿੱਛੇ ਚੱਲ ਜਾਓ ਗਾਥਾ ਸ਼੍ਰੀ ਆਦਿ ਗ੍ਰੰਥ ਜਿਹੜਾ ਜੀ ਉਹ ਲਿਖਣ ਵਾਲੇ ਹੁਣ ਤਾਂ ਉਹ ਇਸ ਦੁਨੀਆਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਹੈਗੇ, ਡਾਕਟਰ ਪਿਆਰ ਸਿੰਘ ਹੋਰੀ, ਉਹਨਾਂ ਨੂੰ ਉਦੋਂ ਜਿਹੜਾ ਜੀ ਉਹ ਛੇਕਿਆ ਗਿਆ ਸੀਗਾ, ਕਿਹੜੀ ਕਮੇਟੀ ਉਦੋਂ ਬਣਾਈ ਗਈ ਸੀ। ਈਵਨ ਜਦੋਂ ਲੰਗਰ ਦੀ ਜਿਹੜਾ ਦੀ ਗੱਲ ਚੱਲੀ ਸੀ, ਭੁੰਜੇ ਬਹਿ ਕੇ ਖਾਣਾ ਕਿ ਕੁਰਸੀਆਂ ਦੇ ਉੱਤੇ ਖਾਣਾ, ਕਿੰਨੇ ਕੈਨੇਡਾ ਦੇ ਜਿਹੜੇ ਹੈਗੇ ਨੇ ਜਿਹੜੇ ਉਹ ਅੱਜ ਵੀ ਛੇਕੇ ਹੋਏ ਨੇ, ਉਦੋਂ ਕਿਹੜੀਆਂ ਕਮੇਟੀਆਂ ਜਿਹੜੀਆਂ ਜੀ ਉਹ ਬਣਾਈਆਂ ਗਈਆਂ ਸੀਗੀਆਂ। ਇਹ ਹਰ ਵਾਰੀ ਜਿਹੜਾ ਜਥੇਦਾਰ ਆਉਂਦਾ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਿਉਂ ਕਰ ਲੈਂਦਾ। ਜਿੱਥੋਂ ਤੱਕ ਸੰਵਾਦ ਦੀ ਗੱਲ ਹੈ, ਸੰਵਾਦ ਕਰਨਾ ਜਿਹੜਾ ਜੀ ਉਹ ਚਾਹੀਦਾ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਇਸ ਗੱਲ ਦੇ ਉੱਤੇ ਅੜੀ ਤੋਂ ਬਿਨਾਂ, ਜੇ ਉਹਨਾਂ ਨੇ ਟੀਵੀ ਤੇ ਕਰਨਾ ਤੇ ਕਮੇਟੀ ਨੂੰ ਬਣਾ ਲੈਣ, ਜਿਹੜੀ 5 ਮੈਂਬਰੀ ਕਮੇਟੀ ਆ ਉਹ ਟੀਵੀ ਦੇ ਉੱਤੇ ਜਿਹੜਾ ਦੀ ਉਹ ਬਹਿ ਕੇ ਸੰਵਾਦ ਕਰੇ। ਦੇਖੋ ਇਸ ਗੱਲ ਦੇ ਤੁਹਾਨੂੰ ਨੂੰ ਪਤਾ ਹੋਵੇ, ਕਮਰੇ ਦੇ ਵਿੱਚ ਅੰਦਰ ਵੜ ਕੇ ਜਦੋਂ ਛੇਕ ਦਿੱਤੇ ਜਾਂਦੇ ਆ ਉਦੋਂ ਪਤਾ ਹੀ ਨੀ ਲੱਗਦਾ ਜੀ ਇਹ ਕੀ ਆ। ਸੰਵਾਦ ਰਚਾਉਣ ਦਾ ਹੀ ਜਿਹੜਾ ਜੀ ਕੀਤਾ ਸੀਗਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਰਾਂ ਨੇ, ਉਹ ਦੁਨੀਆਂ 'ਚ ਨਹੀਂ ਹੈਗੇ। ਸੰਵਾਦ ਰਚਾਉਣ ਦੀ ਗੱਲ ਹੀ ਕੀਤੀ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ, ਸੰਵਾਦ ਰਚਾਉਣ ਦੀ ਗੱਲ ਹੀ ਕੀਤੀ ਸੀ ਜੋਗਿੰਦਰ ਸਿੰਘ ਹੋਰਾਂ ਨੇ ਕਿ ਮੇਰੇ ਨਾਲ ਬਹਿ ਕੇ ਗੱਲ ਕਰੋ, ਤੁਸੀਂ ਪ੍ਰਾਰਥਨ ਦੇ ਵਿੱਚ ਸਾਰੇ 'ਚ ਜਾਓ ਤਾਂ ਸਹੀ ਜੀ, ਗੱਲ ਕਰਨ ਤੋਂ ਹਰਜ ਕੀ ਹੈ ਜੀ, ਓਪਨਲੀ ਗੱਲ ਕਰਨ ਤੋਂ ਇਹ ਡਰਦੇ ਕਿਉਂ ਆ। ਗਿਆਨੀ ਹਰਪ੍ਰੀਤ ਸਿੰਘ ਹੁਰੀ ਪੜ੍ਹੇ ਲਿਖੇ ਜਥੇਦਾਰ ਨੇ ਜੀ, ਮੇਰਾ ਖਿਆਲ ਜਿੰਨੇ ਹੁਣ ਤੱਕ ਅਕਾਲ ਤਖ਼ਤ ਦੇ ਜਥੇਦਾਰ ਬਣਦੇ ਰਹੇ ਆ ਉਹਨਾਂ ਸਭ ਦੇ ਵਿੱਚੋਂ ਹਾਈਲੀ ਐਜੂਕੇਟਡ ਜਿਹੜਾ ਜੀ ਉਹ ਮੰਨੇ ਜਾ ਰਹੇ ਆ। ਫਿਰ ਉਹ ਇਸ ਗੱਲ ਤੋਂ ਘਬਰਾਉਂਦੇ ਕਿਉਂ ਆ ਕਿ ਸੰਵਾਦ ਜਿਹੜਾ ਜੀ ਉਹ ਨਹੀਂ ਹੋਣਾ ਚਾਹੀਦਾ। ਸੰਵਾਦ ਤਾਂ ਹੋਣਾ ਚਾਹੀਦਾ, ਗੁਰਬਾਣੀ ਦੇ ਹਵਾਲਿਆਂ ਦੇ ਨਾਲ ਸੰਵਾਦ ਹੋਣਾ ਚਾਹੀਦਾ, ਸੰਵਾਦ ਨਿੱਜੀ ਨਹੀਂ ਹੋਣਾ ਚਾਹੀਦਾ ਜੀ ਕਿ ਉਹਦੇ ਵਿੱਚ ਨਿੱਜਤਾ ਜਿਹੜੀ ਆ ਜੀ ਉਹ ਭਾਰੂ ਰਹੇ। ਜਿਹੜੇ ਕਿੰਤੂ ਪਰੰਤੂ ਰਣਜੀਤ ਸਿੰਘ ਹੋਰਾਂ ਦੇ ਨੇ ਉਹ ਕੰਮ ਜਿਹੜੇ ਇਹਨਾਂ ਦੇ ਕਿੰਤੂ ਪਰੰਤੂ ਨੇ ਉਹ ਜਿਹੜੇ ਜੀ ਉਹ ਸਾਹਮਣੇ ਰੱਖ ਲਏ ਜਾਣ, ਇਹ ਤਾਂ ਨਾ ਕਹੋ ਕਿ ਇੱਕੋ ਗੱਲ ਦੇ ਉੱਤੇ ਵੀ ਤੂੰ ਆ ਤੈਨੂੰ ਜਿਹੜਾ ਜੀ ਛੇਕਾਂਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨਾ ਹੋਣ, ਜਿਹੜੀਆਂ ਇੱਥੇ ਡਿਬੇਟ ਵੀ ਚੱਲ ਰਹੀਆਂ ਨੇ ਜਿਹੜੀਆਂ 5 ਮੈਂਬਰੀ ਦੇ ਵਿੱਚੋਂ ਨੇ ਕੁਛ ਇੱਕ, ਉਹਨਾਂ ਦੀ ਜਿਹੜੀ ਬੋਲਬਾਣੀ ਨਾ ਜੀ ਉਹ ਠੀਕ ਨਹੀਂ। ਔਰ ਦੂਜੀ ਚਾਹੇ ਕੋਈ ਵੀ ਜਿਹੜਾ ਜੀ ਉਹ ਲੱਗੇ ਜਾਂ ਨਾ ਲੱਗੇ, ਤੁਸੀਂ ਸਾਰੇ ਬਿਆਨ ਜਿਹੜੇ ਦੇਖਣਾ ਜਥੇਦਾਰ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ, ਉਹ ਦਮਦਮੀ ਟਕਸਾਲ ਦੇ ਬੁਲਾਰੇ ਵਜੋਂ ਜਿਹੜਾ ਜੀ ਉਹ ਜਥੇਦਾਰ ਨੇ ਸਮੂਹ ਜਿਹੜਾ ਜੀ ਰਣਜੀਤ ਸਿੰਘ ਜਾਂ ਉਹਨੂੰ ਜਿਹੜਾ ਜੀ ਉਹਨੂੰ ਸੁਣਨ ਵਾਲੇ, ਜਿਹਨਾਂ ਦੀ ਗਿਣਤੀ ਕਾਫੀ ਵੱਡੀ ਜਿਹੜੀ ਦੀ ਉਹ ਹੈਗੀ ਹੈ, ਤਾਂ ਉਹ ਵੀ ਸਿੱਖ ਕੌਮ ਕਾਏ ਦੇ ਤੌਰ ਦੇ ਉੱਤੇ ਬਗਾਲੇ ਦੇ ਤੌਰ ਦੇ ਉੱਤੇ ਨਾ ਜਿਹੜਾ ਜੀ ਉਹ ਕਰੋ, ਗੱਲ ਬੱਕੜੀ ਦੇ ਵਿੱਚ ਲਓ, ਵੱਡਾ ਸਾਰਾ ਜੇਰਾ ਜਿਹੜਾ ਜੀ ਉਹ ਅਪਣਾਓ। ਇਹਦੇ ਵਿੱਚ ਜਿਹੜਾ ਜੀ ਵਾਦ ਵਿਵਾਦ ਜਿਹੜਾ ਕਿਸੇ ਜਦੋਂ ਵੀ ਕਿਸੇ ਦੇ ਵਿੱਚ ਜਿਹੜਾ ਜੀ ਉਹ ਆਉਂਦਾ ਉਹ ਨੁਕਸਾਨ ਕਰਦਾ, ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਉਹ ਨੁਕਸਾਨ ਕਰਦਾ ਤੇ ਇਹ ਨੁਕਸਾਨ ਕਰੂਗਾ ਵੀ ਆਉਂਦੇ ਸਮੇਂ ਦੇ ਦੌਰਾਨ, ਤੁਸੀਂ ਦੇਖਣਾ ਜੀ। ਹਰਜੀਤ ਸਿੰਘ ਜੀ ਨਿਊਯਾਰਕ ਤੋਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਛੋਟੇ ਛੋਟੇ ਦੋ ਕੁਐਸਚਨ ਆ। ਇੱਕ ਤਾਂ ਹੈਗਾ ਆਪਣੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀਕੇ ਸਾਹਿਬ ਦੇ ਬੜੇ ਘੁਟਾਲਿਆਂ ਦਾ ਚੱਕਰ ਪਿੱਛੇ ਜੇ ਪਿਆ ਸੀ, ਕਰੋੜਾਂ ਰੁਪਏ ਦਾ ਜੀ ਉਹਨਾਂ ਗੋਲਕ ਖਾਧੀ ਆ, ਉਹਦੇ ਬਾਰੇ ਕੋਈ ਅਪਡੇਟ? ਤੇ ਦੂਜਾ ਬਾਬਿਆ ਜੀ ਦੀ ਜਿਹੜੀ ਹਨੀਪ੍ਰੀਤ ਜੀ ਆਏ ਬਾਹਰ, ਉਹਨਾਂ ਬਾਰੇ ਨੀ ਕੋਈ ਵੀ ਮੁੜ ਕੇ ਕੋਈ ਆਇਆ ਬਾਹਰ, ਉਹਦੇ ਬਾਰੇ ਕੋਈ ਅਪਡੇਟ ਹੈ? ਥੈਂਕ ਯੂ ਜੀ। ਥੈਂਕ। ਬਾਬਾ ਜੀ ਕਿਹੜੇ ਜੀ? ਹਨੀਪ੍ਰੀਤ ਨੂੰ ਕਹਿੰਦੇ। ਅੱਛਾ, ਉਹ ਇਸ ਤਰ੍ਹਾਂ ਹੈ ਜੀ, ਜਿਹੜੇ ਪਹਿਲੀ ਤਾਂ ਹੈ ਜੀ ਕੇ ਸਿੰਘ ਹੋਰਾਂ ਮਾਮਲਾ ਅਜੇ ਚੱਲ ਰਿਹਾ, ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਫੰਕਸ਼ਨ ਵਿੱਚ
ਕੇ ਸਿੰਘ ਹੋਰਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਈ ਗਈ ਜਿਹੜੀ ਜੱਥੀ ਆ ਉਹ ਵਾਹਵਾ ਚਰਚਾ ਦੇ ਵਿੱਚ ਹੈ ਜੀ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਵੀ ਇਸ ਵੇਲੇ ਜਿਹੜਾ ਵੀ ਉਹ ਭਾਲ ਰਹੇ ਆ ਕਿ ਕਿਤੇ ਥੋੜਾ ਬਹੁਤ ਉਸ ਆਸਰਾ ਜਿਹੜਾ ਮਿਲੇ ਕੁਛ ਲੋਕਾਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਅਕਾਲੀ ਲੀਡਰਸ਼ਿਪ ਕਿਰਦੀ ਜਾਂਦੀ। ਇਸ ਕਰਕੇ ਇਹ ਮਾਮਲਾ ਠੰਡ ਠੰਡੋਰੇ ਦੇ ਵਿੱਚ ਜਿਹੜਾ ਵੀ ਉਹ ਪੈ ਗਿਆ। ਹਨੀਪ੍ਰੀਤ ਵਾਲੇ ਮਾਮਲੇ ਦੇ ਉੱਤੇ ਇਹ ਆ ਕਿ ਜਿਹੜਾ ਇਹ ਸਰਸਿਆ ਡੇਰਾ ਉਸ ਨੂੰ ਲੈ ਕੇ ਦੋ ਤਰੀਕੇ ਬਣੇ ਹੋਏ ਆ। ਇੱਕ ਤਾਂ ਹੈ ਸਰਸੇ ਵਾਲੇ ਦਾ ਪਰਿਵਾਰ ਜਿਹਦੇ ਵਿੱਚ ਉਹਦੀਆਂ ਧੀਆਂ ਉਹਦਾ ਮੁੰਡਾ ਪਤਨੀ ਸ਼ਾਮਲ ਹੈ, ਉਹ ਵੱਖਰੇ ਤੌਰ ਦੇ ਉੱਤੇ ਮੁਲਾਕਾਤ ਜਿਹੜੀ ਦੀ ਉਹ ਕਰਦੇ ਹਨ। ਹਨੀਪ੍ਰੀਤ ਜਿਹੜਾ ਹਨੀਪ੍ਰੀਤ ਉਹਦੇ ਕਬਜ਼ਾ ਕਰਨਾ ਕਿਉਂਕਿ ਉਹਦਾ ਪਰਿਵਾਰ ਹੁੰਦਾ ਤੇ ਘਰ ਦੀ ਗੱਦੀ ਘਰ ਚ ਰਵੇ। ਉਹ ਇਹ ਕੋਸ਼ਿਸ਼ ਦੇ ਵਿੱਚ ਨੇ ਕਿ ਇਹ ਕਿਸੇ ਹੋਰ ਕੋਲ ਜਿਹੜਾ ਜੀ ਉਹ ਨਾ ਚਲੀ ਜਾਵੇ। ਅਜੇ ਮਾਮਲਾ ਕਿਸੇ ਤਨ ਪੱਤਨ ਜਿਹੜਾ ਜੀ ਉਹ ਨਹੀਂ ਲੱਗਾ। ਇਸੇ ਕਰਕੇ ਜਿਹੜੀਆਂ ਮੁਲਾਕਾਤਾਂ ਸੀਗੀਆਂ ਬਾਬੇ ਦੇ ਨਾਲ ਹੋ ਰਹੀਆਂ ਉਹ ਕਹਿ ਲਓ ਕਿ ਕੰਟਰੋਲ ਦੇ ਵਿੱਚ ਨੇ ਇਸ ਵੇਲੇ, ਬਹੁਤ ਘੱਟ ਜਿਹੜੀਆਂ ਦੀ ਹੋ ਰਹੀਆਂ ਨੇ। ਨਹੀਂ ਤਾਂ ਪਹਿਲਾਂ ਜਿਹੜੀ ਸੀ ਹਨੀਪ੍ਰੀਤ ਤੇ ਉਹਦੇ ਪਰਿਵਾਰ ਵਾਲੇ ਉਹ ਹਫ਼ਤੇ ਦੇ ਵਿੱਚ ਦੋ ਦੋ ਵਾਰੀ ਵੀ ਜਿਹੜਾ ਉਹ ਜਾਣ ਲੱਗ ਗਏ ਸੀ ਤੇ ਹੁਣ ਜਿਹੜਾ ਜੀ ਇਹ ਘਟੀਆਂ ਨੇ। ਇਹਦਾ ਮਤਲਬ ਇਹ ਹੈ ਕਿ ਉਹਨੇ ਸਰਸੇ ਵਾਲੇ ਨੇ ਵੀ ਜਿਹੜਾ ਜੀ ਇਹ ਸੋਚਿਆ ਕਿ ਅਜੇ ਇਹਨੂੰ ਠੰਡ ਕੀਤਾ ਜਾਵੇ, ਕਿਉਂਕਿ ਪਰਿਵਾਰ ਨੇ ਹਨੀਪ੍ਰੀਤ ਨੂੰ ਨਹੀਂ ਮੰਨਣਾ, ਹਨੀਪ੍ਰੀਤ ਨੇ ਪਰਿਵਾਰ ਨੂੰ ਨਹੀਂ ਮੰਨਣਾ। ਹਨੀਪ੍ਰੀਤ ਦੇ ਕੋਲੇ ਬਹੁਤ ਸਾਰੇ ਰਾਜ ਤੇ ਬਹੁਤ ਸਾਰਾ ਜਿਹੜਾ ਜੀ ਉਹ ਜਿਹੜਾ ਜਾਇਦਾਦ ਤੇ ਸੰਪੱਤੀ ਜਿੰਨੀ ਵੀ ਹੈ ਉਹਦਾ ਹੈਗਾ ਜੀ ਉਹਦੇ ਕੋਲ ਸਾਰਾ ਕੁਛ। ਇਸ ਕਰਕੇ ਪਰਿਵਾਰ ਨੂੰ ਜੇ ਉਹ ਉੱਥੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਥਾਪਦਾ ਤੇ ਫਿਰ ਹਨੀਪ੍ਰੀਤ ਨੇ ਕੁਛ ਨਹੀਂ ਦੇਣਾ ਜੀ। ਜੇ ਹਨੀਪ੍ਰੀਤ ਨੂੰ ਜਿਹੜਾ ਜੀ ਥਾਪਦਾ ਤੇ ਪਰਿਵਾਰ ਜਿਹੜਾ ਜੀ ਉਹ ਫਿਰ ਬਾਗੀ ਸੁਰਾਂ ਦੇ ਵਿੱਚ ਆ ਸਕਦਾ। ਇਸ ਕਰਕੇ ਇਹ ਜਿਹੜਾ ਮਾਮਲਾ ਸੀਗਾ ਜੀ ਉਹ ਵਿੱਚ ਵਿਚਾਲੇ ਉੱਥੇ ਕੀ ਜਿਹੜਾ ਜੀ ਉਹ ਖੜਾ ਜਿੱਥੇ ਪਹਿਲਾਂ ਖੜਾ ਸੀਗਾ। ਯਤਨ ਜਿਹੜੇ ਜੀ ਉਹ ਇਹ ਕੀਤੇ ਜਾ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਨਾ ਰੱਖੇ ਜਾਣ ਤਾਂ ਕਿ ਪੋਲੀਟੀਕਲ ਪ੍ਰੈਸ਼ਰ ਜਿਹੜਾ ਜੀ ਉਹ ਕੰਟੀਨਿਊਸ ਬਣਾਇਆ ਜਾ ਸਕੇ। ਕਿੰਨਾ ਕੁ ਸਫਲ ਉਹਦੇ ਵਿੱਚ ਜਿਹੜਾ ਜੀ ਉਹ ਹੁੰਦੇ ਆ ਇਹ ਸਾਰਾ ਕੁਛ ਇਸ ਚੀਜ਼ ਦੇ ਉੱਤੇ ਨਿਰਭਰ ਕਰਦਾ ਕਿ ਡੇਰੇ ਨੂੰ ਕੌਣ ਜਿਹੜਾ ਜੀ ਉਹ ਸੰਭਾਲਦਾ। ਅਜੇ ਕਿਸੇ ਕਿਸਮ ਦੀ ਕੋਈ ਚੇਂਜਸ ਵਾਲੀ ਜਿਹੜੀ ਗੱਲ ਹੈ ਜੀ ਉਹ ਇਹਨੇ ਨਹੀਂ ਕੀਤੀ ਸਰਸੇ ਵਾਲੇ ਨੇ, ਕਰਨੀ ਉਹਨੂੰ ਜਿਹੜਾ ਜੀ ਉਹਦੇ ਸਮੇਂ ਦੇ ਦੌਰਾਨ ਕਰਨੀ ਪਊਗੀ। ਜਿਹੜੀਆਂ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਅਗਲਾ ਉੱਥੇ ਪ੍ਰਬੰਧਕ ਕੌਣ ਹੋਊਗਾ ਜੀ। ਜੀ ਰਾਜਵੀਰ ਜੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ। ਜੀ ਆਪਾਂ ਚਰਚਾ ਵੀ ਕਰੀ ਜਾਂਦੇ ਆ ਬਹੁਤ ਸਾਲ ਹੋ ਗਿਆ ਹੀ ਜਾਂਦੇ ਆ, ਗੱਲ ਕੀ ਆਪਾਂ ਇਹਦੇ ਹੱਲਾਂ ਨੂੰ ਨੀ ਜਾਂਦੇ। ਹੱਲ ਕਿਹਨੇ ਕਰਨਾ? ਹੱਲ ਕਰਨਾ ਸਰਕਾਰਾਂ ਨੇ। ਜਿੰਨਾ ਚਿਰ ਸਰਕਾਰ ਨੀ ਇਮਾਨਦਾਰ ਆਉਂਦੀ ਤੇ ਉਹਨਾਂ ਚਿਰ ਕੁਛ ਨੀ ਹੋਣਾ। ਜਿੰਨੀ ਮਰਜ਼ੀ ਚਰਚਾ ਕਰ ਲਈਏ ਸਾਨੂੰ ਲੁੱਟ ਲਿਆ, ਸਾਨੂੰ ਆਹ ਕਰ ਲਿਆ ਤੇ ਸਾਡੇ ਤੇ ਅਤਿਆਚਾਰ ਦਾ ਟੀਚਰ ਕੁੱਟੇ ਗਏ, ਦਰਿਆਵਾਂ ਤੇ ਹੜ੍ਹ ਆ ਜਾਂਦੇ, ਬੰਦੀ ਵੱਜਦੇ, ਉਹ ਹੱਲ ਕਿਹਨੇ ਕਰਨਾ ਸਰਕਾਰ ਨੇ? ਗੱਲ ਕੀ ਹੈ, ਸਾਨੂੰ ਉਸ ਹੱਲਾਂ ਨੂੰ ਜਾਣਾ ਚਾਹੀਦਾ। ਚਰਚਾ ਤਾਂ ਆਪਾਂ ਕਰਦੇ ਚਲੋ ਵੀ ਠੀਕ ਆ, ਉਹਦਾ ਹੱਲ ਸੋਚਿਆ ਜਾਣਾ ਚਾਹੀਦਾ। ਐਨ ਆਰ ਆਈ ਜਿੰਨੇ ਵੀ ਆਪਣੇ ਹੈਗੇ ਆ ਨਾ, ਆਪਣੇ ਇਮਾਨਦਾਰੀ ਨਾਲ ਸੋਚਣ ਤੇ ਸਮਾਂ ਬਾਹਰ ਤੇ ਸਰਕਾਰ ਜਿਹੜੀ ਚੇਂਜ ਕੀਤੀ ਜਾ ਸਕਦੀ। ਜਿਹੜੀ ਨੇ ਸੋਚਦੇ ਕਿ ਬਹੁਤ ਪੈਸੇ ਆ ਸਰਕਾਰਾਂ ਦੇ ਕੋਲ, ਬਿਨਾਂ ਪੈਸੇ ਤੋਂ ਵੀ ਸਰਕਾਰਾਂ ਚੇਂਜ ਕੀਤੀਆਂ ਜਾ ਸਕਦੀਆਂ ਜੀ। ਥੈਂਕ ਯੂ ਜੀ। ਦੇਖੋ ਸਰਕਾਰਾਂ ਚੇਂਜ ਕਰਨੀਆਂ ਨੇ ਵੋਟਰਾਂ ਨੇ, ਜਿਹੜਾ ਵੋਟਰ ਹੈ ਉਹਨੂੰ ਤਾਂ ਕਸਿਆਰਾ ਬਣਾ ਦਿੱਤਾ ਜੀ। ਉਹ ਤਾਂ ਅਧੀਏ ਪਊਏ ਦੇ ਪਿੱਛੇ ਜਿੰਦਾਬਾਦ ਮੁਰਦਾਬਾਦ ਜਿਹੜਾ ਉਹ ਕਰਦਾ ਨਾ ਜੀ। ਤੋ ਇਸ ਕਰਕੇ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਵਰਤਿਆ ਗਿਆ ਪਿਛਲੇ ਸਾਲਾਂ ਤੋਂ, ਜਿਹੜਾ ਤਾਂ ਪੜ੍ਹਿਆ ਲਿਖਿਆ ਵੋਟਰ ਹੈ ਉਹ ਤਾਂ ਜਿਹੜਾ ਆਪਣੇ ਡਾਇਨਿੰਗ ਟੇਬਲ ਦੇ ਉੱਤੇ ਬਹਿ ਕੇ ਇਹਦੀ ਚਰਚਾ ਕਰਦਾ ਤੇ ਚਰਚਾ ਕਰਕੇ ਫਿਰ ਜਿਹੜਾ ਵੀ ਉਹਨੂੰ ਉੱਥੇ ਚਾਹ ਦਾ ਕੱਪ ਮੁੱਕਦਿਆਂ ਸਾਰ ਉਹਦੀ ਚਰਚਾ ਜਿਹੜੀ ਮੁੱਕ ਜਾਂਦੀ ਆ। ਤੇ ਉਹ ਇਹ ਸੋਚਦਾ ਹੈ ਕਿ ਜਾਂ ਤਾਂ ਮੇਰੀ ਲਾਈਨ ਵੱਖਰੀ ਲਾਓ, ਵੀ ਆਈ ਪੀ ਲਾਈਨ ਹੋਵੇ ਵੋਟਾਂ ਪਾਉਣ ਦੀ, ਵੀ ਵੀ ਆਈ ਪੀ ਲਾਈਨ ਹੋਵੇ ਉਹਦੇ ਵਿੱਚ ਮੈਨੂੰ ਖੜੋਣਾ ਨਾ ਪਏ। ਉਹ ਕਹਿੰਦਾ ਮੈਂ ਆਮ ਲੋਕਾਂ ਦੇ ਨਾਲ ਵੋਟਾਂ ਦੀ ਲਾਈਨ ਦੇ ਵਿੱਚ ਥੋੜ੍ਹੀ ਲੱਗੂੰਗਾ। ਜਿਹੜਾ ਲਾਈਨ ਦੇ ਵਿੱਚ ਲੱਗ ਕੇ ਵੋਟ ਜਿਹੜੀ ਪਾਉਂਦਾ ਉਹਨੂੰ ਐਜੂਕੇਸ਼ਨ ਜਿਹੜੀ ਹੈ ਜੀ ਉਹਦੇ ਤੋਂ ਦੂਰ ਕਰ ਦਿੱਤਾ ਗਿਆ, ਐਜੂਕੇਸ਼ਨ ਸਿਸਟਮ ਤਬਾਹ ਕਰ ਦਿੱਤਾ ਗਿਆ। ਜਿਹੜਾ ਐਜੂਕੇਟਡ ਬੰਦਾ ਹੋਊਗਾ ਸਵਾਲ ਉਹੀ ਜਿਹੜਾ ਜੀ ਉਹ ਖੜਾ ਕਰੂਗਾ। ਇਹ ਸਮੇਂ ਦੀਆਂ ਸਰਕਾਰਾਂ ਚਾਹੇ ਸੂਬਿਆਂ ਦੀਆਂ ਨੇ ਚਾਹੇ ਕੇਂਦਰ ਦੀ ਆ, ਉਹਨਾਂ ਨੂੰ ਭਲੀ ਭਾਂਤ ਜਿਹੜਾ ਜੀ ਉਹ ਪਤਾ। ਆ ਦਿੱਲੀ ਦੇ ਵਿੱਚ ਜਿਹੜੇ ਦੰਗਾਕਾਰੀ ਸੀਗੇ ਉਹਨਾਂ ਨੇ ਸਕੂਲ ਭੰਨੇ ਔਰ ਸਕੂਲ ਜਿਹੜੇ ਸਮੈਸ ਕਰ ਦਿੱਤੇ ਕਿ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਸਕੂਲ ਜਿਹੜਾ ਆ ਜੀ ਉਹ ਕਿਸੇ ਇੱਕ ਫਿਰਕੇ ਦਾ ਨਹੀਂ ਹੋ ਸਕਦਾ, ਸਕੂਲ ਸਭ ਦਾ। ਉਹ ਇਸ ਕਰਕੇ ਭੰਨੇ ਗਏ ਕਿ ਇਹ ਲੋਕ ਜਿਹੜੇ ਦੰਗਾ ਕਰਨ ਦੇ ਵਾਸਤੇ ਲਿਆਂਦੇ ਜਾਂਦੇ ਆ ਉਹਨਾਂ ਨੇ ਸਕੂਲ ਨਹੀਂ ਵੇਖਿਆ। ਸਾਨੂੰ ਇੰਨੀ
ਪਤਾ ਕਿ ਐਜੂਕੇਸ਼ਨ ਸਿਸਟਮ ਜਿਹੜਾ ਦੀ ਉਹ ਕੀ ਹੁੰਦਾ। ਇਹ ਲੋਕਾਂ ਦੀ ਅਜਿਹੀ ਪ੍ਰਵਿਰਤੀ ਜਿਹੜੀ ਦੀ ਉਹ ਬਣਾ ਦਿੱਤੀ ਗਈ ਆ, ਅਜਿਹੇ ਢਾਂਚੇ ਦੇ ਵਿੱਚ ਲੋਕ ਜਿਹੜੇ ਦੀ ਉਹ ਵਾੜ ਦਿੱਤੇ ਗਏ ਆ, ਉਹਨਾਂ ਨੂੰ ਆਪਣਾ ਚੰਗਾ ਮਾੜਾ ਹੀ ਜਿਹੜਾ ਦੀ ਉਹ ਨਹੀਂ ਪਤਾ। ਅਕਸਰ ਇੱਥੇ ਗੱਲ ਜਿਹੜੀ ਦੀ ਉਹ ਕਹੀ ਜਾਂਦੀ ਹੈ ਕਿ ਫਲਾਨੀ ਪਾਰਟੀ ਦਾ ਜ਼ੋਰ ਤਾਂ ਬੜਾ ਸੀਗਾ, ਪਰ ਪਿਛਲੇ 24 ਘੰਟਿਆਂ ਦੇ ਵਿੱਚ, ਵੋਟਾਂ ਪੈਣ ਤੋਂ 24 ਘੰਟਿਆਂ ਦੇ ਦੌਰਾਨ ਜਿਹੜਾ ਦੀ ਉਹ ਪਲਟ ਗਿਆ ਸਾਰਾ ਕੁਛ। ਤੁਸੀਂ ਦੱਸੋ, ਜੇ ਕਿਸੇ ਨੇ ਸੋਚ ਬਣਾਈ ਹੋਈ ਹੋਵੇ ਤਾਂ ਉਹ 24 ਘੰਟਿਆਂ ਦੇ ਵਿੱਚ ਪਲਟੀ ਜਾ ਸਕਦੀ ਹੈ? ਭਲਾ ਜੀ, ਨਹੀਂ ਪਲਟੀ ਜਾ ਸਕਦੀ। ਕਿਹੜੀ ਪਲਟੀ ਜਾ ਸਕਦੀ ਹੈ? ਜਿਹੜੀ ਵਿਕ ਜਾਂਦੀ ਆ, ਜਿਹੜੀ ਵੋਟ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਦੀ ਉਹ ਪ੍ਰਭਾਵਿਤ ਕੀਤਾ ਜਾ ਸਕਦਾ, ਉਹ ਕਿਹੜੀ ਆ? ਜਿਹੜੀ ਪੜ੍ਹਿਆ ਲਿਖਿਆ ਨਹੀਂ, ਪੜ੍ਹੇ ਲਿਖੇ ਲੋਕ ਜਿਹੜੇ ਆ ਜੀ ਉਹ ਵੋਟ ਪਾਉਂਦੇ ਨੀ, ਤੇ ਜਿਹੜੇ ਅਨਪੜ੍ਹ ਨੇ ਉਹ ਬਦਲ ਲਏ ਜਾਂਦੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਹਾਂਜੀ ਭੈਣ ਜੀ, ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਪੰਨੂ ਸਾਹਿਬ ਜੀ, ਸਾਨੂੰ ਪਤਾ ਤਾਂ ਦੱਸਿਓ, ਨਹੀਂ ਤਾਂ ਪਤਾ ਜ਼ਰੂਰ ਕਰਿਓ ਵੀ ਸੰਵਿਧਾਨ ਜਿਹੜਾ ਸ਼੍ਰੋਮਣੀ ਕਮੇਟੀ ਉਹਦੇ ਵਿੱਚ ਜਥੇਦਾਰ ਦਾ ਅਹੁਦੇ ਹੈ ਨਹੀਂ ਕਿਤੇ, ਨਾ ਜਥੇਦਾਰ ਸਾਡੇ ਹੈ ਤਾਂ ਜਦੋਂ ਪੁਰਾਣਾ ਸਰਬੱਤ ਖਾਲਸਾ ਨੂੰ ਜਥੇਦਾਰ ਚੁਣ ਲਿਆ ਜਾਂਦਾ ਸੀ, ਉਦੋਂ ਬਾਅਦ ਉਹ ਭੰਗ ਕਰ ਦਿੱਤਾ ਜਾਂਦਾ। ਇਹ ਪੁਜਾਰੀ ਆ ਅਕਾਲ ਤਖ਼ਤ ਦਾ, ਜਿਹੜਾ ਜਥੇਦਾਰੀ ਨਹੀਂ ਬਣਾ ਰਿਹਾ ਆਪਣੀ ਮਰਜ਼ੀ ਨਾਲ, ਸੰਵਿਧਾਨ ਸਾਡੇ 'ਚ ਕਿਤੇ ਨਹੀਂ ਹੈ ਜਥੇਦਾਰ ਦਾ ਅਹੁਦਾ। ਤੇ ਦੂਜਾ ਜਿਹੜਾ ਪੰਜਾਬੀ ਬਾਰੇ ਨਹੀਂ ਕੀਤਾ, ਜਿਹੜਾ ਮੁੱਖ ਮੰਤਰੀ ਸਾਡਾ ਉਹ ਤਾਂ ਅੰਗਰੇਜ਼ੀ ਤੋਂ ਬਿਨਾਂ ਗੱਲ ਨਹੀਂ ਕਰਦਾ, ਕੀ ਇਹ ਪੰਜਾਬੀ ਲਈ ਜਿਹੜਾ ਕੋਈ ਮਤੇ ਮੋਤੇ ਪਾਸ ਕੀਤੇ ਇਹਦੇ ਮਾੜਾ ਮੋਟਾ ਅਸਰ ਹੋਊਗਾ ਜੀ ਕਿ ਨਹੀਂ? ਏਦਾਂ ਹੀ ਰੋਲ ਰਲ ਜਾਊ ਸਭ ਕੁਛ ਜੀ? ਉਹਦੇ ਉੱਤੇ ਤਾਂ ਕੀ ਜਿਹੜਾ ਜੀ ਉਹ ਅਸਰ ਹੋਣਾ, ਨਹੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦਾ ਅਸਰ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਮਹਿਜ਼ ਜਿਹੜਾ ਜੀ ਉਹ ਮਤੇ ਨੇ। ਪੰਜਾਬੀ ਦੇ ਵਿੱਚ ਕਿੰਨਾ ਕੰਮ ਜਿਹੜਾ ਜੀ ਉਹ ਹੁੰਦਾ, ਆ ਪੰਜਾਬੀ ਦਾ ਹੁਣੇ ਆ ਪੇਪਰ ਆਪਾਂ ਦੇਖ ਕੇ ਹਟੇ 8ਵੀਂ ਦਾ, ਪੰਜਾਬ ਸਕੂਲ ਸਿੱਖਿਆ ਗਲਤੀਆਂ ਦੀ ਭਰਮਾਰ ਹੈ। ਪੇਪਰ ਸੈੱਟ ਕਰਨ ਵਾਲੇ ਨੂੰ ਹੋਲਡੇ ਕਨੋੜੇ ਦਾ, ਔਂਕੜ ਦਲੈਂਕੜੇ ਦਾ, ਲਾਂ ਦਲਾਂ ਦਾ ਨਹੀਂ ਪਤਾ ਜੀ। ਤੇ ਗਾਹ ਜਿਹੜੀ ਦੀ ਉਹ ਬੱਚਿਆਂ ਨੂੰ ਕਿਹੋ ਜੀ ਸਿੱਖਿਆ ਜਿਹੜੀ ਦੀ ਉਹ ਹੋ ਸਕਦੀ ਹੈ? ਤੇ ਤੁਹਾਡੀ ਗੱਲ ਠੀਕ ਹੈ, ਜਿਹੜਾ ਸੰਵਿਧਾਨ ਜਿਹੜਾ 1925 ਦੇ ਐਕਟ ਦੇ ਮੁਤਾਬਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਵਿੱਚ ਜਥੇਦਾਰ ਦਾ ਅਹੁਦਾ ਜਿਹੜਾ ਜੀ ਉਹ ਨਹੀਂ ਹੈਗਾ। ਇਹਦੇ ਉੱਤੇ ਵੀ ਕਿੰਤੂ ਜਿਹੜਾ ਜੀ ਉਹ ਕਈ ਕਿਸਮ ਦੇ ਚੱਲਦੇ ਰਹਿੰਦੇ ਆ ਕਿ ਅਕਾਲ ਬੁੰਗਾ ਸੀ, ਜੇ ਆਪਾਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਜਿਹੜਾ ਮਹਾਨ ਕੋਸ਼ ਹੈ ਉਹਦਾ ਉਹਦੇ ਮੁਤਾਬਕ ਜਿਹੜਾ ਜੀ ਉਹ ਦੇਖੀਏ ਤਾਂ ਇਹ ਅਕਾਲ ਬੁੰਗਾ ਸੀਗਾ ਜੀ, ਇੱਕ ਥੜਾ ਸੀਗਾ ਜਿਹਦੇ ਉੱਤੇ ਜਿਹੜੇ ਫੈਸਲੇ ਵਗੈਰਾ ਕੀਤੇ ਜਾਂਦੇ ਸੀਗੇ 6ਵੇਂ ਪਾਤਸ਼ਾਹ ਤੋਂ ਜਿਹੜਾ ਜੀ ਸਟਾਰਟ ਹੋਇਆ, ਫਿਰ ਇਹ ਅਕਾਲ ਤਖ਼ਤ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਸਰਬੱਤ ਖਾਲਸਾ ਜਿਹੜਾ ਜੀ ਉਹਦੀ ਕੀ ਅਹਿਮੀਅਤ ਸੀ, ਕਿਵੇਂ ਉਹ ਜਿਹੜਾ ਜੀ ਇਹਨੂੰ ਚੁਣਦਾ ਸੀਗਾ, ਇਹ ਹੁਣ ਜਿਹੜਾ ਜੀ ਉਹ ਸਰਬੱਤ ਖਾਲਸਾ ਤੋਂ ਪਾਸੇ ਕਰ ਲਿਆ ਗਿਆ, ਇਹ ਲਾਉਣ ਲੱਗ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਣ ਲੱਗ ਗਈ, ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਅਧੀਨ ਹੈ। ਤੇ ਫਿਰ ਇਹ ਨਿਰਭਰ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਦੇ ਜਿਹੜੇ ਉਹ ਅਧੀਨ ਹੈ, ਉਹ ਇਸ ਵੇਲੇ ਬਾਦਲ ਜਿਹੜਾ ਪਰਿਵਾਰ ਹੈ ਉਹਦੇ ਅਧੀਨ ਹੈ, ਭਾਵ ਕਿ ਜਿਹੜੀ ਜਿਹੜੇ ਦਮਦਮੀ ਟਕਸਾਲ ਹੈ ਕਿਉਂਕਿ ਉਹਦੀ ਬਾਦਲ ਪਰਿਵਾਰ ਦੇ ਨਾਲ ਬਣਦੀ ਹੈ, ਉਹਦੇ ਮੁਖੀ ਦੀ ਹਰਨਾਮ ਸਿੰਘ ਧੁੰਮਾ ਹੋਰਾਂ ਦੀ ਉਹ ਉਹਨਾਂ ਦੇ ਨਾਲ ਜਿਹੜਾ ਜੀ ਉਹ ਬਹਿੰਦਾ, ਫੋਟੋਆਂ ਵੀ ਜਿਹੜੀਆਂ ਹੈ ਕਿ ਉਹ ਨੀਵੇਂ ਥਾਂ ਬਹਿੰਦਾ ਉਹਨਾਂ ਦੇ ਨਾਲ, ਇਸ ਕਰਕੇ ਜਥੇਦਾਰ ਫਿਰ ਉਹਦਾ ਪੱਖ ਵੀ ਜਿਹੜਾ ਜੀ ਉਹ ਪੂਰ ਦੇ, ਉਹਦੇ ਪੱਖ ਪਾਸੀ ਹੋ ਜਾਂਦਾ, ਉਹਨਾਂ ਦੀ ਸਾਰੀ ਕਹਾਣੀ ਉੱਥੋਂ ਹੀ ਜਿਹੜੀ ਆ ਜੀ ਉਹ ਨਿਕਲਦੀ ਹੈ। ਸਾਡੇ ਲਾਸਟ ਕਾਲਰ ਨੇ ਜੀ ਮੋਹਨ ਲਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਰਿਟਾਇਰ ਜੱਸ ਸਰ ਰਣਜੀਤ ਸਿੰਘ ਜੀ ਨੇ ਇੱਕ ਕੇਸ ਕੀਤਾ ਮਾਣਹਾਨੀ ਦਾ ਬਾਦਲਾਂ ਬਾਰੇ, ਉਹਨਾਂ ਬਾਰੇ ਦੱਸਣਾ ਕੀ ਬਣਿਆ ਜੀ? ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ। ਥੈਂਕ ਯੂ। ਦੇਖੋ ਜੀ, ਪਹਿਲਾਂ ਤਾਂ ਉਹ ਹਾਈ ਕੋਰਟ ਨੇ ਜਿਹੜਾ ਸੀਗਾ ਉਹ ਪਟੀਸ਼ਨ ਨਹੀਂ ਸੀ ਸੁਣੀ, ਰੱਦ ਕਰਤੀ ਸੀਗੀ। ਉਹ ਗਏ ਆ ਜੀ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਨੇ ਉਹਦੇ ਸੰਬੰਧੀ ਨੋਟਿਸ ਜਿਹੜਾ ਜੀ ਉਹ ਬਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਜੀ ਉਹ ਜਾਰੀ ਕੀਤਾ ਹੋਇਆ, ਅਜੇ ਉਹਦੀ ਅਗਲੀ ਤਰੀਕ ਜਿਹੜੀ ਜੀ ਆਊਗੀ ਤੇ ਉਹਦੇ ਉੱਤੇ ਪਤਾ ਲੱਗੂਗਾ ਕਿ ਨੈਕਸਟ ਜਿਹੜਾ ਜੀ ਉਹ ਸੁਪਰੀਮ ਕੋਰਟ ਕੀ ਕਹਿੰਦੀ ਆ, ਉਹ ਇਹਨੂੰ ਸੁਣਦੀ ਆ ਇਸ ਸਭ ਕਾਸੇ ਨੂੰ ਜਾਂ ਨਹੀਂ, ਸੁਣਵਾਈ ਅਧੀਨ ਹੈ ਜੀ। ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।